ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮੈਂ ਰਾਜਕਨਵੀਰ ਸਿੰਘ ਅੱਜ ਦਾ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੈ 2023 ਸਾਲ ਦਾ ਸਭ ਤੋਂ ਅਖੀਰ ਲਾਇਆ 30 ਦਸੰਬਰ ਦਾ ਇਹ ਦਿਨ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਅਟਾਰਨੀ ਜੇ ਟਿਰਕਿਆਣਾ ਜੀ ਅਟਾਰਨੀ ਟਿਰਕਿਆਣਾ ਜੀ ਜੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਲਸ ਦਾ ਵਕਤ ਇਸ ਟਾਈਮ ਚੱਲ ਰਿਹਾ ਆ ਉਸ ਬਾਰੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਚੇਂਜਸ ਕਰਵਾਉਣੇ ਆ ਪਲਾਨਸ ਦੇ ਵਿੱਚ ਉਸਦੇ ਲਈ ਵੀ ਇਹਨਾਂ ਨਾਲ ਸੰਪਰਕ ਕਰੋ ਬਿਜ਼ਨਸ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 408-272-2500 ਨਾਲ ਹੀ ਟਿਰਕਿਆਣਾ ਇਮੀਗ੍ਰੇਸ਼ਨ ਲਾਅ ਫਰਮ ਯੂ ਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕਿਆਣਾ 415-909-0503-415-909-0503 ਅਤੇ ਜਸਪਾਲ ਸਿੰਘ ਯੂਨੀਵਰਸਿਟੀ ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਅਤੇ ਅਟਾਰਨੀ ਟਿਰਕਿਆਣਾ ਜੀ ਗੱਲਬਾਤ ਤਾਂ ਸ਼ੁਰੂ ਕਰਾਂਗੇ ਪਹਿਲਾਂ ਹਾਊ ਵਾਜ ਦਿਸ ਈਅਰ 2023 ਕਿੱਦਾਂ ਰਿਹਾ ਜੀ ਕਿੱਦਾਂ ਦਾ ਐਕਸਪੀਰੀਅੰਸਿਸ ਕਿੱਦਾਂ ਦੇ ਜਿਹੜੇ ਰਹੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਕਿੱਦਾਂ ਆਪਾਂ ਜੇ ਰੈਪ ਅਪ ਕਰਨਾ ਹੋਵੇ ਕੀ ਕਿੰਨੇ ਆ ਬਹੁਤ ਵਧੀਆ ਸਾਲ ਰਿਹਾ ਅਤੇ ਤਕਰੀਬਨ ਸਾਰੇ ਕੇਸ ਜਿਹੜੇ ਸੀਗੇ ਡਿਫੀਕਲਟ ਜੱਜ ਜਿੱਦਾਂ ਕਈ ਨਵੀਂ ਟੈਰੀਟਰੀਆਂ ਕਦੇ ਲੂਜ਼ੀਆਨਾ ਟੈਕਸਸ ਇੱਧਰ ਉੱਧਰ ਹਰੇਕ ਕਈ ਵੰਨ ਸੁਵੰਨੇ ਐਕਸਪੀਰੀਅੰਸ ਮਿਲੇ ਇਮੀਗ੍ਰੇਸ਼ਨ ਕੋਰਟ ਦੇ ਜੀ ਅਤੇ ਮੈਜੋਰਟੀ ਜਿਹੜੇ ਕੇਸ ਆ ਉਹ ਪਾਸ ਜਿਹੜੇ ਹੋਏ ਇਮੀਗ੍ਰੇਸ਼ਨ ਕੋਰਟ ਲੈਵਲ ਤੇ ਵੈਰੀ ਗੁੱਡ ਅਤੇ ਤਿੰਨ ਹੁਣ ਜਿੰਨਾ ਵੀ ਜਿੱਦਾਂ ਜਿੱਦਾਂ ਗ੍ਰਾਫ ਉੱਤੇ ਜਾ ਰਿਹਾ ਚੈਲੰਜਸ ਵੀ ਤੁਹਾਨੂੰ ਪਤਾ ਵੱਧਦੇ ਰਹਿੰਦੇ ਬੰਦੇ ਦੇ ਬਿਲਕੁਲ ਅਤੇ ਮੇਨ ਪਹਿਲਾ ਸਵਾਲ ਇਹੀ ਸੀਗਾ ਕਿ ਜਦੋਂ ਬੰਦਾ ਕੰਮ ਸ਼ੁਰੂ ਕਰਦਾ ਹੁਣ ਸ਼ੁਰੂ ਕੀਤਾ ਸੀ 2008 ਚ ਹਨਾ ਜਦੋਂ ਉਦੋਂ ਤਾਂ ਜੁਆਇਨ ਕੀਤਾ ਸੀਗਾ ਆਪਣਾ ਵਾਲਾ ਜਿਹੜਾ ਕੰਮ ਖੋਲਿਆ ਸੀਗਾ 2020 ਦੇ ਵਿੱਚ ਖੋਲਿਆ ਸੀਗਾ ਜੀ ਜੀ ਸੋਰੀ 2018 ਹੁਣ ਤਾਂ ਭੁੱਲ ਵੀ ਗਿਆ 18 ਜਾਂ ਕਈ ਸਾਲ ਹੋ ਗਏ ਹੁੰਦਾ ਜ਼ਿਆਦਾ ਤੱਕ ਕੁਸ਼ਚਨ ਆਪ ਨੂੰ ਬੰਦੇ ਨੂੰ ਰਹਿੰਦਾ ਕਿ ਬੰਦਾ ਹੁਣ ਅੱਗੇ ਹੋਰ 15-20 ਸਾਲ ਕੰਮ ਕਿੱਦਾਂ ਕਰੂਗਾ ਹਨਾ ਕੰਮ ਤਾਂ ਹੁਣ ਬੇਅੰਤੀ ਆ ਜਿੰਨਾ ਮਤਲਬ ਲੋਕਾਂ ਨੇ ਆਈ ਜਾਣਾ ਜੱਜ ਵੀ ਕੋਰਟ ਵੀ ਨਵੇਂ ਨਵੇਂ ਖੁੱਲੀ ਜਾਂਦੇ ਆ ਸਭ ਤੋਂ ਪਹਿਲਾਂ ਮੇਨ ਸਵਾਲ ਇਹ ਸੀਗਾ ਆਪਣੇ ਲਈ ਕਿ ਯਾਰ ਕੀ ਬੰਦੇ ਦੀ ਮੋਟੀਵੇਸ਼ਨ ਰਹਿੰਦੀ ਆ ਕੰਮ ਕਿਉਂ ਕਰਦਾ ਬੰਦਾ ਇੱਕ ਮੌਕੇ ਤੱਕ ਆ ਕੇ ਪੈਸਾ ਵੀ ਇੱਕ ਡਾਲਰ ਵੈਲਿਊ ਤੇ ਰਹਿ ਜਾਂਦਾ ਕਿਉਂਕਿ ਤੁਹਾਡਾ ਜਿਹੜਾ ਰਹਿਣਾ ਸਹਿਣਾ ਖਾਣਾ ਪੀਣਾ ਇੱਕ ਉਨੇ ਕੀ ਬੰਦੇ ਦੇ ਮੈਂ ਦੇਖਿਆ ਕਿ ਸ਼ੌਂਕ ਵੀ ਉਨੇ ਕੁ ਜਿਹੇ ਰਹਿੰਦੇ ਆ ਕਿ ਤੁਸੀਂ ਹੁਣ ਜਿੱਦਾਂ ਸ਼ੁਰੂ ਤੋਂ ਖਾਣ ਪੀਣ ਗਿੱਜਿਆ ਤੁਹਾਡਾ ਉਹੀ ਰਹਿਣਾ ਕੋਈ ਏਦਾਂ ਨੀ ਕਿ ਤੁਸੀਂ ਤੁਹਾਡੇ ਹਾਲਾਤ ਚੇਂਜ ਹੋ ਗਏ ਤਾਂ ਤੁਸੀਂ ਬਹੁਤ ਜ਼ਿਆਦਾ ਕੋਈ ਡਰਮੈਟਿਕਲੀ ਕੋਈ ਚੀਜ਼ ਉਹ ਕਰ ਦੇਣੀ ਸੋ ਫਿਰ ਸਵਾਲ ਇਹੀ ਰਹਿੰਦਾ ਕਿ ਇੰਨਾ ਜ਼ਿਆਦਾ ਕੰਮ ਕਿਉਂ ਕਰਨਾ ਜਾ ਕੇ ਟੈਕਸਸ ਟੁਕਸਸ ਲੂਈਜ਼ੀਆਨਾ ਕਿਉਂ ਪੰਗੇ ਲੈਣ ਦੀ ਲੋੜ ਆ ਕਿ ਬਾਕੀ ਜਿੱਦਾਂ ਹੈਗੇ ਕਿ ਚੁੱਪ ਕਰਕੇ ਕੈਲੀਫੋਰਨੀਆ ਰਹਿ ਕੇ ਇੱਥੇ ਕੰਮ ਕਰੀ ਜਾਓ ਸੋ ਉਹਦਾ ਇਹ ਸੀਗਾ ਕਿ ਚੈਲੰਜਸ ਜਿਹੜੇ ਵਿੱਚ ਸੀਗੇ ਨਵੇਂ ਨਵੇਂ ਜਿਹੜੇ ਕੋਰਟ ਰੂਮ ਦੇ ਐਕਸਪੀਰੀਅੰਸਿਸ ਨਵੇਂ ਲੀਗਲ ਮੁੱਦੇ ਜਿਹੜੇ ਉੱਠੇ ਇਮੀਗ੍ਰੇਸ਼ਨ ਕੋਰਟ ਤੋਂ ਫਿਰ BIA ਦੇ ਕੰਮ ਜਿਹੜੇ ਆਏ ਸਰਕਟ ਕੋਰਟ ਦੇ ਹੁਣ ਜਿੱਦਾਂ ਆਏ ਓਰਲ ਆਰਗੂਮੈਂਟਸ ਵਗੈਰਾ ਕਈ ਏਦਾਂ ਦੇ ਰੋਲ ਮਿਲੇ ਕਿ ਜਿੱਥੇ ਲਾਅ ਮੇਕਿੰਗ ਦਾ ਰੋਲ ਜਿਹੜਾ ਦਰਵਾਜ਼ੇ ਤੇ ਦਸਤਖਤ ਜਿਹੜੀ ਹੁਣ ਦੇ ਰਹੇ ਆ ਦਸਤਖਤ ਜਿਹੜੀ ਦੇ ਰਹੇ ਆ ਹਾਂਜੀ ਜੀ ਜੀ ਉਦਾਂ ਦੇ ਹੁਣ ਕੇਸ ਕਾਫੀ ਆਉਣੇ ਸ਼ੁਰੂ ਹੋਏ ਆ ਜਿਹਦੇ ਵਿੱਚ ਕਿ ਸਾਨੂੰ ਲੱਗਦਾ ਕਿ ਸਿਰਫ ਆਪਣੇ ਕਲਾਇੰਟ ਲਾਣੀ ਜਿਹੜਾ ਬਹੁਤ ਵੱਡਾ ਵਾਈਡਰ ਕਮਿਊਨਿਟੀ ਤੇ ਜਿਹੜਾ ਇੰਪੈਕਟ ਇੱਕ ਛਾਪ ਜਿਹੜੀ ਛੱਡ ਕੇ ਜਾ ਸਕਦੇ ਆ ਜਿੱਦਾਂ ਵੱਡੇ ਸਿੰਘ ਵਰਸਿਸ ਗਾਰਲੈਂਡ ਦੇ ਹੁਣ ਆਊਗੇ ਕਾਫੀ ਜਿਹੜੇ ਹੁਣ ਫਾਈਲਿੰਗ ਸੀਗੀ ਅਪੀਲਾਂ ਜਿਹੜੀਆਂ ਉਹ ਸਾਡੀਆਂ ਡਿਊ ਆ ਤੇ ਇਹ ਜਿਹੜੀ ਕਾਫੀ ਐਕਸਾਈਟਮੈਂਟ ਜਿਹੜੀ ਰਹੀ ਕਿ ਨਾ ਸਿਰਫ ਕੰਮ ਵਧਿਆ ਬਲਕਿ ਜਿਹੜੀ ਟੈਕਨੀਕੈਲਿਟੀ ਸੀਗੀ ਉਹ ਟੈਕਨੀਕਲ ਕੇਸਿਸ ਵੀ ਵਧੇ ਹੋਰਾਈਜ਼ਨ ਆਪਣਾ ਵੀ ਬਰੋਡ ਹੋਇਆ ਕਾਫੀ ਜਿਹੜੇ ਏਰੀਏ ਸੀਗੇ ਅਨਟੱਚਡ ਜਿੱਦਾਂ ਏਰੀਏ ਸੀਗੇ ਕਿ ਇਨਵੈਸਟਮੈਂਟ ਬੇਸ ਦੇ ਥਰੂ ਅਸਾਲਮ ਵਾਲੇ ਦਾ ਪੱਕਾ ਕਰਾਉਣਾ
ਉਦਾਂ ਦੇ ਜਿਹੜੇ ਏਰੀਏ ਸੀਗੇ ਉਹਲੇ ਏਰੀਏ ਦੇ ਵਿੱਚ ਗਏ, ਜਿਹੜੇ ਕਿ ਜੱਜਾਂ ਨਾਲ ਵੀ ਕਈ ਵਾਰੀ ਕਹਿੰਦੇ ਕਿ ਆਪਾਂ ਦੇਖੇ ਨਹੀਂ ਆ, ਸਰਕਾਰੀ ਵਕੀਲ ਤਾਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਨਾ ਕਿ ਤੁਸੀਂ ਕੀ ਗੱਲ ਕਰੀ ਜਾਂਦੇ ਆ। ਹਾਂ ਤੇ ਜੱਜ ਕਈ ਬੜੇ ਸੱਜਣ ਮਿੱਤਰ ਬਣੇ ਵਿੱਚ, ਕਿ ਉਹ ਕਹਿੰਦਾ ਮੈਂ ਵੀ ਪਹਿਲਾਂ ਇੰਪਲੋਇਮੈਂਟ ਦਾ ਕੰਮ ਕਰਦਾ ਹੈਗਾ, ਤੇ ਕਹਿੰਦਾ ਮੈਂ ਵੀ ਵੇਟ ਕਰਦਾ ਸੀ ਕਿ ਕਦੋਂ ਕੋਈ ਕਹਿੰਦਾ ਆਵਲੀ ਚੀਜ਼ ਜਿਹੜੀ ਲੈ ਕੇ ਆਊਗਾ ਇੰਪਲੋਇਮੈਂਟ ਵਾਲੀ। ਸੋ ਸਾਡੇ ਇੰਡੀਅਨ ਦੇ ਕੇਸਿਸ ਦੇ ਵਿੱਚ ਕੀ ਹੁੰਦਾ ਕਿ 15 ਸਾਲ ਦੀ ਤਾਂ ਵੇਟ ਹੁੰਦੀ ਹੈ ਇੰਪਲੋਇਮੈਂਟ ਦੀ, ਤਾਂ ਕਰਕੇ ਇੰਨਾ ਇਫੈਕਟਿਵ ਟੂਲ ਜਿਹੜਾ ਨਹੀਂ ਹੁੰਦਾ। ਤੇ ਜਿੱਦਾਂ ਹੁਣ ਮੈਕਸੀਕੋ ਤੋਂ ਆ ਜਾਂ ਕੋਈ ਹੋਰ ਛੋਟੀ ਕੰਟਰੀ ਤੋਂ, ਨੇਪਾਲ ਦੇ ਸਾਡੇ ਕਈ ਜਿੱਦਾਂ ਕਲਾਇੰਟ ਸੀਗੇ, ਕੋਈ ਰੈਸਟੋਰੈਂਟ 'ਚ ਕੰਮ ਕਰਦਾ ਕੋਈ ਕਿਤੇ, ਤੇ ਉਹਨਾਂ ਦੀ ਜਿਹੜੀ ਵੇਟ ਆ ਉਹ ਛੋਟੀ ਆ, ਜਿੱਦਾਂ 3 ਕੁ ਸਾਲ ਦਾ ਸਾਈਕਲ ਆ। ਸੋ ਉਹਨੇ ਬੰਦੇ ਬੜੇ ਜਿਹੜੇ ਆਪਾਂ ਸੈਲਮ ਵਾਲੀ ਜਿਹੜਾ ਕੋਰਟ ਸੀਗਾ ਉਹਦੇ ਚੱਕਰ ਚੋਂ ਬਾਹਰ ਕੱਢੇ ਕਿ ਟਰਮੀਨੇਟ ਕਰ ਦੋ ਨਾ। ਤੇ ਸਰਕਾਰੀ ਵਕੀਲ ਤਾਂ ਕਈ ਵਾਰੀ ਕਹਿੰਦਾ ਕਿ ਮੈਨੂੰ ਪਤਾ ਹੀ ਨਹੀਂ ਕਿ ਤੁਸੀਂ ਗੱਲ ਕੀ ਕਰਦੇ ਆ, ਕਿ IB3 ਕੀ ਹੁੰਦਾ, IB2 ਕੀ ਹੁੰਦਾ। ਸੋ ਇੱਦਾਂ ਦੀਆਂ ਨਵੀਆਂ ਨਵੀਆਂ ਚੀਜ਼ਾਂ, ਸੇਮ ਥਿੰਗ ਜਿਹੜੀ ਫੈਮਿਲੀ ਬੇਸਡ ਵਾਲੇ ਸੀਗੇ ਉਹਦੇ ਵੱਲ ਵੱਲੇ ਨੇ, ਜਿਹੜੇ ਡੀਪੋਟੇਸ਼ਨ ਲੱਗੀ ਆ, ਹੁਣ ਵਿਆਹ ਹੋ ਗਿਆ, ਕਿਸੇ ਦਾ ਡਿਵੋਰਸ ਹੋ ਗਿਆ, ਉਹਦਾ ਜਿਹੜੀ ਇੰਟਰੈਕਸ਼ਨ ਕਿੱਦਾਂ ਹੁੰਦੀ ਆ, ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕਿੱਦਾਂ ਉਹ ਕੇਸ ਜਿਹੜੇ ਚੱਲਦੇ ਆ, ਵੇਵਰ ਕਿਹੜੀ ਆ, ਕਿੱਦਾਂ ਕਿੰਨੀ ਤਰ੍ਹਾਂ ਦੇ ਆ। ਕਾਫੀ ਮਜ਼ਾ ਆਇਆ ਕੰਮ ਕਰਕੇ ਸਾਲ ਦੇ ਵਿੱਚ, ਕਿ ਪ੍ਰੈਕਟਿਸ ਜਿੱਦਾਂ ਪਹਿਲਾਂ ਸੀਗੀ ਕਿ ਇਮੀਗ੍ਰੇਸ਼ਨ ਦੀ ਕੋਈ ਫੈਮਿਲੀ ਲਾਇਰ ਕਰਦਾ ਸੀਗਾ ਗ੍ਰੀਨ ਕਾਰਡ, ਕੋਈ ਸਿਰਫ ਰਿਮੂਵਲ ਦੇ ਕੰਮ ਕਰਦਾ ਸੀਗਾ, ਹੁਣ ਸਾਰੇ ਚੀਜ਼ ਨੂੰ ਜਿਹੜੀ ਮਿਕਸ ਕਰਨਾ, ਕਿ ਇਨਵੈਸਟਮੈਂਟ ਵੀ, ਸੈਲਮ ਵੀ, ਫੈਮਿਲੀ, ਤੇ ਉਹਦੇ ਨਾਲ ਜਿਹੜੀ ਮੇਨ ਚੀਜ਼ ਸੀਗੀ ਕਿ ਟੀਮਾਂ ਤਿਆਰ ਕਰਨੀਆਂ ਆਫਿਸ ਦੇ ਵਿੱਚ, ਇੱਕ ਟੀਮ ਦੀ ਦੂਜੀ ਟੀਮ ਨਾਲ ਇੰਟਰੈਕਸ਼ਨ। ਹਾਂਜੀ ਕਮਿਊਨਿਟੀ ਪਹਿਲਾਂ ਕੇਸ ਨਹੀਂ ਦਿੰਦੀ ਹੁੰਦੀ ਸੀ, ਕਹਿੰਦੀ ਇਹ ਤਾਂ ਈਮੇਲ ਵਾਲਾ ਵਕੀਲ ਆ, ਇਹਨੂੰ ਕਿੱਥੇ ਇਹਦੇ ਸਿਰ ਖਪਾਈ ਚ ਪੈਣਾ। ਤੇ ਹੁਣ ਉਹੀ ਕਮਿਊਨਿਟੀ ਆ ਕਿ ਅਪਡੇਟ ਮਿਲ ਜਾਂਦੇ ਆ ਈਮੇਲ ਤੇ, ਉਹ ਕਨਵੀਨੀਅੰਟ ਕਰਤਾ ਸਾਰਿਆਂ ਲਈ ਕਿ ਦੂਰੋਂ ਹੀ ਬੈਠਾ ਬੰਦਾ ਸ਼ਿਕਾਗੋ ਤੋਂ ਬੈਠਾ ਸਾਨੂੰ ਹਾਇਰ ਕਰ ਸਕਦਾ, ਆਉਣ ਦੀ ਲੋੜ ਨਹੀਂ। ਵੈਬਐਕਸ ਨੇ ਸਾਡੀ ਕਾਫੀ ਹੈਲਪ ਉਸ ਚੀਜ਼ ਦੇ ਵਿੱਚ ਕੀਤੀ। ਆਨਲਾਈਨ ਹੋ ਸੋ ਗਿਆ। ਓਵਰਆਲ ਬੈਸਟ ਈਅਰ ਰਿਹਾ, ਜਿੰਨੇ ਵੀ ਮੇਰੇ ਅੱਜ ਤੱਕ ਦੇ ਕਰੀਅਰ, ਜਿੰਨਾ ਵੀ ਤੁਸੀਂ ਲਾ ਲਓ 2008 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਾਲ ਬਣਦੇ ਆ, ਬਹੁਤ ਵਧੀਆ ਜਿਹੜਾ ਸਾਲ ਸੀਗਾ, ਮਜ਼ਾ ਆਇਆ ਕੰਮ ਕਰਕੇ ਸਾਰਾ, ਬਹੁਤ ਤਰ੍ਹਾਂ ਦੇ ਲੋਕ ਮਿਲੇ, ਕਈ ਕਈ ਖੱਟੇ ਮਿੱਠੇ ਐਕਸਪੀਰੀਅੰਸ ਹੋਏ। ਬਿਲਕੁਲ ਮਿੱਠੇ ਮਿੱਠੇ ਹੋਏ ਆ ਅਜੇ ਤੱਕ ਤਾਂ। ਚਲੋ ਠੀਕ ਆ, ਮਿੱਠੇ ਵਧੀਆ ਲੱਗਦੇ ਆ। ਉਹ ਵੀ ਇੱਕ ਬੰਦੇ ਦੀ ਅੰਡਰਸਟੈਂਡਿੰਗ, ਹੁਣ ਕਲਾਇੰਟ ਨੂੰ ਵੀ ਪਤਾ ਕਿ ਕਿੱਥੇ ਮੇਰਾ ਕੇਸ ਸੀਗਾ, ਕਿੰਨੀ ਟੈਕਨੀਕੈਲਿਟੀ ਸੀਗੀ, ਕੀ ਮੇਰੇ ਲਈ ਕੀਤਾ ਗਿਆ, ਕੀ ਨਹੀਂ ਕੀਤਾ ਗਿਆ। ਸੋ ਓਵਰਆਲ ਵਧੀਆ ਮੋਟੀਵੇਸ਼ਨ ਅਗਲੇ ਸਾਲ ਚ ਗੋਇੰਗ ਫਾਰਵਰਡ ਵੀ, ਕਿ ਹੁਣ ਨਿਊਯਾਰਕ ਵਾਲਾ ਆਫਿਸ ਆ, ਇੱਥੋਂ ਇੰਪਲੋਈ ਪਹਿਲਾਂ ਉੱਥੋਂ ਲੱਭਦੇ ਸੀਗੇ ਤੇ ਗੱਲ ਬਣੀ ਨਹੀਂ, ਹੁਣ ਜਿਹੜੇ ਸਾਡੇ ਇੱਥੇ ਵਾਲੇ ਇੰਪਲੋਈ ਸੀਗੇ ਉਹ ਉੱਧਰ ਭੇਜਣੇ ਸ਼ੁਰੂ ਕਰਤੇ, ਨਿਊਯਾਰਕ ਵਾਲਾ ਆਫਿਸ ਐਕਟੀਵੇਟ ਕਰਤਾ ਫੋਰੈਸਟ ਹਿਲਸ ਵਾਲਾ, ਠੀਕ ਹੈ। ਤੇ ਉੱਥੇ ਜਿਹੜਾ ਸੀਗਾ ਕੰਮ ਕਾਰ ਸ਼ੁਰੂ ਹੋ ਗਿਆ, ਜਿਹੜਾ ਵਾਲਾ ਆਪਣਾ ਆਫਿਸ ਹੈ ਇਹਦੀ ਤਾਂ ਆਪਾਂ ਪੂਰੇ ਸਾਲ ਗੱਲ ਕਰਦੇ ਰਹੇ, ਜੀ ਬੇਰੀ ਵਾਲੀ। ਇੱਥੇ ਹੁਣ ਆਪਾਂ ਜਿਹੜਾ ਸਾਡਾ ਇਹ ਆਖਰੀ ਮਹੀਨਾ ਸਾਡੇ ਐਗਜਿਸਟਿੰਗ ਆਫਿਸ ਦੇ ਵਿੱਚ, January 31 ਤੋਂ ਪਹਿਲਾਂ ਪਹਿਲਾਂ ਆਪਾਂ ਆਪਣੇ ਨਵੇਂ ਵਾਲੇ ਆਫਿਸ ਮੂਵ ਕਰ ਜਾਣਾ, ਇਹਨਾਂ ਨੂੰ ਨੋਟਿਸ ਦੇ ਦਿੱਤਾ, ਉਹ ਆਫਿਸ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਸੀਗਾ ਟਾਈਮ ਲੱਗ ਗਿਆ। ਤੇ ਹੁਣ ਉਹ ਜਿਹੜਾ ਪਹਿਲਾ ਵਾਲਾ ਮਹੀਨਾ ਇਹਦੇ ਵਿੱਚ ਸਾਡਾ ਮੂਵਿੰਗ ਪ੍ਰੋਸੈਸ ਰਹੂਗਾ, ਤੇ ਇਹਦੀ ਜਿਹੜੀ ਨਵਾਂ ਵਾਲੀ ਸਾਡੀ ਲੋਕੇਸ਼ਨ ਆ, ਜਿਹਨਾਂ ਨੂੰ ਪਤਾ ਬੇ ਏਰੀਆ ਦਾ, ਉਹਨਾਂ ਨੂੰ ਪਤਾ ਹੋਣਾ ਕਿ ਸੈਂਟੈਨਾ ਰੋ ਕਿੱਥੇ ਆ, ਬਿਲਕੁਲ ਉਹਦੇ ਲਾਗੇ ਹੀ ਜਿਹੜਾ ਆਪਣਾ ਮਾਲ ਦੇ ਮੁਹਰੇ, ਸੈਂਟੈਨਾ ਰੋ ਤੋਂ 2 ਬਲਾਕ ਛੱਡ ਕੇ, ਤੇ ਉੱਥੇ ਸਾਡਾ ਆਫਿਸ ਆ। ਤੇ ਉਹਦੇ ਵਿੱਚ 30 ਜਾਣੇ ਹੁਣ ਸਾਡੇ ਸਟਾਫ ਜਿਹੜੇ ਇੱਥੇ ਇਹ ਆਫਿਸ ਦੇ ਵਿੱਚ ਜਿਹੜੇ ਬਹਿੰਦੇ ਆ। ਤੇ ਓਵਰਆਲ ਜੇ ਤੁਸੀਂ ਸਮਰੀ ਕਰੋ ਤਾਂ ਵਧੀਆ, ਕਿ ਇਹ ਸਾਲ ਬੜਾ ਵਧੀਆ ਲੰਘਿਆ, ਤੇ ਅਗਲਾ ਸਾਲ ਕਿਉਂਕਿ ਹੁਣ ਆਪਾਂ ਆਪਣੇ ਆਫਿਸ ਚ ਸ਼ਿਫਟ ਕਰ ਜਾਣਾ, ਤੇ ਉਹ ਵੀ ਫਿਰ ਆਪਣਾ ਉਮੀਦ ਆ ਕਿ ਇਹ ਜਿਹੜੇ ਸਾਲ ਏਦਾਂ ਹੀ ਚੱਲਦੇ ਰਹੂਗੇ। ਨਹੀਂ ਚਲੋ ਬਹੁਤ ਵਧੀਆ ਜੀ, ਵਧੀਆ ਆ, ਸ਼ੁਭ ਇਸ਼ਾਵਾਂ ਆ ਅਗਲੇ ਸਾਲ ਦੇ ਲਈ। ਨਵੀਂ ਲੋਕੇਸ਼ਨ ਆ, ਨਵਾਂ ਥਾਂ ਦੇ ਉੱਤੇ ਆ, ਟੀਮ ਵੱਡੀ ਹੋ ਰਹੀ ਆ ਅਤੇ ਸਟਰੋਂਗ ਹੋ ਰਹੀ ਆ, ਸੋ ਬਹੁਤ ਵਧੀਆ ਆ। ਅਤੇ ਬਾਕੀ ਕਮਿਊਨਿਟੀ ਵੀ ਵੱਧ ਤੋਂ ਵੱਧ ਨਾਲ ਜੁੜ ਕੇ ਜਿਹੜੀ ਉਹ ਚੱਲੇ ਅਤੇ ਸਹੀ ਸਹੀ ਚੀਜ਼ਾਂ ਜਿਹੜੀਆਂ ਹੋਣ, ਲੋਕਾਂ ਦੀ ਮਦਦ ਜਿਹੜੀ ਹੋ ਰਹੀ ਆ। ਬਾਕੀ ਤੁਸੀਂ ਪਿਛਲੇ ਤਕਰੀਬਨ ਹੁਣ ਆਪਾਂ 3-4 ਸਾਲ ਤੋਂ, 4 ਸਾਲ ਉਹ ਚੱਲੇ ਆ। ਹਾਂਜੀ ਹਾਂਜੀ, ਦੇਖ ਲਓ, ਪਤਾ ਨਹੀਂ ਲੱਗਾ ਹੈ ਨਾ ਵੀ ਕਿਸ ਟਾਈਮ ਦੇ ਉੱਤੇ, 2020 'ਚ ਮੇਰਾ ਆਪਾਂ ਸ਼ੁਰੂ ਕੀਤਾ ਸੀਗਾ ਅਤੇ ਇਸ ਤਰੀਕੇ ਦੇ ਨਾਲ ਆਪਾਂ ਪਹੁੰਚ ਗਏ ਇੱਥੇ। ਅਤੇ ਬਹੁਤ ਲੋਕਾਂ ਦੀ ਮਦਦ ਹੋ ਰਹੀ ਆ, ਬਹੁਤ ਸਾਰੇ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਕਾਨੂੰਨਾਂ ਦਾ, ਉਹਨਾਂ ਦੀਆਂ ਜਿਹੜੇ ਕਹਿ ਲਓ ਵੀ ਗੁੰਝਲਦਾਰ ਚੀਜ਼ਾਂ ਹੁੰਦੀਆਂ, ਉਹਦਾ ਪਤਾ ਲੱਗ ਰਿਹਾ। ਤੁਸੀਂ ਐਵਰੀ ਸੈਟਰਡੇ ਵਿਦਆਊਟ ਨਾਗਾ, ਅੱਜ ਤੱਕ ਜਿੰਨੇ ਵੀ ਹੋਏ ਆ, ਇੱਕ ਵੀ ਸੈਟਰਡੇ ਨਹੀਂ ਆ ਵੀ ਕਿਤੇ ਕੋਈ ਛੁੱਟੀ ਹੋਈ ਹੋਵੇ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਜਿਹੜਾ ਉਹ ਕੀਤਾ ਆ, ਇਨਫੋਰਮੇਸ਼ਨ ਲੈ ਕੇ ਪਹੁੰਚੇ ਹਾਂ। ਇਸ ਦੇ ਲਈ ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ, ਸਾਰੇ ਜਾਣੇ ਵੀ ਸ਼ੁਕਰੀਆ। ਅਤੇ ਇੱਦਾਂ ਹੀ ਸਾਥ ਜਿਹੜਾ ਉਹ ਬਣਿਆ ਰਹੇ ਅਤੇ ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਂਦੇ ਰਹੀਏ।
ਅਗਲੇ ਸਾਲ ਮਿਲਾ ਦਾ ਟੰਨੀ ਟੇਕ ਕੇ ਨਾ ਜੀ, ਕਾਫੀ ਕਹਿ ਸਕਦੇ ਹਾਂ ਵੀ ਸ਼ੋਰ ਸ਼ਰਾਬਾ ਰਹੂਗਾ ਇਮੀਗ੍ਰੇਸ਼ਨ ਦਾ। ਇਲੈਕਸ਼ਨ ਈਅਰ ਆ, ਕਈ ਕੁਛ ਜਿਹੜੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲਣੀਆਂ, ਕਈ ਕੁਛ ਜਿਹੜਾ ਉੱਥੇ ਹੋਣਾ ਆ। ਲਾਸਟ ਟਾਈਮ ਵੀ ਆਪਾਂ ਥੋੜ੍ਹੀ ਜਿਹੀ ਗੱਲ ਕੀਤੀ ਸੀ, ਆ ਹੁਣ ਰੀਸੈਂਟਲੀ ਐਵਰੀ ਡੇ ਦੇ ਜਿਹੜੇ ਨੰਬਰਸ ਆ ਰਹੇ ਆ, ਕਿਤੇ 10,000 ਤੋਂ ਵੱਧ, ਕਿਤੇ 7,000 ਤੋਂ ਵੱਧ। ਹੁਣ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਇਨਫੈਕਟ ਜਿਹੜੀਆਂ ਲੈਫਟ ਲੀਨਿੰਗ ਜਾਂ ਬਲੂ ਸਟੇਟਸ ਆ ਜਾਂ ਸਿਟੀਜ਼ ਆ, ਉਹ ਵੀ ਹੁਣ ਪ੍ਰੈਜੀਡੈਂਟ ਦੇ ਉੱਤੇ ਦਬਾਅ ਪਾ ਰਹੀ ਆ ਵੀ ਭਾਈ ਇਸ ਦਾ ਕੋਈ ਹੱਲ ਜਿਹੜਾ ਉਹ ਹੋਵੇ। ਤੁਸੀਂ ਲੇਟੈਸਟ ਕੀ ਸੁਣ ਰਹੇ ਆ ਇਸ ਦੇ ਬਾਰੇ, ਬਾਰਡਰ ਨੂੰ ਲੈ ਕੇ ਕੀ ਕੁਛ ਜਿਹੜਾ ਤੁਹਾਡੇ ਹਿਸਾਬ ਦੇ ਨਾਲ ਹੋ ਰਿਹਾ ਆ, ਕੀ ਕਿਹੜੇ ਪਾਸੇ ਵੱਲ ਨੂੰ ਇਹ ਗੱਲ ਤੁਹਾਨੂੰ ਲੱਗਦਾ ਅਗਲੇ ਈਅਰ ਦੇ ਵਿੱਚ ਜਾਊਗੀ? ਮੈਨੂੰ ਤਾਂ ਹੁਣ ਸ਼ਾਇਦ ਜਿੱਦਾਂ ਇੰਸਟਾਗ੍ਰਾਮ ਵੀ ਆ ਨਾ, ਉਹ ਵੀ ਆਹੀ ਪੋਸਟਾਂ ਪੁਸਟਾਂ ਕਿ ਇਮੀਗ੍ਰੇਸ਼ਨ ਵਾਲਾ ਬੰਦਾ ਇਹਨੂੰ ਇਮੀਗ੍ਰੇਸ਼ਨ ਵਾਲੀਆਂ ਪੋਸਟਾਂ ਦਿਖਾਓ। ਉਹ ਜਦੋਂ ਮੈਂ ਫੋਨ ਹੀ ਜਿੱਦਾਂ ਚੱਕਿਆ ਕੋਈ ਨਿਊਜ਼ ਚੈਨਲ ਹੈ ਕੋਈ ਵੀ, ਹਨਾ ਕੁਕੀਜ਼ ਵਗੈਰਾ ਦੇ ਥਰੂ ਤੁਹਾਨੂੰ ਉਦਾਂ ਦੀਆਂ ਖ਼ਬਰਾਂ ਜਿਹੜੇ ਦੱਸਦੇ ਆ, ਉਹ ਏਦਾਂ ਹੀ ਹੁਣ ਅੱਜ ਕੱਲ੍ਹ ਆਉਂਦਾ ਗਾ ਚਾਈਨੀਜ਼ ਬੰਦਿਆਂ ਦਾ ਟੋਲਾ ਫੜਿਆ, ਇਹ 500 ਜਾਣੇ ਕ੍ਰੋਸ ਕਰਨ ਦੇ ਹੀ, ਪੂਰੇ ਬੈਗ ਬੁੱਗ ਲੈ ਕੇ ਜਿੱਦਾਂ ਬੰਦਾ ਟ੍ਰਿਪ ਤੇ ਨੀ ਨਿਕਲਿਆ ਹੁੰਦਾ। ਤੇ ਕਈ ਵਾਰੀ ਪੰਜਾਬੀਆਂ ਦਾ ਟੋਲਾ ਫੜਿਆ ਹੁੰਦਾ ਉਹ ਬੰਦਾ, ਤੇ ਜਿਹੜੇ ਕੈਮਰਾਮੈਨ ਉਹ ਵੀ ਥੋੜੀ ਕਹਿ ਲਓ ਸਨਸਨੀ ਆਪਣੀ ਕਰਨ ਲਈ ਕਿ ਵੇਅਰ ਆਰ ਯੂ ਫਰੋਮ, ਤੇ ਉਹ ਬਸ ਇੰਡੀਆ 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 ਏਦਾਂ, ਹਨਾ। ਤੇ ਇੰਡੀਆ ਚਾਈਨੀਜ਼, ਫਿਰ ਆਪਣੇ ਜਿਹੜੇ ਈਵਨ ਸਾਊਥ ਅਮੈਰੀਕਨ ਕੰਟਰੀਆਂ ਵਾਲੇ, ਇਹ ਬੜੇ ਜ਼ਿਆਦਾ ਵੈਨੇਜ਼ੁਏਲਾ ਤੋਂ, ਹਰੇਕ ਬੰਦਾ ਜਿਹੜਾ ਕਹਿ ਲਓ ਕਿ ਏਜੰਡਾ ਦੀ ਵੀ ਬਾਹਰਲੇ ਦੇਸ਼ਾਂ ਹੁਣ ਬੱਲੇ ਬੱਲੇ ਹੀ ਆ ਕਿ ਅਮਰੀਕਾ ਚ ਕਈ ਵਾਰੀ ਸੀਨ ਦੇਖਦੇ ਬੰਦਾ ਹੁਣ ਬੈਠੇ ਭਾਵੇਂ ਇਮੀਗ੍ਰੇਸ਼ਨ ਫੀਲਡ ਚ, ਚਲੋ ਕਹਿ ਦਈਦਾ ਕਿ ਮਿਲੀਅਨ ਚ ਲੋਕੀ ਜਿਹੜੇ ਆਏ ਆ, ਪਤਾ ਨੀ ਲੱਗਦਾ ਨਾ ਜਦੋਂ ਫਿਰ ਕੈਮਰਾ ਇੱਕ ਵਾਰੀ ਝਲਕਦਾ ਬਾਰਡਰ ਤੇ ਕਿ ਐਕਚੁਅਲ ਜਿਹੜੀ ਬਾਰਡਰ ਜਿਹੜੇ ਜਦੋਂ ਤੁਸੀਂ ਵੀਡੀਓ ਦੇਖਦੇ ਆ ਯਾਰ ਐਡੇ ਜਾਣੇ, ਇੰਨੇ ਜ਼ਿਆਦਾ ਜਾਣੇ ਆ ਕਿ ਜਿਹੜਾ ਈਵਨ ਪੁਲਿਸ ਵੀ ਜਿਹੜੀ ਹੈਗੀ ਆ ਉਹ ਵੀ ਆਊਟ ਨੰਬਰ ਆ, ਜਿਹੜੇ ਰੋਕਣ ਵਾਲੇ ਆ ਉਹ ਕੁਛ ਵੀ ਨੀ ਹੈਗੇ, ਹਜ਼ਾਰਾਂ ਦੇ ਵਿੱਚ ਜਿਹੜਾ ਬੰਦਾ ਉਹ ਆ। ਤੇ ਇਹਦੇ ਵਿੱਚ ਹੁਣ ਓਬਵੀਅਸਲੀ ਉਹਨਾਂ ਦਾ ਕੰਸਰਨ ਇਹ ਆ ਕਿ ਕਈ ਤਾਂ ਹੁਣ ਕੰਮ ਕਾਰ ਵਾਲੇ ਆ, ਪਰ ਹੁਣ ਹਰੇਕ ਕੰਟਰੀ ਨੇ ਆਪਣੇ ਜਸੂਸ ਵੀ ਭੇਜਣੇ ਆ, ਆਪਣੇ ਜਿਹੜੇ ਉਹਨਾਂ ਦੇ ਸਾਊਥ ਅਮੈਰੀਕਾ ਤੋਂ ਡਰੱਗੀ ਜਿਹੜੇ ਦੂਜੇ ਆਪਣੇ ਡਰੱਗ ਡੀਲਰ ਆ, ਗੈਂਗ ਵਾਲੇ ਲੋਕ ਆ ਸਾਰੇ, ਉਹ ਵੀ ਕਾਫੀ ਜ਼ਿਆਦਾ ਲੋਕ ਇੱਧਰੋਂ ਉੱਧਰੋਂ ਜਿਹੜੇ ਕੋਈ ਕ੍ਰਾਈਮ ਕਰਕੇ ਆਇਆ ਕੋਈ ਕੁਛ ਕਰਕੇ ਆਇਆ, ਕਿ ਜਿਹੜੀ ਬੈਕਗਰਾਉਂਡ ਚੱਕ ਆ ਅਮਰੀਕਾ ਦੀ, ਹੁਣ ਉਹਦੇ ਵਿੱਚ ਵੀ ਤੁਸੀਂ ਦੇਖੋ ਕਿੰਨੇ ਜ਼ਿਆਦਾ ਚੈਲੇਂਜ ਆ। ਖੜੇ ਪੈਰ ਤਾਂ ਹੁਣ ਕਿਸੇ ਦਾ ਇੰਨਾ ਡੀਪ ਤੁਸੀਂ ਬੈਕਗਰਾਉਂਡ ਚੈੱਕ ਨਹੀਂ ਕਰ ਸਕਦੇ, ਤੇ ਸਿਕਿਉਰਿਟੀ ਸਿਚੁਏਸ਼ਨ ਆ, ਇਨਫਰਾਸਟ੍ਰਕਚਰ ਦੀ ਕਿੰਨੀ ਵੱਡੀ ਹੁਣ ਪ੍ਰੋਬਲਮ ਆ, ਵੱਡੇ ਸ਼ਹਿਰਾਂ 'ਚ ਤੁਸੀਂ ਦੇਖਿਆ ਹੀ ਹੈ ਕਿ ਈਵਨ ਜਿਹੜਾ ਜਦੋਂ ਹੁਣ ਈਵਨ ਮਿਡਵੈਸਟ ਵਗੈਰਾ 'ਚ ਵੀ ਕਰੀ ਵੀ, ਉੱਥੇ ਆਪਾਂ ਹੁਣ ਜਿੱਦਾਂ ਪੜ੍ਹਨ ਪੁੜਨ ਗਏ ਸੀ, ਕੰਮ ਕੁੰਮ ਕਰਦੇ ਸੀ, ਤੇ ਉਹਨਾਂ ਨਾਲ ਗੱਲ ਕਰੋ ਜਿਹੜੇ ਲੋਕੀ ਉੱਥੇ ਰਹਿੰਦੇ ਆ, ਤੇ ਹਾਈ ਸਕੂਲਾਂ ਦੇ ਵਿੱਚ ਤੁਸੀਂ ਲਗਾ ਲਓ ਕਿ ਉਹ ਕਹਿੰਦੇ ਕਿ ਕਈ ਵਾਰੀ ਨਾ ਤੁਸੀਂ ਹੁਣ ਫਿਜ਼ਿਕਸ ਕੈਮਿਸਟਰੀ ਮੈਥ ਆ ਤੇ ਤਿੰਨੋਂ ਇੱਕ ਸਾਲ ਲੈ ਵੀ ਨੀ ਸਕਦੇ, ਕਿ ਉਹਨਾਂ ਨੇ ਕਹਿਣਾ ਸਾਲ ਤੇਰੀ ਫਿਜ਼ਿਕਸ ਹੀ ਚੱਲਣੀ ਆ, ਕਲਾਸ ਦੂਜੀ ਆਫਰ ਹੀ ਨੀ ਹੈਗੀ, ਸਟੂਡੈਂਟ ਹੀ ਇੰਨੇ ਜ਼ਿਆਦਾ ਬਹਿ ਨੀ ਸਕਦੇ ਕਲਾਸ ਦੇ ਵਿੱਚ। ਹਾਂ ਨਿਆਣੇ ਕਿ ਸਕੂਲ ਕਿ ਆਊਟ ਇੰਨਾ ਜਿਹੜੀਆਂ ਜਗ੍ਹਾ ਸੀਗੀਆਂ ਜਿੱਥੇ ਜੇ ਚਾਰ ਜਣਿਆਂ ਦੀ ਰੋਹ ਸੀਗੀ ਤਾਂ ਉਹਨਾਂ ਨੇ 10 ਜਣੇ ਕਰਤੇ ਕਿ ਓਵਰ ਕਰਾਊਡਿਡ ਜਿੱਦਾਂ ਕਲਾਸਰੂਮ ਸਾਰੇ, ਤੇ ਹਰੇਕ ਸਾਲ ਜਿਹੜੀ ਕਲਾਸਿਸ ਵੀ ਉਹ ਆਫਰ ਨਹੀਂ ਕਰ ਪਾ ਰਹੇ ਕਿ ਤੂੰ ਅੱਜ ਫਿਜ਼ਿਕਸ ਲੈਣੀ ਤਾਂ ਇੱਕ ਸਾਲ ਤੇਰੀ ਫਿਜ਼ਿਕਸ ਚੱਲਣੀ, ਅਗਲੇ ਸਾਲ ਤੇਰੀ ਕੈਮਿਸਟਰੀ ਆ। ਸੋ ਸਕੂਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਉੱਤੇ, ਨਿਊਯਾਰਕ ਦਾ ਸਾਨੂੰ ਪਤਾ ਹੀ ਹੈ ਕਿ ਈਵਨ ਜਿਹੜੇ ਜਿਮ ਵਗੈਰਾ ਸੀਗੇ, ਫੈਸਿਲਿਟੀ ਸੀਗੀਆਂ ਜਿਹੜੀਆਂ ਉਹ ਸਾਰੀਆਂ, ਕਿ ਸਾਇਲੀਆਂ ਨੂੰ ਹੁਣ ਜਗ੍ਹਾ ਦੇਣੀ ਆ। ਉਹ ਕਈ ਵਾਰੀ ਆਪਾਂ ਦੇਖਿਆ ਪੁਲਾਂ ਥੱਲੇ ਜਦੋਂ ਆਪਣੇ ਸਪੈਸ਼ਲੀ ਅਫਗਾਨੀ ਜਦੋਂ ਆਏ ਸੀ, ਇੰਨੇ ਜ਼ਿਆਦਾ ਹੁਣ ਭਰ ਭਰ ਕੇ ਜਦੋਂ ਆਏ ਸੀਗੇ, ਤੇ ਢਾਂਚਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਆ ਇੱਥੇ ਕਿੱਦਾਂ ਚੱਲਦਾ। ਫਿਰ ਵੱਡੇ ਸ਼ਹਿਰਾਂ ਨੂੰ ਵੀ ਹੁਣ ਜਦੋਂ ਉਹਨਾਂ ਨੇ ਬੱਸਾਂ ਭਰ ਭਰ ਕੇ ਜਹਾਜ਼ਾਂ ਰਾਹੀਂ ਭੇਜਣਾ ਸ਼ੁਰੂ ਕਰਤਾ, ਤੇ ਜਿਹੜੇ ਲਿਬਰਲ ਸਿਟੀ ਆ ਉਹਨਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯਾਰ ਇਹ ਤਾਂ ਵਾਕਈ ਅਣਗਿਣਤ ਸਪਲਾਈ ਆ। ਉਹ ਕਹਿੰਦੇ ਕਿ ਸਾਨੂੰ ਪਹਿਲਾਂ ਲੱਗਦਾ ਸੀ ਕਿ ਟੈਕਸਿਸ ਵਾਲੇ ਫਲੋਰੀਡਾ ਵਾਲੇ ਸ਼ੈਤਾਨੀ ਕਰਦੇ ਆ, ਜਦੋਂ ਉਹਨਾਂ ਨੇ ਭੇਜਣਾ ਸ਼ੁਰੂ ਕਰਤਾ ਹੁਣ ਪਤਾ ਲੱਗਦਾ ਉਹਨਾਂ ਨੂੰ, ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਫਿਰ ਸਪਲਾਈ ਰੁਕਣੀ ਨੀ। ਸੋ ਇਹ ਚੀਜ਼ ਆ ਜੀ। ਸੋ ਅਗਲੇ ਸਾਲ ਕਈ ਕੁਛ ਜਿਹੜਾ ਹੋਣਾ ਆ, ਇਹ 2 ਸਾਲ ਮੈਨੂੰ ਲੱਗਦਾ ਅਟਰਨੀ ਟੇਕ ਕਹਿਣਾ ਜੀ, ਜ਼ਿਆਦਾ ਇਮੀਗ੍ਰੇਸ਼ਨ ਦੀ ਗੱਲ ਹੁੰਦੀ ਆ, ਇੱਕ ਇਲੈਕਸ਼ਨ ਈਅਰ ਤੋਂ ਪਹਿਲਾਂ ਵਾਲਾ ਸਾਲ, ਅਤੇ ਇੱਕ ਜਦੋਂ ਜਿਹੜਾ ਜਿੱਤ ਕੇ ਆ ਜਾਂਦਾ ਉਹ ਵਾਲੇ ਸਾਲ, ਇਹ 2 ਸਾਲ ਜ਼ਿਆਦਾ ਗੱਲ ਹੋਣੀ ਆ, ਬਾਅਦ ਦੇ ਵਿੱਚ ਐਂ ਸ਼ਾਂਤੀ ਹੋ ਜਾਣੀ ਆ, ਫਿਰ ਉਦੋਂ ਰੌਲਾ ਪੈਣਾ, ਫਿਰ ਰੌਲਾ ਪੈਣਾ, ਫਿਰ ਸ਼ਾਂਤੀ, ਫਿਰ ਰੌਲਾ। ਸਲਿਊਸ਼ਨ ਕਿਸੇ ਦੇ ਕੋਲ ਨਹੀਂ, ਨਾ ਹੀ ਉਹਨਾਂ ਨੇ ਕੋਈ ਕੱਢਣ ਦੀ ਕੋਸ਼ਿਸ਼ ਕਰਨੀ ਆ, ਉੱਧਰੋਂ ਵੀ ਬਿਆਨ ਤੱਤੇ ਤੱਤੇ, ਦੂਜੇ ਪਾਸੋਂ ਵੀ ਬਿਆਨ ਤੱਤੇ ਤੱਤੇ, ਇੱਕ ਦੂਜੇ ਦੇ ਉੱਤੇ ਜਿਹੜੀ ਕਾਲਕ ਆ ਉਹਨਾਂ ਨੇ ਵੜੀ ਜਾਣੀ ਆ। ਜਿਹੜੇ ਆ ਰਹੇ ਆ ਉਹਨਾਂ ਦੇ ਲਈ ਵੀ ਕੁਛ ਨਹੀਂ, ਜਿਹੜੇ ਆਲਰੇਡੀ ਇੱਥੇ ਆ
ਉਹਨਾਂ ਨੇ ਕੀ ਕੋਈ ਰਾਹ ਦਿਖਾਉਣਾ ਆ, ਕੁਛ ਕਰਨਾ ਆ, ਜਾਂ ਇੱਦਾਂ ਹੀ ਸਿਸਟਮ ਦੇ ਵਿੱਚ ਝੁਰਦੇ ਰਹਿਣਾ ਆ ਉਹਨਾਂ ਨੇ, ਇਹੀ ਕੁਛ ਜਿਹੜਾ ਉਹ ਚੱਲੀ ਜਾ ਰਿਹਾ ਆ। ਸਟੇਟਸ ਆਪਣੇ ਪੱਧਰ ਦੇ ਉੱਤੇ ਕਾਨੂੰਨ ਬਣਾ ਰਹੀਆਂ ਆ, ਸੋ ਹੋਰ ਸਾਰਾ ਕੁਛ ਉੱਦਾਂ। ਅਟਾਰਨੀ ਟੇਕ ਕਹਿਣਾ ਜੀ, ਜੇ ਕੋਈ ਤੁਹਾਨੂੰ ਅਪਡੇਟਸ ਆ ਰਹੀ ਆ, ਕੋਈ ਆ ਕੇ ਬਾਰਡਰ ਤੋਂ ਤੁਹਾਨੂੰ ਹਾਇਰ ਕਰ ਰਿਹਾ ਆ ਜਾਂ ਬੌਂਡ ਨੂੰ ਲੈ ਕੇ, ਉੱਥੇ ਸਵਾਲ ਜਵਾਬ ਨੂੰ ਲੈ ਕੇ, ਉੱਥੇ ਕਿੱਦਾਂ ਦੀ ਸਥਿਤੀ ਜਿਹੜੀ ਇਸ ਟਾਈਮ ਆ, ਟ੍ਰਾਂਜ਼ਿਟ ਬੈਨ ਦਾ ਕੀ ਅਸਰ ਵਗੈਰਾ ਦੇਖਦੇ ਹੋ, ਉਹਦਾ ਕੀ ਅਪਡੇਟਸ ਆ ਉਹਨੂੰ ਲੈ ਕੇ? ਸੋ ਆਪਣੇ ਜਿਹੜੇ ਦੋ ਬਾਰਡਰ ਹੋ ਗਏ ਆਪਣੇ, ਹਨਾ, ਕਿ ਕੈਨੇਡਾ ਰਾਹੀਂ ਕਈਆਂ ਨੇ ਆਉਣਾ, ਕਈਆਂ ਨੇ ਆਉਣਾ ਆਪਣੇ ਮੈਕਸੀਕੋ ਰਾਹੀਂ। ਬਿਲਕੁਲ। ਜਿਹੜੇ ਕੈਨੇਡਾ ਵਾਲੇ ਆ, ਉਹ ਹੁਣ ਡਿਪੈਂਡ ਕਰਦਾ ਹੁਣ ਕਿਹੜੇ ਪੱਖ ਦੀ ਆਪਾਂ ਗੱਲ ਕਰੀਏ, ਹਨਾ, ਕਿ ਆਪਾਂ ਜਿਹੜੀ ਖ਼ਬਰ ਦੇਣੀ ਆ ਐਜ਼ ਆ ਇਮੀਗ੍ਰੇਸ਼ਨ ਲਾਇਰ, ਆਪਾਂ ਉਹ ਹਿਸਾਬ ਨਾਲ ਦੇਣੀ ਆ ਕਿ ਨਹੀਂ ਯਾਰ ਬਾਰਡਰ ਬਿਲਕੁਲ ਹੀ ਦਿਨ ਰਾਤ ਹੀ ਖੁੱਲਾ, ਕੋਈ ਚੱਕਰ ਹੀ ਨਹੀਂ, ਕਿਸੇ ਨੂੰ ਰੋਕਣਾ ਨਹੀਂ ਚਾਹੀਦਾ। ਕਿ ਆਪਾਂ ਇੱਕ ਓਬਜੈਕਟਿਵ ਰੱਖ ਕੇ ਦੇਖਣੀ ਆ ਕਿ ਦੇਸ਼ ਦੇ ਲੋਕੀ ਕੀ ਸੋਚਦੇ ਆ ਜਾਂ ਸਰਕਾਰਾਂ ਕੀ ਸੋਚਦੀਆਂ, ਸਿਸਟਮ ਕੀ ਸੋਚਦਾ। ਜਿਹੜੀ ਸਾਡੀ ਖ਼ਬਰ ਆ ਉਹ ਇਹ ਆ ਕਿ ਉਹ ਇੱਕ ਬੈਲੈਂਸ ਰੱਖ ਕੇ ਆ ਕਿ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਉਹਦਾ ਵੀ ਜੇ ਇੱਕ ਨਾਲੋ ਨਾਲ ਆਪਾਂ ਆਪਣਾ ਪਰਸਪੈਕਟਿਵ ਜ਼ਰੂਰ ਆਪਾਂ ਪੇਸ਼ ਕਰਦੇ ਹਾਂ। ਸੋ ਕੀ ਸੀਗਾ ਕਿ ਹੁਣ ਕੈਨੇਡਾ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਜ਼ਿਆਦਾ ਸਟੂਡੈਂਟ ਜਿਹੜੇ ਸੀਗੇ, ਉਹਨਾਂ ਨੂੰ ਲੋੜ ਸੀਗੀ ਅਤੇ ਬਹੁਤ ਜ਼ਿਆਦਾ ਉੱਥੇ ਓਵਰਕਰਾਊਡ ਕਰਤਾ ਉਹਨਾਂ ਨੇ, ਜਿੱਦਾਂ ਆਪਾਂ ਵੀਡੀਓ ਦੇਖਦੇ ਹਾਂ ਨਾਇਗਰਾ ਫਾਲ ਦੀਆਂ, ਇੱਧਰ ਟੋਰਾਂਟੋ ਦੀਆਂ, ਬ੍ਰੈਂਪਟਨ ਦੀਆਂ, ਉਹਨਾਂ ਦਾ ਜਿਹੜਾ ਢਾਂਚਾ ਸੀਗਾ ਉਹ ਵੀ ਕੈਚਅਪ ਨਹੀਂ ਕਰ ਪਾਇਆ, ਹੈ ਨਾ। ਉਦੋਂ ਇਹ ਕਹਿੰਦੇ ਸੀਗੇ ਕੈਨੇਡਾ ਵਾਲੇ ਕਿ ਇਹਨਾਂ ਨੂੰ ਲੋਕਾਂ ਦੀ ਲੋੜ ਆ, ਇਮੀਗ੍ਰੈਂਟ ਚਾਹੀਦੇ। ਹੁਣ ਉਹਨਾਂ ਦੀ ਜਿਹੜੀ ਇਕਾਨਮੀ ਆ, ਰੀਅਲ ਅਸਟੇਟ ਵਗੈਰਾ ਸਾਰੇ ਜਿਹੜੇ ਸੀਗੇ, ਘਰ ਘੁਰ, ਹਾਊਸਿੰਗ ਕ੍ਰਾਈਸਿਸ, ਉੱਥੇ ਕਿਸੇ ਹੱਦ ਤੱਕ ਜਿਹੜਾ ਇਮੀਗ੍ਰੈਂਟਸ ਨੇ ਕੰਮ ਖਿੱਚਿਆ ਹੋਇਆ ਸੀਗਾ ਉੱਥੇ, ਕਿਉਂ ਆਪ ਦੀ ਤਾਂ ਕੋਈ ਐਸ ਸੱਚ ਇੰਡਸਟਰੀ ਇੰਨੀ ਵੱਡੀ ਕੋਈ ਸੀਗੀ ਨਹੀਂ, ਕੋਈ ਥੋੜ੍ਹੀ ਮੋਲਡਿੰਗ ਫੈਬਰੀਕੇਸ਼ਨ ਦੀ ਲਾ ਲਓ, ਥੋੜ੍ਹੀ ਬਹੁਤੀ ਆਈ ਟੀ ਦੀ ਲਾ ਲਓ, ਉੱਧਰਲੇ ਬੰਨੇ ਅਤੇ ਠੰਡੇ ਜਿੱਦਾਂ ਮੁਲਕ ਉੱਪਰ ਬਰਫ਼ ਪੈਂਦੀ ਸਾਰੇ ਜਿਹੜੇ ਇਲਾਕਿਆਂ 'ਚ, ਅਤੇ ਟਰਾਂਸਪੋਰਟੇਸ਼ਨ ਦਾ ਵੀ ਜਿਹੜਾ ਕੰਮ ਸੀਗਾ ਜ਼ਿਆਦਾ ਅਮਰੀਕਾ ਕਰਕੇ, ਅਮੈਰੀਕਾ ਦੀ ਇਕੋਨਮੀ ਵੱਡੀ ਸੀਗੀ ਉਹਦੇ ਕਰਕੇ ਕਾਫ਼ੀ ਜਿਹੜੇ ਬਾਰਡਰ ਸਿਟੀ ਸੀਗੇ ਉਹ ਜ਼ਿਆਦਾ ਬਿਜ਼ਨਸ ਉਹਨਾਂ 'ਚ ਹੁੰਦਾ ਸੀਗਾ, ਐਕਟੀਵਿਟੀ ਰਹਿੰਦੀ ਹੈ। ਅਤੇ ਜਦੋਂ ਤੁਸੀਂ ਉਸੇ ਮੁਲਕ ਦੇ ਵਿੱਚ ਉੱਪਰ ਜਾ ਕੇ ਵੇਖੋ, ਬਰਫ਼ਾਂ ਬਰਫ਼ਾਂ ਜ਼ਿਆਦਾ ਅਤੇ ਇਕੋਨਮੀ ਉਨੀਆਂ ਛੋਟੀਆਂ ਉੱਥੇ ਹੋ ਜਾਂਦੀਆਂ। ਸੋ ਇਹਦੇ ਵਿੱਚ ਕੀ ਕੀਤਾ ਕਿ ਜਦੋਂ ਤੁਸੀਂ ਇਹਨਾਂ ਦਾ ਸਿਸਟਮ ਦੇਖੋ, ਜੋ ਵੀ ਸੀਗਾ ਕਿ ਰੈਲੇਟਿਵਲੀ ਈਜ਼ੀ ਸੀਗਾ ਅਮਰੀਕਾ ਨਾਲੋਂ, ਵੀਜ਼ਾ ਲੱਗਣਾ ਅਤੇ ਐਜ਼ ਅ ਸਟੂਡੈਂਟ ਜਾਣਾ ਅਤੇ ਅੱਗੇ ਪੱਕੇ ਹੋਣਾ, ਅਤੇ ਬਿਨਾਂ ਮਤਲਬ ਡਿਗਰੀ ਵਾਲਾ ਬੰਦਾ ਵੀ ਜਿਹੜਾ ਸੀਗਾ ਸਟੂਡੈਂਟ ਰਾਊਟ ਕੈਨੇਡਾ 'ਚ ਜਿੱਦਾਂ ਪੱਕਾ ਹੋ ਸਕਦਾ ਸੀਗਾ, ਚਾਂਸ ਸੀਗੇ। ਅਤੇ ਹੁਣ ਕੈਨੇਡਾ ਦੇ ਤਾਂ ਆਪਾਂ ਇਮੀਗ੍ਰੇਸ਼ਨ ਐਕਸਪਰਟ ਹੈ ਨਹੀਂ ਕਿ ਉਹਦੇ ਬਾਰੇ ਕੋਈ ਸਲਾਹ ਦੇਈਏ, ਪਰ ਜਿੰਨਾ ਕੁ ਅਮਰੀਕਾ 'ਚ ਬਹਿ ਕੇ ਪਤਾ ਲੱਗਦਾ ਜੀ, ਦਿਨ ਦੇ ਵਿੱਚ ਜਿਹੜੀ 50% ਜਿਹੜਾ ਹੁਣ ਕਾਲਾਂ ਕਲਾਇੰਟ ਜਿਹੜੇ ਹੈਗੇ ਉਹ ਹੈਗੇ ਜਿਹੜੇ ਕੈਨੇਡਾ 'ਚ ਆਏ ਸੀਗੇ ਸਟੂਡੈਂਟ ਬਣ ਕੇ, ਕਿ ਉਹ ਤਾਂ ਕਹਿੰਦੇ ਉਹਨਾਂ ਨੂੰ ਹੁਣ ਤੁਸੀਂ ਦੱਸਦੇ ਆ ਕਿ ਯਾਰ ਅਮਰੀਕਾ ਅਤੇ ਕੈਨੇਡਾ ਨੇ ਟ੍ਰੀਟੀ ਸਾਈਨ ਕਰ ਲਈ ਕਿ ਜੇ ਤੁਸੀਂ ਆਉਂਦੇ ਆ ਤਾਂ ਉਹਨਾਂ ਨੇ ਤੁਹਾਡਾ ਅਸਾਈਲਮ ਇਵੈਂਚੁਅਲੀ ਰਿਜੈਕਟ ਹੀ ਕਰਨਾ, ਕਿਉਂਕਿ ਉਹਨਾਂ ਨੇ ਆਪਸ 'ਚ ਟ੍ਰੀਟੀ ਸਾਈਨ ਕਰ ਲਈ ਕਿ ਤੁਸੀਂ ਨਹੀਂ ਆ ਸਕਦੇ ਇਸ ਸਾਲ ਦੇ ਮਾਰਚ ਅਪ੍ਰੈਲ ਜਿਹੜੀ ਵੀ ਕੱਟ ਆਫ ਡੇਟ ਸੀ, ਉਸ ਤੋਂ ਬਾਅਦ ਵਾਲੇ ਪਹਿਲਾਂ ਰੋਕ ਟੋਕ ਨਹੀਂ ਸੀਗੀ। ਉਦੋਂ ਲੱਗਦਾ ਸੀ ਯਾਰ ਪਤਾ ਨਹੀਂ ਇਹ ਕੈਨੇਡਾ ਅਤੇ ਅਮਰੀਕਾ ਵਾਲਿਆਂ ਨੇ ਕੀ ਚੱਕਰ ਆ, ਸ਼ਾਇਦ ਉਹਨਾਂ ਨੇ ਵੀ ਦੇਖਿਆ, ਉਹਨਾਂ ਨੇ ਵੀ ਆਪਣੀ ਅਸੈਸਮੈਂਟ ਕਰ ਲਈ ਕਿ ਇਹ ਇੱਦਾਂ ਹੀ ਹੋਣਾ ਕਿ ਲੋਕਾਂ ਨੇ ਨਾ ਇੰਨੇ ਜ਼ਿਆਦਾ ਲੋਕ ਹੁਣ ਆ ਗਏ ਆ, ਅਤੇ ਜੇ ਆਪਾਂ ਇਹ ਟ੍ਰੀਟੀ ਨਹੀਂ ਸਾਈਨ ਕੀਤੀ, ਉਹਨਾਂ ਨੇ ਪਹਿਲਾਂ ਕੈਨੇਡਾ 'ਚ 10 ਸਾਲ ਲਾਣੇ, ਫਿਰ ਨਹੀਂ ਬਣਿਆ ਉਹਨਾਂ ਨੇ ਇੱਧਰ ਅਮਰੀਕਾ 'ਚ ਲਾਣੇ, ਉਹਨਾਂ ਨੇ ਇਹ ਸਿਸਟਮ 'ਚ ਰਹਿਣਾ, ਅਤੇ ਸੇਮ ਥਿੰਗ ਅਮਰੀਕਾ 'ਚ ਜਿਹਨਾਂ ਦੇ ਨਹੀਂ, ਉਹਨਾਂ ਨੇ ਕੈਨੇਡਾ ਜਾਣਾ। ਸੋ ਦੋਨੋਂ ਕੰਟਰੀਆਂ ਨੇ ਆਪਸ 'ਚ ਪਹਿਲਾਂ ਦਾ ਟ੍ਰੀਟੀ ਸਾਈਨ ਕਰ ਲਈ ਕਿ ਦੂਜੀ ਕੰਟਰੀ 'ਚ ਤੁਸੀਂ ਕਰਕੇ ਆਓ, ਫਿਰ ਵੇਖਾਂਗੇ। ਹੁਣ ਇਹਦੇ ਬੇਸ 'ਤੇ ਉਹਨਾਂ ਨੇ ਕੀ ਕੀਤਾ ਕਿ ਕੈਨੇਡਾ ਦੇ ਵਿੱਚ ਜਿਹੜਾ ਸੇਫ ਐਂਟਰ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਹਨੂੰ ਫੜ ਕੇ ਉਹਨੂੰ ਇਹ ਟ੍ਰੀਟੀ ਦੇ ਥੱਲੇ ਲੋਕਾਂ ਨੂੰ ਨਾ ਵਾਪਸ ਘੱਲ ਦਿੰਦੇ ਆ 5 ਸਾਲ ਦਾ ਬੈਨ ਲਾ ਕੇ। ਬਹੁਤ ਜ਼ਿਆਦਾ ਪੰਜਾਬੀ ਜਿਹੜੇ ਬੌਂਡ ਲਈ, ਜਿੱਦਾਂ ਤੁਸੀਂ ਕਹਿੰਦੇ ਨਾ ਬੌਂਡ ਲਈ ਹਾਇਰ ਕਰਦੇ ਸੀਗੇ, ਉਹਦਾ ਬੌਂਡ ਬੂੰਡ ਦੀ ਆਪਸ਼ਨ ਹੀ ਨਹੀਂ ਹੈਗੀ, ਉਹਨਾਂ ਨੇ ਜੇਲ੍ਹ 'ਚ ਪਾ ਕੇ ਉੱਥੋਂ ਹੀ ਉਹਨਾਂ ਨੇ ਜਿਹੜਾ ਵਾਪਸ ਭੇਜ ਦੇਣਾ। ਉਹਨੂੰ ਪਤਾ ਕਿ ਬੌਂਡ ਤਾਂ ਦਓਗੇ ਤਾਂ ਬੰਦਾ ਵਾਪਸ ਨਹੀਂ ਜਾਣਾ ਅਮਰੀਕਾ 'ਚੋਂ, ਅਤੇ ਸਾਨੂੰ ਜਿਹੜਾ ਇਹ ਟ੍ਰੀਟੀ ਦੇ ਥੱਲੇ ਉੱਥੇ ਹੀ ਜਿਹੜਾ ਕਿ ਸਾਇਲਮ ਨਹੀਂ ਤੁਸੀਂ ਫਾਈਲ ਕੀਤਾ, ਉਹਨਾਂ ਨੂੰ ਵਾਪਸ ਭੇਜ ਦਿੰਦੇ ਆ। ਕੁਛ ਇੱਕ ਇਹਦੀਆਂ ਲਿਮਿਟਿਡ ਜਿਹੀਆਂ ਫੈਮਿਲੀ ਫੁਮਲੀ ਅਰਜੈਂਸੀ ਉਹਦੀਆਂ ਐਕਸੈਪਸ਼ਨ ਹੈਗੀਆਂ, ਬਹੁਤ ਨੈਰੋ, ਪਰ ਜ਼ਿਆਦਾਤਰ ਜਿਹੜੇ ਸੀਗੇ ਇਹਦੇ ਵਿੱਚ ਨਾ ਸਟੂਡੈਂਟਸ ਦੇ ਸਾਨੂੰ ਬਹੁਤ ਫੋਨ ਆਉਂਦੇ ਆ, ਅਤੇ ਆਪਾਂ ਕਦੀ ਵੀ ਇਨਕਰੇਜ ਨਹੀਂ ਕੀਤਾ ਕਿਸੇ ਨੂੰ ਕਿ ਕੈਨੇਡਾ 'ਚ, ਆਪਾਂ ਇਹੀ ਕਿਹਾ ਕਿ ਨਹੀਂ ਤੁਸੀਂ ਸਾਇਲਮ ਉੱਥੇ ਅਪਲਾਈ ਹੋਊਗਾ, ਜੇ ਡਿਨਾਈ ਹੋਊਗਾ ਫਿਰ ਹੀ ਆਪਸ਼ਨ ਹੈ। ਬਿਲਕੁਲ। ਹੁਣ ਇਸ ਸਿਚੁਏਸ਼ਨ ਦੀ ਰਿਐਲਿਟੀ ਕੀ ਹੈਗੀ ਹੈ, ਰਿਐਲਿਟੀ ਇਹਦੀ ਇਹ ਹੈਗੀ ਆ ਕਿ ਉਹਨੂੰ ਇਹ ਸਾਰਿਆਂ ਨੂੰ ਪਤਾ ਕਿ ਜਿੰਨੇ ਵੀ ਕੰਸਲਟੇਸ਼ਨ ਬਣਾਈ ਹੈ, ਹੈ ਨਾ, ਅਤੇ 70-80% ਜਿਹੜੀਆਂ ਕੰਸਲਟੇਸ਼ਨ ਆਪਣੀਆਂ ਹੈਗੀਆਂ, ਜੇ ਕਿਤੇ ਮੈਂ ਰਿਕਾਰਡਿੰਗ ਪਲੇ ਕਰਾਂ, ਮਤਲਬ ਆਫਕੋਰਸ ਕੋਨਫੀਡੈਂਸ਼ੀਅਲਟੀ ਪ੍ਰੋਵੀਜ਼ਨ ਕਰ ਨਹੀਂ ਸਕਦਾ ਬੰਦਾ, 70-80% ਜਿਹੜੇ ਕੇਸ ਹਨ ਕਿਤੋਂ ਵੀ ਭਾਵੇਂ ਅਮਰੀਕਾ ਦੇ ਵਿੱਚੋਂ ਵੀ, ਉਹ ਆਪਾਂ ਛੱਡ ਰਹੇ ਹਾਂ। ਕਿਉਂ ਛੱਡ ਰਹੇ ਹਾਂ? ਕਿਉਂਕਿ ਉਹਨਾਂ ਨੂੰ ਸਲਾਹ ਸਿੱਧੀ ਹੈਗੀ ਕਿ ਨਹੀਂ ਤੁਹਾਡਾ ਪ੍ਰੂਵ ਨਹੀਂ ਹੋ ਸਕਦਾ, ਤੁਸੀਂ ਨਾ ਆਓ,
ਤੁਸੀਂ ਉੱਥੇ ਰਹਿ ਕੇ ਆਪਣੀ ਜਿਹੜੀ ਪੀਆਰ ਲਓ ਕੈਨੇਡਾ ਦੀ, ਸਿਟੀਜ਼ਨ ਬਣੋ ਫੇਰ ਆਓ। ਠੀਕ ਹੈ, ਪਰ ਕਈਆਂ ਕੋਲ ਪੀਆਰ ਵੀ ਹੈ ਨਾ, ਉਹ ਕਹਿੰਦਾ ਨਹੀਂ, ਕਹਿੰਦਾ ਮੈਂ ਅਮਰੀਕਾ ਆਉਣਾ ਹੀ ਆਉਣਾ ਵਾ। ਉਹਨੂੰ ਤੁਸੀਂ 2-4 ਵਾਰੀ, 5 ਵਾਰੀ, 10 ਵਾਰੀ, ਜਿੰਨਾ ਮਰਜ਼ੀ ਉਹ ਜਿਹੜੇ ਬੰਦੇ ਨੇ ਧਿਆਇਆ, ਉਹਨੇ ਆਉਣਾ ਹੀ ਆਉਣਾ, ਉਹਨੇ ਆਉਣਾ ਹੀ ਆਉਣਾ। ਉਹਨੂੰ ਕੋਈ, ਮੈਂ ਦੇਖਿਆ ਕਿ ਵਕੀਲ ਵੀ ਰੋਕ ਨਹੀਂ ਸਕਦਾ, ਅਲਟੀਮੇਟਲੀ ਉਹਦਾ ਹੀ, ਉਹਨੇ ਕਹਿਣਾ ਯਾਰ ਜ਼ਿਆਦਾ ਨੈਗੇਟਿਵ ਕਹਿੰਦਾ ਵਾ, ਸ਼ਾਇਦ ਇਹਦੇ ਕੋਲ ਨਹੀਂ ਹੋਣਾ, ਸ਼ਾਇਦ ਦੂਜਾ ਵਕੀਲ ਉਹਦੇ ਕੋਲ ਕੋਈ ਜ਼ਿਆਦਾ ਵੱਡਾ ਜਾਦੂ ਹੀ ਛੜੀ ਆ। ਹੁੰਦਾ ਪਤਾ ਜਾਦੂ ਦੀ ਛੜੀ, ਉਹਨੇ ਪੱਕਾ ਕਰਾ ਦੇਣਾ। ਤੇ ਕਾਫੀ ਚੀਜ਼ਾਂ ਦੇ ਵਿੱਚ ਆਪਣੀ ਜਿਹੜੀ ਪੋਜੀਸ਼ਨ ਆ, ਜੋ ਲੀਗਲ ਪੋਜੀਸ਼ਨ ਆ, ਉਹ ਜਿੱਦਾਂ ਦੀ ਪੋਜੀਸ਼ਨ ਉਦਾਂ ਦੀ ਸਟੇਟ ਕਰਨੀ। ਉਹਦੇ ਵਿੱਚ ਕੋਈ ਏਦਾਂ ਨਹੀਂ ਕਿ ਕੰਸਲਟੇਸ਼ਨ, ਉਸ ਤੋਂ ਵੱਧ ਵੀ ਬਿਜ਼ਨਸ ਜਿਹੜਾ ਬਣਾਉਣਾ। ਹੁਣ ਚੱਕਰ ਕੀ ਹੁੰਦਾ ਕਿ ਤੁਸੀਂ ਦੇਖਦੇ ਆ ਕਿ ਇੱਕ ਬੰਦਾ ਕਹਿ ਰਿਹਾ ਕਿ ਫ੍ਰੀ ਕੰਸਲਟੇਸ਼ਨ ਵਾਲੀ ਜਿਹੜੀ ਆਪਾਂ ਗੱਲ ਕਰੀਏ, ਉਹਨੇ ਕੀ ਹੈ ਕਿ ਉਹਨੇ ਆਪਣਾ ਅੱਗੇ ਦੇਖਣਾ ਕਿ ਮੇਰਾ ਫਿਊਚਰ ਦੇ ਵਿੱਚ ਕੇਸ ਆਊਗਾ ਮੇਰੇ ਕੋਲ ਕਿ ਨਹੀਂ ਆਊਗਾ। ਤਾਂ ਆਪਣਾ ਹੁਣ ਕੀ ਹੈ ਕਿ ਰੇਡੀਓ ਰਾਹੀਂ ਵੀ ਹੈ, ਸੋਸ਼ਲ ਮੀਡੀਆ ਰਾਹੀਂ ਵੀ ਹੈ, ਤੇ ਇਹ ਜਿਹੜੇ ਹੁਣ ਜੋ ਵੀ ਆਪਣਾ ਦੱਸੀਦਾ, ਇਹ ਸਾਰਾ ਮਤਲਬ ਤੁਸੀਂ ਚੈੱਕ, ਕ੍ਰੋਸ ਚੈੱਕ ਕਰ ਸਕਦੇ ਨਾ ਕਿ ਇਹ ਸਹੀ ਕਹਿ ਰਹੇ ਆ, ਗਲਤ ਕਹਿ ਰਹੇ ਆ। ਤੇ ਈਵਨ ਸਾਡੇ ਕੋਲ ਵੀ ਕਈ ਵਾਰੀ ਸਵਾਲ ਪੁੱਛ ਲੈਂਦੇ ਆ, ਕਈ ਬੰਦੇ ਸੁਧਰੇ ਵੀ ਆ ਬੜੀਆਂ, ਪਹਿਲਾਂ ਨਕਲੀ ਖਬਰਾਂ ਪਾ ਦਿੰਦੇ ਸੀ ਟਿਕਟੋਕ ਤੇ, ਹੁਣ ਆਪਾਂ ਕਾਲ ਆਊਟ ਕਰ ਦਈਦਾ ਕਿ ਯਾਰ ਏਦਾਂ ਨੀ, ਇਹ ਝੂਠ ਆ ਸਾਰਾ। ਬਿਲਕੁਲ ਬਿਲਕੁਲ, ਹੁਣ ਉਹਨਾਂ ਨੂੰ ਵੀ ਆਪਣੀ ਰੈਪੂਟੇਸ਼ਨ ਦਾ ਥੋੜਾ ਜਿਹਾ ਡਰ ਆ ਗਈ ਯਾਰ, ਐਵੇਂ ਕਿਤੇ ਸੰਸਨੀ ਫੈਲਾ ਕੇ ਲੋਕਾਂ ਨੂੰ ਉਹ ਨਾ ਕਰੀਏ, ਹੈ ਨਾ। ਤੇ ਕਈ ਆ ਕੇ ਆਪਣੇ ਕੰਸਲਟੇਸ਼ਨ ਤੇ ਵੀ ਕਹਿੰਦੇ ਆ ਕਿ ਜਿੱਦਾਂ ਹੁਣ ਆਪਣੇ, ਤੁਸੀਂ ਕਹਿੰਦੇ ਸਾਲ ਦੀ ਸਮਰੀ ਆ ਕਿ ਸਾਲ ਚ ਕੀਤਾ ਕੀ ਆ। ਇੱਕ ਚੀਜ਼ ਸਾਲ ਚ ਇਹ ਸੀਗੀ ਕਿ ਕਮਿਊਨਿਟੀ ਟ੍ਰੇਨਿੰਗ, ਕਿ ਕਮਿਊਨਿਟੀ ਨੂੰ ਬੜਾ ਪਤਾ ਲੱਗਾ ਕਿ ਯਾਰ ਇਹ ਕੈਨੇਡਾ ਅਮਰੀਕਾ ਵਾਲਾ ਮਸਲਾ ਹੈ ਕੀ ਆ। ਨਹੀਂ ਤਾਂ ਵਕੀਲ ਨੇ ਤਾਂ ਕਿਸੇ ਨੇ ਕਹਿਣਾ ਹੀ ਨਹੀਂ ਕਿ ਤੁਸੀਂ ਨਾ ਆਓ, ਆਓ ਜਿੰਨੀ ਪ੍ਰੋਬਲਮ ਚ ਫਸੂਗੇ ਉਨੀ ਜ਼ਿਆਦਾ ਵਕੀਲ ਦੀ ਫੀਸ ਬਣਨੀ ਆ, ਰਾਈਟ। ਸਹੀ ਗੱਲ। ਤੇ ਹੁਣ ਨਾਰਦਰਨ ਬਾਰਡਰ ਦੀ ਜੇ ਗੱਲ ਕਰੀਏ, ਤੁਸੀਂ ਤੁਹਾਨੂੰ ਜੇ ਇਕਾਨਮੀ ਤਾਂ ਹੁਣ ਮੈਨੂੰ ਆਰਥਿਕ ਫਾਈਨੈਂਸ਼ੀਅਲ ਤੇ ਤਾਂ ਕੋਈ ਕਿਸੇ ਦੇ ਕਮੈਂਟ ਕਰ ਨਹੀਂ ਸਕਦਾ, ਕਿਉਂਕਿ ਹਰੇਕ ਬੰਦੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਇੱਕ ਇੱਦਾਂ ਦੀ ਚੀਜ਼ ਆ, ਜਿਹੜਾ ਆਪਾਂ ਬੈਠੇ ਜਿਹੜੀ ਮਰਜ਼ੀ ਗੱਲ ਕਹੀ ਜਾਈਏ, ਪਰ ਜਿਹੜਾ ਬੰਦਾ ਉਹ ਚੋਂ ਲੰਘ ਰਿਹਾ ਉਹਨੂੰ ਹੀ ਪਤਾ ਉਹਦੇ ਕੀ ਚੈਲੰਜਸ ਆ ਅੱਗੇ ਕੈਨੇਡਾ ਦੇ ਵਿੱਚ, ਜਾਂ ਉਹਦੇ ਆਪਣੇ ਦੇਸ਼ ਦੇ ਵਿੱਚ ਕੀ ਚੈਲੰਜ ਆ। ਪਰ ਇੱਦਾਂ ਕਿ ਤੁਸੀਂ ਇਹ ਦੇਸ਼ ਚ ਆ ਗਏ, ਤੁਹਾਡੇ ਹਾਲਾਤ ਸੁਧਰ ਗਏ ਹੌਲੀ ਹੌਲੀ ਕਰਕੇ, ਤੁਹਾਡਾ ਇੱਥੋਂ ਜਾਣ ਦਾ ਜੀ ਨਹੀਂ ਕਰਨਾ, ਇਹਨਾਂ ਨੇ ਤੁਹਾਨੂੰ ਕਹਿਣਾ ਕਿ ਤੈਨੂੰ ਆਪਾਂ ਰੱਖ ਨਹੀਂ ਸਕਦੇ। 2 ਨੰਬਰ ਤੇ ਜਿਹੜਾ ਬਾਰਡਰ ਕ੍ਰੋਸ ਕੀਤਾ, ਉਹ ਵਿਆਹ ਕਰਕੇ ਵੀ ਪੱਕਾ ਨਹੀਂ ਹੋ ਸਕਦਾ, ਤੇ ਇਹਦੇ ਵਿੱਚ ਤੁਹਾਡਾ ਜਿਹੜਾ ਸੈਲਮ ਆ ਕੋਈ ਫਿਊਚਰ ਨਹੀਂ ਉਹਦਾ ਹੈਗਾ। ਮੇਰੀ ਰੈਕਮੈਂਡੇਸ਼ਨ ਉਹਦੀ ਇਹੀ ਹੈ ਕਿ ਜਿਹੜੇ ਸਪੈਸ਼ਲੀ ਪੀਆਰ ਵਾਲੇ, ਕਿ ਪੀਆਰ ਛੱਡ ਛੱਡ ਕੇ ਆਈ ਜਾਂਦੇ, ਕਹਿੰਦੇ ਰੋਜ਼ਗਾਰ ਹੈ ਨਹੀਂ ਦੇਖਾ ਦੇਖੀ ਚ ਨਾ। ਸੋ ਇੱਥੇ ਹੈ ਕਿ US ਦੇ ਵਿੱਚ ਸਲੰਪ ਸਲੁੰਪ ਆਪਾਂ ਵੀ ਵੇਟ ਹੀ ਕਰਦੇ ਕਿ ਕਦੋਂ ਆਉਣਾ ਆਉਣਾ। ਇੱਥੇ ਵੀ ਹੈਗਾ ਵਾ ਉਹ ਜਿਹੜਾ ਗੋਲਡਨ ਟਾਈਮ ਸੀਗਾ, ਕੋਵਿਡ ਕੋਵਿਡ ਚ ਲੋਕਾਂ ਦੇ ਪੈਸੇ ਪੂਹੇ ਬਣੇ ਸੀ, ਉਹ ਰਹਿ ਗਿਆ ਥੋੜਾ ਜਿਹਾ ਪਿੱਛੇ। ਤੇ ਹੁਣ ਇਕਾਨਮੀ ਜਿਹੜੀ ਆ, 2024 ਦੀ ਕਿਸੇ ਨੂੰ ਨੀ ਪਤਾ, ਭਾਵੇਂ ਤੁਸੀਂ ਟਰੱਕਾਂ ਵਾਲਿਆਂ ਨਾਲ ਵੀ ਜੇ ਗੱਲ ਕਰੋ, ਉਹਨਾਂ ਨੂੰ ਵੀ ਪਤਾ ਨੀ ਆ ਕਿ ਫਰਵਰੀ, ਮਾਰਚ, ਅਪ੍ਰੈਲ ਚ ਕੀ ਹਿਸਾਬ ਕਿਤਾਬ ਜਿਹੜਾ ਹੋਣਾ, ਹੈ ਨਾ। ਸੋ ਏਦਾਂ ਹੀ ਕਿਸੇ ਦੇ ਵੇਖਾ ਵੇਖੇ, ਜਿੱਥੇ ਤੁਸੀਂ ਰਹਿੰਦੇ ਆ ਉੱਥੇ ਤੁਹਾਡੇ ਕੋਲ ਜੇ ਪੱਕੇ ਹੋਣ ਦਾ ਚਾਂਸ ਆ, ਜਿਹੜਾ ਉਹ ਦੇਸ਼ ਹੈ ਕਿਤੇ ਵੀ, ਭਾਵੇਂ ਯੂਰੋਪੀਅਨ ਕੰਟਰੀ ਚ ਵੀ ਹੈਗੇ ਆ, ਤੁਸੀਂ ਜ਼ਰੂਰ ਉੱਥੇ ਪਹਿਲਾਂ ਪੱਕੇ ਹੋ, ਆਪਣੀ ਸਿਟੀਜ਼ਨਸ਼ਿਪ ਲਓ, ਤੇ ਉੱਥੇ ਆਪਣਾ ਜਿਹੜਾ E2 ਜਿਹੜੀ ਕੰਟਰੀ ਦੀ ਲਿਸਟ ਚ ਆਉਂਦੇ ਆ, ਉਹ ਆਪਣਾ E2 ਰਾਹੀਂ ਜਿਹੜਾ ਹੈਗਾ ਇਨਵੈਸਟਮੈਂਟ ਦੇ ਰਾਹੀਂ ਹੀ ਆਓ। ਤੇ ਸਾਡੇ ਕੋਲ ਏਦਾਂ ਇਹ ਆ ਕਿ ਜਿਹੜੇ ਪਾਸਪੋਰਟ ਹੋਲਡਰ ਆ ਯੂਰਪ ਵਾਲੇ, ਉਹ ਬਾਰਡਰ ਬੋਰਡਰ ਟੱਪ ਟੁੱਪ ਕੇ ਆਏ ਹੋਏ ਆ, ਤੇ ਪਹਿਲਾਂ ਸ਼ਾਇਦ ਉਹਨਾਂ ਨੂੰ ਕੋਈ ਕਹਿ ਦਿੰਦਾ ਕਿ ਤੁਸੀਂ ਦੱਸਣਾ ਨੀ ਆ, ਏਦਾਂ ਵਾ। ਤੇ ਬਹੁਤ ਸਾਰੇ, ਮਤਲਬ ਮੈਂ ਗੱਲ ਕਰ ਰਿਹਾ ਹਜ਼ਾਰਾਂ ਦੀ, ਮੈਂ ਗਿਣਤੀ ਚ ਗੱਲ ਕਰ ਰਿਹਾ ਕਿ ਲੋਕੀ ਕਈ ਝੂਠ ਬੋਲ ਦਿੰਦੇ ਕਿ ਨਹੀਂ ਮੈਂ ਯੂਰਪ ਨਹੀਂ ਸੀਗਾ, ਹੈ ਨਾ। ਤੇ ਇਹਨਾਂ ਨੇ ਤਾਂ ਹੁਣ ਬੈਕਗਰਾਉਂਡ ਚੈੱਕ ਦੇ ਵਿੱਚ ਆਪਣੇ ਕਲਾਇੰਟ ਨੀ ਕਈ ਵਾਰੀ ਸਾਨੂੰ ਦੱਸਦੇ ਕਿ, ਤੇ ਉਹ ਆ ਪੂਰਾ ਕੱਢ ਕੇ ਲਿਆਂਦੇ ਕਿ ਬੰਦਾ ਗਵਾਹ ਵੀ ਬਣਿਆ ਹੋਵੇ ਪੁਲਿਸ ਕੇਸ ਦੇ ਵਿੱਚ, ਉਹਦਾ ਵੀ ਉਹਨਾਂ ਨੇ ਆਪਣੀ ਇਮੀਗ੍ਰੈਂਟ ਲਿਸਟ ਦੇ ਵਿੱਚ ਨਾਂ ਪਾਇਆ ਹੁੰਦਾ, ਤੇ ਜਿਹਨੇ ਕ੍ਰਾਈਮ ਕੀਤਾ ਉਹ ਤਾਂ ਬਹੁਤ ਵੱਡੀ ਜਿਹੜੀ ਚੀਜ਼ ਹੈ, ਹੈ ਨਾ। ਫਿਰ ਸਾਡੇ ਕੋਲ ਦੂਜੇ ਕੇਸ ਬੜੇ ਆ ਕਿ ਕਈ ਵਾਰੀ ਨਾ ਬੰਦਾ, ਤੁਸੀਂ ਕਹਿਣਾ ਫਿਲਮੀ ਗੱਲ ਕਰਦਾ ਵਾ, ਸੱਚਾਈ ਆ ਇਹ, ਜਿਹੜੇ ਕੈਨੇਡਾ ਦੇ ਵਿੱਚ ਕ੍ਰਾਈਮ ਕਰ ਦਿੰਦੇ ਆ, ਇੰਸ਼ੋਰੈਂਸ ਫਰੋਡ, ਬਿਜ਼ਨਸ ਦਾ ਫਰੋਡ, ਗੈਸ ਪਾ ਕੇ ਅੱਗ ਲਾ ਤੀ ਆਪ ਹੀ, ਇੰਸ਼ੋਰੈਂਸ ਕਲੇਮ ਕਰਨੀ, ਆਰਸਨ ਜਿਹਨੂੰ ਕਹਿੰਦੇ ਆ, ਇਨਵੈਸਟੀਗੇਸ਼ਨ ਉਹ ਸਾਇੰਟੀਫਿਕਲੀ ਕਿ ਇਹ ਅੱਗ ਨੈਚੁਰਲ ਸੀ, ਇੱਕ ਆਪ ਲੱਗੀ ਹੈ, ਫੈਲਨੀ ਚਾਰਜਿਸ, ਉਹ ਡੋਮੈਸਟਿਕ ਵਾਇਲੈਂਸ ਵਾਲੇ, ਡਰੱਗਾਂ ਵਾਲੇ ਜਿਹੜੇ ਕੇਸ ਆ। ਤੇ ਉਹ ਬੰਦਾ ਜਦੋਂ ਇੱਕ ਬੇਲ ਤੇ ਛੁੱਟਦਾ, ਉਹਨੂੰ ਲੱਗਦਾ ਕਿ ਮੈਂ ਨਾ ਹੁਣ ਭੱਜ ਕੇ ਆ ਜਾਣਾ ਅਮਰੀਕਾ। ਸੋ ਅਤੇ ਅਮਰੀਕਾ ਏਦਾਂ, ਤੇ ਕਈ ਇਹਨਾਂ ਚੋਂ PR ਵਾਲੇ ਵੀ ਹੈਗੇ ਆ ਜਿਹੜੇ, ਤੇ ਉਹਨਾਂ ਨੂੰ ਇਹ ਹੈ ਕਿ ਅਮਰੀਕਾ ਆ ਕੇ ਚੱਲ ਹੁਣ ਕੈਨੇਡਾ ਦਾ ਚੈਪਟਰ ਬਾਏ ਬਾਏ ਹੋ ਗਿਆ, ਤੇ ਉਹਨਾਂ ਨੇ ਸ਼ਾਇਦ ਕੇਸ ਰਫਾ ਦਫਾ ਕਰ ਦੇਣਾ। ਰਫਾ ਦਫਾ ਕੋਈ ਨੀ ਕੇਸ ਹੋਣਾ, ਉਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸਲਾਹ ਹੁੰਦੀ ਆ ਕਿ ਉੱਥੇ ਵਕੀਲ ਆਪਣਾ ਕਰੋ, ਫਾਈਟ ਕਰਕੇ ਆਓ ਸਿਸਟਮ ਨਾਲ, ਭੱਜ ਕੇ ਭਗੌੜੇ ਹੋ ਕੇ ਨਹੀਂ ਆ ਸਕਦੇ। ਬੈਕਗਰਾਉਂਡ ਚੈੱਕ ਦੇ ਵਿੱਚ 100% ਜਿਹੜਾ ਆਣਾ ਹੀ ਆਣਾ ਉਹਨਾਂ ਨੂੰ। ਕਈ ਵਾਰੀ ਨਾ ਲੋਕੀ ਕਹਿ ਦਿੰਦੇ ਕਿ ਮੇਰੇ ਸੱਜਣ ਮਿੱਤਰ ਨੇ ਕਿਹਾ ਨਹੀਂ ਕੋਈ ਨੀ ਇੱਥੇ ਦੇਖਦੇ ਨਹੀਂ ਆ, ਜਿਹੜਾ ਹੁਣ ਆਰਸਨ ਫੈਲ ਨਹੀਂ ਫੁੱਲ ਨਹੀਂ ਜਿਹੜਾ ਕਰਕੇ ਬੰਦਾ ਆਇਆ, ਡੋਮੈਸਟਿਕ ਵਾਇਲੈਂਸ ਕਰਕੇ ਆਇਆ ਵਾ,
ਉਹ ਮੈਟਰ ਆਫ ਟਾਈਮ ਹੈ, ਇੱਥੇ ਵੀ ਉਹਨਾਂ ਨੇ ਇੱਦਾਂ ਦੱਸ ਕੇ ਤੁਹਾਨੂੰ ਨਾ ਚੱਕਣਾ, ਉਹਨਾਂ ਨੇ ਤੁਹਾਨੂੰ ਟਰੈਕ ਕਰਨਾ, ਜਿਹੜੀ ਉੱਥੇ ਦੀ ਪੁਲਿਸ ਆ ਉਹਨਾਂ ਦੀ, ਇਹਨਾਂ ਦੀ ਆਪਸ ਦੇ ਵਿੱਚ ਟ੍ਰੀਟੀਆਂ ਕਿੰਨੀਆਂ ਹੁਣ ਇੱਦਾਂ, ਇਹ ਤਾਂ ਇਹਨਾਂ ਨੇ ਲੂਪ ਹੋਲ ਕਦੋਂ ਦਾ ਹੀ ਕਲੋਜ਼ ਕੀਤਾ ਹੋਇਆ, ਇਹ ਕੋਈ ਪੰਜਾਬੀਆਂ ਦੀ ਥੋੜਾ ਵੇਟ ਕਰ ਰਹੇ ਆ ਜਾਂ ਆਪਣੇ ਇੰਡੀਅਨ ਦੀ ਵੇਟ ਕਰ ਰਹੇ ਆ ਕਿ ਆ ਕੇ ਇਹ ਲੂਪ ਕਲੋਜ਼ ਹੋਣਾ, ਤਾਂ ਇੱਥੇ ਦੇ ਵੀ ਜਿਹੜੇ ਲੋਕ ਆ ਉਹ ਵੀ ਪਹਿਲਾਂ ਬੜੇ ਭਗੌੜੇ ਹੁੰਦੇ ਸੀ ਇੱਧਰ ਉੱਧਰ, ਉਹ ਚੀਜ਼ ਨਾਲ ਵੀ ਹੁਣ ਲੋਕੀ ਬਹੁਤ ਜ਼ਿਆਦਾ ਜਿੱਦਾਂ ਪੰਗਾ ਬਿਜ਼ਨਸ ਫਰਾਡ ਵਾਲੇ ਇੱਦਾਂ ਦੇ ਬਹੁਤ ਕੇਸ ਜਿਹੜੇ ਆਉਂਦੇ ਆ, ਤੇ ਉਹਨਾਂ ਦਾ ਵੀ ਇਹੀ ਆ ਕਿ ਅਲਟੀਮੇਟਲੀ ਹੁੰਦਾ ਕੀ ਆ ਕਿ ਸਾਰਿਆਂ ਨੂੰ ਨਹੀਂ ਤੁਸੀਂ ਦੱਸੋ ਕੋਈ ਹੁਣ ਉੱਥੇ ਤਾਂ ਜਾ ਨਹੀਂ ਸਕਦੇ ਇੱਦਾਂ, ਹੈ ਨਾ, ਤੇ ਉਹ ਬੰਦਾ ਫਿਰ ਕਈ ਵਾਰੀ ਕਿ ਮੈਂ ਇੰਡੀਆ ਚਲ ਜਾਵਾਂ, ਮੈਂ ਮੈਕਸੀਕੋ ਚਲ ਜਾਵਾਂ, ਤੇ ਉਹਨੂੰ ਕਿ ਯਾਰ ਮੈਂ ਐਜ਼ ਅ ਲੋਇਰ ਤੈਨੂੰ ਇਹ ਨਹੀਂ ਸਲਾਹ ਦੇ ਸਕਦਾ ਕਿ ਭਗੌੜਾ ਕਿੱਦਾਂ ਹੋਣਾ, ਹੈ ਨਾ, ਤੇ ਕਈ ਵਾਰੀ ਕਲਾਇੰਟ ਫਿਰ ਇਹ ਸੋਚਦਾ ਕਿ ਯਾਰ ਇਹ ਫਿਰ ਮੈਂ ਬੰਦੇ ਨੂੰ ਵਕੀਲ ਨੂੰ ਪੈਸੇ ਕਾਹਦੇ ਦਿੱਤੇ ਆ, ਮੈਨੂੰ ਦੱਸਦਾ ਨਹੀਂ ਪਿਆ ਕਿ ਮੈਂ ਬਚਣਾ ਕਿੱਦਾਂ ਜਾਂ ਭੱਜਣਾ ਕਿੱਦਾਂ, ਹੁਣ ਇਹ ਕਿਹੜਾ ਕੋਈ ਵਕੀਲ ਨੂੰ ਪੁੱਛ ਕੇ ਫਰੌਡ ਕੀਤਾ ਸੀ, ਜਿਹੜਾ ਐਡਾ ਵੱਡਾ ਕੀਤਾ ਸੀ, ਵਕੀਲ ਨੇ ਤੁਹਾਨੂੰ ਜਿਹੜਾ ਲੀਗਲ ਐਥਿਕਸ ਜਿਹੜੀਆਂ ਰਿਕੁਆਇਰਮੈਂਟ ਆ ਉਹਦੇ ਵਿੱਚ ਹੀ ਰਹਿ ਕੇ ਆਪਣੀ ਜਿਹੜੀ ਜਾਣਕਾਰੀ ਦਿੱਤੀ ਜਾ ਸਕਦੀ ਹੈ, ਰਾਈਟ? ਸੋ ਫਰੌਡ ਵਾਲੇ ਕੇਸ ਬੜੇ ਆ, ਤੇ ਉਹ ਵੀ ਹੁਣ ਕਈ ਵਾਰੀ ਇੱਦਾਂ ਦੇ ਵੀ ਕੇਸ ਗਏ ਕਿ ਹਿੱਟ ਐਂਡ ਰਨ ਨਹੀਂ ਹੋ ਗਿਆ, ਹਾਂਜੀ ਹਾਂਜੀ ਜੀ ਜੀ ਹਿੱਟ ਰਨ ਦੇ ਵਿੱਚ ਨਾ ਕਈ ਵਾਰੀ ਮੁੰਡੇ ਯੰਗ ਆਪਣੇ ਜਿੱਦਾਂ ਹੈਗੇ ਬੰਦਾ ਬੰਦਾ ਮਾਰ ਦਿੰਦੇ ਉੱਥੇ, ਕੇਸ ਬੜੇ ਫਿਰ ਇੱਥੇ ਆ ਜਾਂਦੇ ਆ, ਡਰਦੇ ਆ ਕਿੱਦਾਂ ਨਾ ਕਿ ਮੈਂ ਤਾਂ ਭੱਜਿਆ ਆ। ਅੱਛਾ ਹਾਂਜੀ, ਸੋ ਉਹਨਾਂ ਨੂੰ ਫਿਰ ਇਹੀ ਹੈ ਕਿ ਯਾਰ ਤੈਨੂੰ ਵਾਪਸ ਜਾਣਾ ਪੈਣਾ, ਤੇਰਾ ਇੱਦਾਂ ਵਾ, ਤਾਂ ਉਹ ਆਫਕੋਰਸ ਹੁਣ ਸਾਨੂੰ ਤਾਂ ਨਹੀਂ ਹਾਇਰ ਕਰੂਗਾ, ਉਹਨੇ ਕਹਿਣਾ ਯਾਰ ਇਹ ਤਾਂ ਮੈਨੂੰ ਪੁੱਠੀ ਸਲਾਹ ਦਿੰਦਾ ਜਾਂ ਇੱਦਾਂ ਵਾ। ਸੋ ਕੀ ਹੈ ਕਿ ਜਦੋਂ ਤੁਸੀਂ ਹਿੱਟ ਐਂਡ ਰਨ ਤੇ ਜਿਹੜਾ ਨਹੀਂ, ਇਹ ਤਾਂ ਨਾਰਮਲ ਗੱਲ ਹੀ ਹੈ ਕਿ ਜਦੋਂ ਤੁਹਾਡਾ ਕਿਤੇ ਐਕਸੀਡੈਂਟ ਹੋ ਗਿਆ ਤੁਸੀਂ ਉੱਥੇ ਗੱਡੀ ਦੀ ਬ੍ਰੇਕ ਮਾਰਨੀ, ਤਾਂ ਤੁਸੀਂ ਕਹੋ ਮੈਂ ਅਗਲੇ ਚੌਂਕ ਤੇ ਵੀ ਜਾ ਕੇ ਰੁਕ ਗਿਆ ਸੀਗਾ, ਉਹ ਵੀ ਜਿਹੜੀਆਂ ਡਿਪੈਂਡਿੰਗ ਪਾਉਣ ਕਿਹੜੀ ਸਟੇਟ ਚ ਪਨਿਸ਼ਮੈਂਟ ਤੁਹਾਡੀ ਦੁੱਗਣੀ ਤਿੱਗਣੀ ਜਿਹੜੀ ਉਹ ਕਰ ਦਿੰਦੇ ਜੇ ਬੰਦਾ ਨਾ ਰੋਕੇ ਉੱਥੇ, ਹੈ ਨਾ, ਤੇ ਇੱਦਾਂ ਕਿ ਜਦੋਂ ਤੁਹਾਡੇ ਕੋਈ ਕ੍ਰਾਈਮ ਹੋ ਗਿਆ ਨਾ ਉੱਥੇ ਕਿਤੇ ਵੀ ਤੁਸੀਂ ਹੈਗੇ ਆ, ਜੇ ਪਹਿਲਾ ਰੂਲ ਆਫ ਥੰਬ ਹੈਗਾ ਕਿ ਚੁੱਪ ਰਹੋ, ਵਕੀਲ ਦੀ ਮੰਗ ਕਰੋ ਆਪਣੇ ਜਿਹੜਾ ਲੋਕਲ ਉਹ ਹੈਗਾ, ਬੰਦਾ ਨਰਵਸ ਹੁੰਦਾ ਉਦੋਂ ਕੁਛ ਵੀ ਜਿਹੜਾ ਬੰਦਾ ਬੋਲੀ ਜਾਂਦਾ, ਆਲਤੂ ਫਾਲਤੂ ਬੋਲੀ ਜਾਂਦਾ, ਸੋ ਸਿਸਟਮ ਤੋਂ ਭੱਜ ਕੇ ਨਹੀਂ ਆਉਣਾ ਉਹਨਾਂ ਦਾ, ਤੁਹਾਨੂੰ ਜਾਣ ਨਹੀਂ ਦੇਣਾ, ਤੇ ਉਹ ਵਾਲੇ ਜਿਹੜੇ ਕੇਸ ਆ ਉਹਨਾਂ ਨੂੰ ਵੀ ਕਾਫੀ ਹੁਣ ਰੇਡੀਓ ਤੇ ਗੱਲ ਕਰਨ ਦਾ ਮਕਸਦ ਇਹੀ ਆ ਕਿ ਉਹ ਕਈ ਵਾਰੀ ਨਾ ਬੰਦਾ ਸਾਨੂੰ ਕਹਿੰਦਾ ਕਿ ਯਾਰ ਅੱਛਾ ਭਾਜੀ ਤੁਸੀਂ ਫੋਨ ਤੇ ਆਪਣਾ ਆ ਕੇ ਫਿਰ ਮਿਲ ਕੇ ਗੱਲ ਕਰਦੇ, ਮੈਂ ਕਿਹਾ ਯਾਰ ਮਿਲ ਕੇ ਵੀ ਉਹੀ ਗੱਲ ਹੋਣੀ ਆ, ਕੋਈ ਏਦਾਂ ਨਹੀਂ ਕਿ ਫੋਨ ਤੇ ਸਲਾਹ ਫਰਕ ਆ, ਉਹ ਤੁਹਾਨੂੰ ਤੁਸੀਂ ਜਿਹੜਾ ਆਪਣਾ ਰੇਡੀਓ ਦੇ ਸ਼ੋਅ ਦੀ ਵੀ ਜਿਹੜੀ ਸਲਾਹ ਵਾ ਜਿੱਦਾਂ ਸਵਾਲ ਪੁੱਛਦੇ ਆ, ਜਿੱਦਾਂ ਦਾ ਇੱਥੇ ਲਹਿਜਾ ਉਹੀ ਸੇਮ ਚੀਜ਼ ਉਹੀ ਆ, ਭਾਵੇਂ ਇਨ ਪਰਸਨ ਹੋਵੇ ਭਾਵੇਂ ਕਿੱਦਾਂ। ਸੋ ਇਹ ਕੈਨੇਡੀਅਨ ਬਾਰਡਰ ਦੀ ਜਿਹੜੀ ਹਾਲਤ ਆ, ਜਿਹੜੀ ਸਦਰਨ ਬਾਰਡਰ ਨਾ ਹੈਗਾ ਜੀ, ਸਦਰਨ ਬਾਰਡਰ ਤਾਂ ਉਹਨਾਂ ਦੇ ਲਈ ਇੱਕ ਨੈਸ਼ਨਲ ਐਮਰਜੈਂਸੀ ਵਾਲੀ ਸਿਚੁਏਸ਼ਨ ਹੈਗੀ ਆ, ਵਾਕਈ ਨੈਸ਼ਨਲ ਐਮਰਜੈਂਸੀ ਵਾਲੀ ਸਿਚੁਏਸ਼ਨ, ਤੇ ਟਰੰਪ ਵਰਗੀ ਵੀ ਇੱਕ ਆਵਾਜ਼ ਜਿਹੜੀ ਸਿੱਧੇ ਕਿ ਇਮੀਗ੍ਰੈਂਟਾਂ ਨੇ, ਉਹ ਕਿਸੇ ਟਾਈਮ ਤੇ ਲੱਗਦਾ ਹੈਗਾ ਕਿ ਇਹ ਉੱਦਾਂ ਹੀ ਬੋਲੀ ਜਾਂਦਾ ਵਾ, ਤੇ ਬਾਈਡਨ ਕਹਿੰਦਾ ਇਹ ਮਾੜਾ ਬੜਾ ਵਾ, ਇਹ ਇਮੀਗ੍ਰੈਂਟਾਂ ਨੂੰ ਆਪਾਂ ਹਿਊਮੇਨ ਸਿਸਟਮ ਬਣਾਉਣਾ, ਆਪਾਂ ਉਹਨਾਂ ਨੂੰ ਵੈਲਕਮ ਕਰਨਾ, ਇੱਦਾਂ ਕਰਨਾ, ਉੱਦਾਂ ਕਰਨਾ। ਤੇ ਹੁਣ ਜਿਹੜਾ ਸੀਗਾ ਸ਼ੋ ਹੀ ਤੁਸੀਂ ਸਾਡਾ ਸੁਣ ਕੇ ਦੇਖ ਲਓ ਕਿ ਜਦੋਂ ਬਾਈਡਨ ਜਿੱਤਿਆ ਸੀਗਾ ਉਦੋਂ ਸਾਡੀ ਖਬਰ ਕਵਰੇਜ ਕੀ ਹੁੰਦੀ ਸੀਗੀ, ਬਿਲਕੁਲ, ਤੇ ਹੁਣ ਇਲੈਕਸ਼ਨ ਦਾ ਟਾਈਮ ਆ, ਤੇ ਦੂਸਰੀ ਗੱਲ ਇਹ ਵੀ ਹੈ ਕਿ ਤੁਸੀਂ ਇਹ ਵੀ ਨੋਟ ਕਰਿਓ ਕਿ ਇਹ 2024 ਦੇ ਵਿੱਚ ਕੀ ਕਵਰੇਜ ਰਹਿਣੀ ਹੈ ਇਮੀਗ੍ਰੇਸ਼ਨ ਦੀ, ਤੇ ਬਿਲਕੁਲ ਉਹਨਾਂ ਨੇ ਰਿਸਟ੍ਰਿਕਟ ਕਰਨੇ ਕੀ, ਤੇ ਫਿਰ ਉਸ ਤੋਂ ਬਾਅਦ 2025 ਚ ਜਿਹੜਾ ਹੈਗਾ ਜੇ ਰਿਪਬਲਿਕਨ ਜਿੱਤੇ ਉਹਨਾਂ ਨੇ ਆ ਕੇ ਪਹਿਲਾਂ ਥੋੜੀ ਜਿਹੀ ਟਾਈਟ ਕਰਨੀ ਟੂਟੀ ਸਾਰਿਆਂ ਦੀ, ਤੇ ਫਿਰ ਉਹਨਾਂ ਨੇ ਵੀ ਜਿਹੜੇ 2-3 ਸਾਲ ਹੁੰਦੇ ਆਪਣੇ ਹੋਰ ਕੰਮਾਂ ਕਾਰਾਂ ਦੇ ਵਿੱਚ, ਤੇ ਫਿਰ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਵੇਵ ਦੇ ਵਿੱਚ ਇਹ ਉੱਠਦਾ ਇਲੈਕਸ਼ਨ ਯੀਅਰ ਚ ਫਿਰ ਜਿਹੜਾ ਉੱਠੂਗਾ। ਸੋ ਇਹ ਸਾਰੀਆਂ ਚੀਜ਼ਾਂ ਤੇ ਉਹ ਤਾਂ ਆਪਾਂ ਗੱਲਾਂ ਹੋਰ ਕਰਨੀਆਂ ਸੀ, ਪਰ ਮੈਨੂੰ ਲੱਗਦਾ ਅੱਜ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰ ਰਹੇ ਹਾਂ। ਤੇ ਕੋਰਟ ਰੂਮ ਦੇ ਵੀ ਅਪਡੇਟਸ ਜਿਹੜਾ ਦੱਸੋ ਇਸ ਸਾਲ ਦੇ ਵਿੱਚ, ਕੋਰਟ ਰੂਮ ਦੇ ਵਿੱਚ ਕੀ ਚੇਂਜਿਸ ਤੁਹਾਨੂੰ ਜੱਜਾਂ ਦੇ ਰਵੱਈਏ ਜਾਂ ਵਕੀਲਾਂ ਦੇ ਉਹਨਾਂ ਦੇ ਰਵੱਈਆਂ ਦਾ ਕੀ ਤੁਹਾਨੂੰ ਅਸਰ ਜਾਂ ਫਰਕ ਦੇਖਣ ਨੂੰ ਮਿਲਿਆ ਹੈ ਕੋਰਟ ਰੂਮਸ ਦੇ ਵਿੱਚ? ਸਾਡਾ ਇੱਕ ਕੇਸ ਸੀਗਾ, ਤੁਹਾਨੂੰ ਮੈਂ ਦੱਸਦਾ ਉਹਦੀ ਬਾਹਲੀ ਮੈਂ ਡਿਟੇਲ ਨਹੀਂ ਦੇ ਸਕਦਾ ਸੀਗਾ, ਤੇ ਕੁਛ ਇੱਕ ਬੰਦੇ ਦੀਆਂ ਉਹਦੀ ਲਾਗ ਡਾਟ ਸੀ ਕਿਸੇ ਨਾ, ਤੇ ਉਹਨਾਂ ਨੇ ਨਾ ਕਿਸੇ ਨੇ ਕੰਪਲੇਂਟ ਕਰਤੀ ਸੀਗੀ ਬੰਦੇ ਦੀ, ਠੀਕ ਹੈ, ਕਿ ਇਹਦਾ ਕੇਸ ਜਾਲੀ ਆ, ਬੰਦੇ ਦੀਆਂ ਰਿਕਾਰਡਿੰਗਾਂ, ਫੋਨ ਰਿਕਾਰਡਿੰਗਾਂ ਸਾਰੀਆਂ, ਤੇ ਗਵਾਹੀ ਵੀ ਦਿੱਤੀ ਆਪਣਾ ਸਰਕਾਰੀ ਵਕੀਲ ਦੇ ਗਵਾਹ ਬਣ ਕੇ ਵੀ ਜਿਹੜੀ ਵਿਰੋਧੀ ਧਿਰ ਸੀਗੀ ਉਹਨੇ ਕੋਰਟ ਚ ਆ ਕੇ ਗਵਾਹੀ ਦਿੱਤੀ ਜੱਜ ਮੂਹਰੇ, ਵਾਹ ਅੱਛਾ, ਤੇ ਤੀਜੀ ਹੀਅਰਿੰਗ ਤੇ ਉਹਨੇ ਮੈਨੂੰ ਹਾਇਰ ਕੀਤਾ ਹੈਗਾ ਬੰਦੇ ਨੇ, ਤੇ ਉਹਦੀ ਫਾਈਟ ਜਿਹੜੀ ਸੀਗੀ ਪਈ ਰਹੀ। ਸਰਕਾਰੀ ਵਕੀਲ ਕਹਿੰਦਾ ਕਿ ਮੈਂ ਟੇਪ ਜਿਹੜੀ ਪਲੇ ਕਰਨੀ ਆ ਕਿ ਇਹ ਫੋਨ ਤੇ ਇੱਦਾਂ ਕਹਿੰਦਾ, ਤੇ ਉਹਨੂੰ ਇਹ ਤੀਜੀ ਹੀਅਰਿੰਗ ਦੀ ਗੱਲ ਆ, ਤੇ ਉਹਦੀ ਜਿਹੜੀ ਹੀਅਰਿੰਗ ਦੇ ਵਿੱਚ ਉਹਨੂੰ ਕਿਹਾ ਕਿ ਇਹਦੀ ਨਾ ਟਰਾਂਸਕ੍ਰਿਪਟ ਨਹੀਂ ਹੈਗੀ, ਤੇ ਟਰਾਂਸਕ੍ਰਿਪਟ ਸੀਗੀ ਪਰ ਟਰਾਂਸਕ੍ਰਿਪਟ ਜਿਹੜੀ ਸੀਗੀ ਇੰਗਲਿਸ਼ ਲਈ ਉਹੀ ਜਿਹੜੀ ਵਿਰੋਧੀ ਧਿਰ ਸੀਗੀ ਉਹਨੇ ਪਿਆਚ ਨੇ
ਜਿਹੜੀ ਕੀਤੀ ਸੀਗੀ। ਅੱਛਾ ਤੇ ਹੁਣ ਇਹਦੇ ਵਿੱਚ ਕੀ ਹੋਇਆ ਕਿ ਸਰਕਾਰੀ ਵਕੀਲ ਤਾਂ ਟੇਪ ਟੂਪ ਆਪਣੀ ਪੂਰੀ ਨਾਲ ਲੈ ਕੇ ਆਏ ਕਿ ਮੈਂ ਸੁਣਾਣਾ ਹੀ ਸੁਣਾਉਣਾ, ਤੇ ਉਦਣ ਆਪਾਂ ਕਿਹਾ ਕਿ ਨਹੀਂ ਟਰਾਂਸਕ੍ਰਿਪਟ ਦੇ ਕਰਕੇ ਨਾ ਇਹਦੀ ਅੱਜ ਨਹੀਂ ਪਲੇ ਹੋ ਸਕਦੀ। ਠੀਕ ਹੈ। ਤੇ ਕਾਫੀ ਫਿਰ ਉਹਨੇ ਗਵਾਹੀ ਦਿੱਤੀ, ਤੇ ਗਵਾਹੀ ਤੋਂ ਬਾਅਦ ਜਿਹੜਾ ਸੀਗਾ ਜੱਜ ਜੁੱਜ ਵੀ ਕੀ ਇਹ ਤਾਂ ਬਹੁਤ ਸੋਲਿਡ ਜਿਹੜੀ ਵਿਟਨੈਸ ਆ ਹਨਾ, ਤੇ ਉਹ ਜਿਹੜਾ ਉਹਦੀ ਫਾਈਨਲ ਤਰੀਕ ਜਿਹੜੀ ਸੀਗੀ ਉਹ ਆ 2 ਦਿਨ ਪਹਿਲਾਂ ਫੇਰ ਦੁਬਾਰਾ ਉਹਦੀ ਜਿਹੜੀ ਫਾਈਨਲ ਤਰੀਕ ਬੰਦੇ ਦੀ ਸੀਗੀ। ਤੇ ਇਹ ਜਿਹੜੇ ਜੱਜ ਸਾਹਿਬ ਆ ਇਹ ਬਹੁਤ ਜ਼ਿਆਦਾ ਜਿੱਦਾਂ ਧੱਕੇ ਨਾਲ ਲੋਕਾਂ ਨੂੰ ਪੀੜੀ ਜਾਂ ਏਦਾਂ ਕੁਛ ਦਿੰਦੇ, ਤੇ 4th ਤਰੀਕ ਸੀ। ਤੇ ਹੁਣ ਜਿਹੜਾ ਜੱਜਾਂ ਦੀ ਤੁਸੀਂ ਗੱਲ ਕਰੋ, ਤੇ ਇਹ ਜੱਜ ਸਾਹਿਬ ਕਹਿੰਦੇ ਇੱਕ ਸੈਨ ਫ੍ਰਾਂਸਿਸਕੋ ਚ ਆ ਕੇ ਕਹਿੰਦਾ ਹੁਣ ਪੰਜਾਬੀ ਕਹਿੰਦਾ ਜਿਹੜੇ ਨਾ ਕਹਿੰਦਾ ਕੇਸ ਮੇਰੇ ਕੋ ਕਹਿੰਦਾ ਮੂਵ ਕਰਾ ਲੈਂਦੇ ਆ, ਚੇਂਜ ਆਫ ਵੈਨਿਊ ਕਰਾ ਲੈਂਦੇ ਆ, ਚੱਲ ਜਾਂਦੇ। ਕਹਿੰਦਾ ਕਹਿੰਦਾ ਮੈਂ ਟ੍ਰੈਂਡ ਦੇਖਿਆ, ਕਹਿੰਦਾ ਕਿਉਂਕਿ ਕਹਿੰਦਾ ਮੈਂ ਸਟ੍ਰਿਕਟ ਬਹੁਤ ਆ ਕਹਿੰਦਾ ਇੰਡੀਅਨ ਕੇਸਿਸ ਦੇ ਉੱਤੇ। ਅੱਛਾ। ਤੇ ਔਨ ਰੈਕਰਡ ਉਹਨੇ ਜਿੱਦਾਂ ਗੱਲ ਕਹੀ ਸੀਗੀ, ਤੇ ਇਸ ਕੇਸ ਦੇ ਵਿੱਚ ਜਿਹੜੀ ਸਰਕਾਰ ਸੀ ਨਾ ਉਹ ਕਹਿੰਦਾ ਤੁਹਾਡੀ ਕੀ ਪੋਜੀਸ਼ਨ ਆ, ਮੈਂ ਕਿਹਾ ਇਹਦੇ ਬੰਦੇ ਨੂੰ ਨਾ ਤੁਸੀਂ ਪੀਡੀ ਕਰ ਦੋ। ਜੱਜ ਕਹਿੰਦਾ ਪਹਿਲਾਂ ਸ਼ੁਰੂ ਤੋਂ ਕਹਿੰਦਾ ਪੀਡੀ ਨੀ ਕਹਿੰਦਾ ਦੇਣੀ, ਕਹਿੰਦਾ ਕੰਸਰਨ ਬਹੁਤ ਜ਼ਿਆਦਾ ਫਰੋਡ ਦੇ ਜਾਂ ਏਦਾਂ, ਕਹਿੰਦਾ ਇੰਨਾ ਜ਼ਿਆਦਾ ਐਵੀਡੈਂਸ ਆ। ਉਹਨਾਂ ਨੇ ਆਰਕੇਕੇ ਫਾਈਲਿੰਗ ਵੀ ਕਰਤੀ ਕਿ ਇਹਦੇ ਕੇਸ ਮਿਲਦੇ ਔਨ ਟੋਪ ਆਫ ਦੈਟ। ਮੁੰਡੇ ਦੇ ਮੈਸੇਜ ਵਗੈਰਾ ਵੀ ਸੀਗੇ ਸਾਰੇ ਕਿ ਜਿਹਦੇ ਵਿੱਚ ਕਹਿ ਰਿਹਾ ਸੀਗਾ ਉਹ ਕਿ ਆਹੋ ਮੈਂ ਕਹਾਣੀ ਬਣਾ ਲੈਣੀ ਆ, ਮੈਂ ਏਦਾਂ ਕਰ ਲੈਣਾ ਉਦਾਂ ਕਰ ਲੈਣਾ। ਤੇ ਸਰਕਾਰੀ ਵਕੀਲ ਕਹਿੰਦਾ ਕਿ ਆਪਾਂ ਟਾਈਮ ਤੇ ਰਿਸੋਰਸਿਸ ਬਹੁਤ ਜ਼ਿਆਦਾ ਇਸ ਕੇਸ ਦੇ ਵਿੱਚ ਲਾਤੇ ਆ, ਤੇ ਆਪਾਂ ਹਾਂਜੀ। ਤੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਇਵੈਂਚੁਅਲੀ ਜਿਹੜੀ ਸਾਰੀ ਗੱਲਬਾਤ ਸੀਗੀ, ਮੈਂ ਕਿਹਾ ਏਦਾਂ ਕਿ ਮੈਂ ਕਿਹਾ ਅਲਟੀਮੇਟਲੀ ਕੀ ਹੋਣਾ ਕਿ ਮੈਂ ਕਿਹਾ ਜੇ ਆਪਾਂ ਕੇਸ ਹਾਰ ਜਾਂਦੇ ਹਾਂ, ਮੈਂ ਕਿਹਾ ਤੁਸੀਂ ਆਪਾਂ ਅਪੀਲ ਦੇ ਕੋਲ ਜਾਂ ਅਪੀਲ ਲਾਵਾਂਗੇ, ਅਪੀਲ ਦੇ ਵਿੱਚ ਮੈਂ ਕਿਹਾ ਨਵਾਂ ਮੁੱਦਾ ਆਪਾਂ ਛੇੜਾਂਗੇ, ਆਪਾਂ ਕਵਾਂਗੇ ਕਿ ਜਿਹੜੀ ਕੋਰਟ ਦੀ ਰਿਲਾਇੰਸ ਆ ਉਹ ਹੈਗੀ ਆ ਕਿ ਇੱਕ ਵਿਟਨੈਸ ਦੇ ਉੱਤੇ, ਪਰ ਉਹ ਵਿਟਨੈਸ ਜਿਹੜਾ ਹੈਗਾ ਉਹਦੇ ਉਹਦੇ ਵਿੱਚ ਬਾਇਸ ਹੈਗਾ ਕਿ ਇਹਨਾਂ ਦੇ ਆਪਸ ਚ ਰਿਲੇਸ਼ਨ ਸੀਗੇ ਤੇ ਆਪਸ ਚ ਬਾਇਸ ਆ, ਇੰਟੈਂਟ ਵੱਖਰਾ। PI ਦੇ ਵਿੱਚ ਮੁੱਦਾ ਬਣੂਗਾ ਉਹ ਇਹ ਬਣੂਗਾ ਕਿ ਜਿਹੜਾ ਇਦਾਂ ਦਾ ਵਿਟਨੈਸ ਆ ਉਹਦੇ ਬੇਸ ਦੇ ਉੱਤੇ ਤੁਸੀਂ ਕਿਸੇ ਦੀ ਕੇਸ ਦੀ ਫ੍ਰਿਵਲਸ ਫਰੌਡ ਫਾਈਂਡਿੰਗ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਤੇ ਉਹ ਤਾਂ ਬਹੁਤ ਕਾਲਾ ਸੀਗਾ ਜਦੋਂ 2 ਦਿਨ ਪਹਿਲਾਂ ਮੈਂ ਟੇਪ ਪਲੇ ਕਰਨੀ ਕਰਨੀ ਆ, ਟੇਪ ਪਲੇ ਕਰਨੀ ਕਰਨੀ ਆ। ਤੇ ਮੈਂ ਕਿਹਾ ਟੇਪ ਪਲੇ ਕਰਨ ਤੋਂ ਪਹਿਲਾਂ ਇਹ ਆ ਕਿ ਮੈਂ ਕਿਹਾ ਟੇਪ ਪਲੇ ਤਾਂ ਇਹ ਤਾਂ ਕਰਨਾ ਚਾਹੁੰਦਾ ਕਿ ਜਦੋਂ ਟੇਪ ਪਲੇ ਹੋ ਗਈ ਉਹ ਫਿਰ ਕੋਰਟ ਦਾ ਨਾ, ਜੇ ਨਹੀਂ ਟੇਪ ਪਲੇ ਹੁੰਦੀ ਉਹ ਐਜ਼ ਅ ਐਗਜ਼ਿਬਿਟ ਜਾਣਾ ਸਾਈਟ ਤੇ ਕਿ ਆਹ ਇਹਦੀ ਮੇਨ ਕੇਸ ਆ ਤੇ ਇਹਦੇ ਵਿੱਚ ਆਹ ਐਵੀਡੈਂਸ ਸੀਗਾ। ਪਰ ਮੈਂ ਕਿਹਾ ਟੇਪ ਤਾਂ ਪਲੇ ਕਰਨਾ ਚਾਹੁੰਦਾ ਕਿਉਂਕਿ ਜਦੋਂ ਇਹਨੇ ਟੇਪ ਪਲੇ ਕਰਤੀ ਉਹ ਟਰਾਂਸਕ੍ਰਾਈਬ ਕਰਕੇ ਨਾ ਡਿਸੀਜਨ ਦੇ ਵਿੱਚ ਜਿਹੜੀ ਤੁਹਾਡੇ ਡਾਇਲੋਗ ਵੱਜ ਕੇ ਚੱਲੀ ਆ ਉਹ ਚ ਲਿਖ ਹੋ ਜਾਣੀ ਆ, ਤੇ ਉਹਦੇ ਨਾਲ ਫਿਰ ਜਿਹੜਾ ਸੀਗਾ BIA ਨੂੰ ਬਾਇਸ ਹੋ ਜਾਣਾ ਕਿ ਇਹ ਬੰਦਾ ਝੂਠਾ ਵਾ। ਇਹ ਮੈਂ ਜੱਜ ਨੂੰ ਕਿਹਾ ਕਿ ਜਿਹੜਾ BIA ਉਹ ਤਾਂ ਸਰਕਾਰੀ ਅਦਾਰਾ ਵਾ, ਵਾਸ਼ਿੰਗਟਨ DC ਦੇ ਵਿੱਚ ਪੈਂਦਾ, ਫਾਲ ਚਰਚ ਵਰਜੀਨੀਆ ਚ, ਉਹਨੇ ਤਾਂ ਜਿਹੜਾ ਕੋਰਟ ਦੇ ਫੇਵਰ ਦੀ ਗੱਲ ਕਰਨੀ ਆ ਜ਼ਿਆਦਾਤਰ ਕਿਉਂਕਿ BIA ਆ, ਤੇ ਜਿਹੜੀ ਟੇਪ ਰਿਕਾਰਡਿੰਗ ਆ ਇਹ ਬੰਦੇ ਲਈ ਬਾਇਸ ਆ, ਪ੍ਰੈਜੁਡੀਸ਼ੀਅਲ ਆ। ਮੈਂ ਕਿਹਾ ਫਿਰ ਆਪਾਂ ਸਰਕਿਟ ਕੋਰਟ 'ਚ ਜਾਵਾਂਗੇ, ਉੱਥੇ ਅਪੀਲ ਕਰਾਂਗੇ, ਪਰ ਜਿਹੜਾ ਸਰਕਿਟ ਕੋਰਟ ਆ ਉੱਥੇ ਤੁਹਾਡੇ ਜਿਹੜੇ ਇਸ਼ੂ ਆ ਹੋਰ ਨੈਰੋ ਹੋ ਜਾਂਦੇ ਆ। ਉਹਨਾਂ ਨੇ ਟੇਪ ਨਹੀਂ ਸੁਣਨੀ, ਉਹਨਾਂ ਨੇ ਸਿੱਧਿਆ ਸਾਡਾ ਜਿਹੜਾ ਲੀਗਲ ਇਸ਼ੂ ਰੇਜ਼ ਕੀਤਾ ਉਹ ਸੁਣਨਾ ਕਿ ਜਿਹੜਾ ਇੱਕ ਬਾਇਸ ਵਿਟਨੈਸ ਹੈਗਾ ਜਾਂ ਜਿੱਥੇ ਸਾਨੂੰ ਸ਼ੱਕ ਆ ਉਹਦੀ ਰਿਲਾਇੰਸ ਤੇ ਤੁਸੀਂ ਬੰਦੇ ਤੇ ਫਰੌਡ ਫਾਈਂਡਿੰਗ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਤੇ ਮੈਂ ਕਿਹਾ ਹੋ ਸਕਦਾ ਕਿ ਮੋਸਟ ਲਾਈਕਲੀ ਜਿਹੜਾ ਹੈਗਾ ਸਰਕਿਟ ਕੋਰਟ ਇਹੀ ਕਹੂਗਾ ਕਿ ਆਪਾਂ ਫਰੌਡ ਫਾਈਂਡਿੰਗ ਇਸ ਕੇਸ ਦੇ ਵਿੱਚ ਨਹੀਂ ਕਰ ਸਕਦੇ। ਠੀਕ ਆ, ਇਸ ਬੰਦੇ ਦਾ ਕੇਸ ਜ਼ਰੂਰ ਫੇਲ ਕਰ ਸਕਦੇ ਆ, ਇਹ ਜ਼ਰੂਰ ਕਹਿ ਸਕਦੇ ਕਿ ਬੰਦਾ ਕ੍ਰੈਡੀਬਲ ਨਹੀਂ ਹੈਗਾ, ਮੈਨੂੰ ਇੱਥੇ ਯਕੀਨ ਨਹੀਂ ਹੈਗਾ, ਪਰ ਜਿਹੜਾ ਤੁਸੀਂ ਕਹਿ ਰਹੇ ਕਿ ਬੰਦਾ ਫਰੌਡ ਆ, ਇਹਦਾ ਸੈਲਮ ਝੂਠਾ ਵਾ, ਮੈਂ ਕਿਹਾ ਉਹਦਾ ਬਰਡਨ ਆਫ ਪਰੂਫ ਬਹੁਤ ਜ਼ਿਆਦਾ ਵਾ, ਉਹ ਤੁਹਾਨੂੰ ਸਿਰਫ ਇੱਕ ਗਵਾਹ ਦੇ ਉੱਤੇ ਤਾਂ ਟੈਕਸਟ ਮੈਸੇਜ ਦੇ ਉੱਤੇ ਇਹ ਨਹੀਂ ਤੁਸੀਂ ਸ਼ੋਅ ਕਰ ਸਕਦੇ ਕਿ ਬੰਦਾ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਕਿਉਂਕਿ ਜਿਹੜਾ ਅਗਲਾ ਵਾਲਾ ਬੰਦਾ ਉਹ ਵੀ ਉਹਨਾਂ ਗੇਮ ਖੇਡ ਰਿਹਾ, ਉਹ ਵੀ ਰਿਕਾਰਡ ਕਰ ਰਿਹਾ, ਉਹਨੂੰ ਟੈਕਸਟ ਕਰ ਰਿਹਾ। ਤੇ ਮੈਂ ਕਿਹਾ ਜੇ ਇੱਕ ਬੰਦਾ ਗੇਮ ਖੇਡ ਰਿਹਾ ਦੂਜੇ ਬੰਦੇ ਦਾ ਆਪਾਂ ਕਿੱਦਾਂ ਮੰਨੂਗੇ ਕਿ ਇਹ ਸੱਚ ਕਹਿ ਰਿਹਾ ਵਾ। ਤੇ ਮੈਂ ਹੁਣ ਕਟਗੜੇ ਚ ਪਾਊਂਗਾ, ਮੇਰੇ ਇਥੋਂ 1 ਘੰਟਾ ਮੈਂ ਇਹੀ ਸਵਾਲ ਪੁੱਛੂਗਾ ਕਿ ਤੂੰ ਏਦਾਂ ਕਿਉਂ ਕਰਦਾ ਸੀਗਾ, ਤੇ ਇਹਦੀ ਇਹੀ ਰਹੂ ਬੰਦੇ ਦੀ, ਮੈਨੂੰ ਪਤਾ ਸੀ ਕਿ ਮੈਨੂੰ ਪਲੇ ਕੀਤਾ ਜਾ ਰਿਹਾ, ਮੈਂ ਵੀ ਅੱਗੋਂ ਉਹਨਾਂ ਨੂੰ ਸ਼ੋਅ ਕਰ ਰਿਹਾ ਸੀਗਾ ਕਿ ਜੋ ਉਹ ਸੁਣਨਾ ਚਾਹੁੰਦੇ ਸੀਗੇ। ਸਰਕਾਰੀ ਵਕੀਲ ਨੇ ਡੈਲੀਬਰੇਸ਼ਨ, ਜਿਹੜਾ ਜੱਜ ਸਾਹਿਬ ਸੀਗੇ ਉਹਨਾਂ ਨੇ ਆਪਣਾ ਜਿਹੜਾ ਨਾ ਸਰਕਾਰੀ ਵਕੀਲ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਆਹੋ ਕਿ ਮੈਨੂੰ, ਮੈਂ ਅਪੀਲ ਤੋਂ ਕਹਿੰਦੇ ਡਰਦਾ ਤਾਂ ਨਹੀਂ ਹੈਗਾ, ਭਾਵੇਂ ਜੋ ਜੇ ਹੋਏ ਦੇ ਹਿਸਾਬ ਨਾਲ ਨੀ, ਕਹਿੰਦੇ ਮੈਂ ਫੈਸਲਾ ਦੇਣਾ, ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਸਹੀ ਗੱਲ ਕਹਿ ਰਹੇ ਆ ਕਿ ਜਿਹੜਾ ਸਰਕਿਟ ਕੋਰਟ ਆ 9th ਸਰਕਿਟ ਦਾ, ਕਹਿੰਦੇ ਇਹਦੇ ਵਿੱਚ ਇਹ ਜਿਹੜੀ ਆਰਗੂਮੈਂਟ ਆ ਸਟੈਂਡ ਨਹੀਂ ਕਰੂਗੀ। ਠੀਕ ਹੈ। ਤੇ ਉਹ ਜੱਜ ਸਾਹਿਬ ਨੇ ਨਾ ਆਪਣਾ ਅਲਟੀਮੇਟਲੀ ਫਿਰ ਗਏ, ਕਹਿੰਦੇ ਮੈਂ ਡਿਸਮਿਸ ਕਹਿੰਦੇ ਨਹੀਂ ਕਰਨਾ, ਬ੍ਰੇਕ ਲੈ ਕੇ ਵਾਪਸ ਆਏ ਤੇ ਆ ਕੇ ਉਹਨਾਂ ਨੇ ਕੇਸ ਜਿਹੜਾ ਸੀਗਾ ਡਿਸਮਿਸ ਵਿਦਆਊਟ ਪ੍ਰੈਜੁਡਿਸ। ਅੱਛਾ, ਇਹ ਕੇਸ ਦੇ ਵਿੱਚ ਜਿਹੜਾ ਸੀਗਾ ਡਿਸਮਿਸ ਹੋਣਾ ਐਡੀ ਵੱਡੀ ਜਿੱਤ ਸੀਗੀ ਕਿ ਜਿੱਤੇ ਵਾਲੇ ਕੇਸ ਨਾਲੋਂ ਜ਼ਿਆਦਾ ਜਿਹੜਾ ਬੰਦਾ ਉਹਨੂੰ ਪਤਾ, ਬਿਲਕੁਲ ਬਿਲਕੁਲ, ਕਿਉਂਕਿ ਮਤਲਬ
ਡੁੱਬਿਆ ਪਿਆ ਸੀਗਾ ਪੂਰਾ ਕਿ ਫਰਾਡ ਫਰੂਡ ਕੀ ਮੈਂ ਵੀ ਵਿੱਚ ਕੇ ਕਹਾਂ ਮੈਂ ਕਿਹਾ ਯਾਰ ਕਿੱਦਾਂ ਦਾ ਕੇਸ ਫੜ ਲਿਆ ਮੈਂ ਜੱਜ ਵੀ ਦੇਖੇਗੇ ਸਾਰਾ ਉਹ ਐਂਡ ਚ ਜੱਜ ਨੇ ਨਾ ਲੈ ਕਹਿੰਦਾ ਜੱਜ ਸਾਹਿਬ ਕਹਿੰਦੇ ਕਿ ਮੇਰੇ ਕਹਿੰਦੇ ਕੁਲੀਗ ਕਹਿੰਦੇ ਜਿਹੜੇ ਇੱਥੇ ਹੈ ਕਹਿੰਦਾ ਮੈਂ ਨਾਂ ਨੀ ਲਊਂਗਾ ਤੇ ਕਹਿੰਦਾ ਸੈਕਰਾਮੈਂਟੋ ਵੀ ਕਹਿੰਦਾ ਉਹ ਜਿਹੜੇ ਕੁਲੀਗ ਹੈ ਨਾ ਕਹਿੰਦਾ ਉਹਨਾਂ ਨੇ ਇਹਨੂੰ ਫਰਾਡ ਫਾਈਂਡਿੰਗ ਹੀ ਪਾਣੀ ਸੀ ਠੀਕ ਹੈ ਕਹਿੰਦਾ ਮੈਨੂੰ ਸਟ੍ਰਿਕਟ ਜੱਜ ਸਮਝਦੇ ਆ ਤੇ ਇੰਡੀਅਨ ਕਹਿੰਦਾ ਭੱਜਦੇ ਆ ਮੇਰੇ ਤੋਂ ਦੂਰ ਤੇ ਜ਼ਿਆਦਾਤਰ ਕਹਿੰਦਾ ਮੈਂ ਪੀਡੀ ਦੇ ਦਿੰਦਾ ਕਹਿੰਦਾ ਇੱਕ ਰੀਜ਼ਨ ਨਾਲ ਕਹਿੰਦਾ ਮੈਂ ਬਲੀਵ ਨਹੀਂ ਕਰਦਾ ਕਹਿੰਦਾ ਇਹਨਾਂ ਦੇ ਕੇਸਾਂ ਤੇ ਕਿੰਨੇ ਜਾਣੇ ਨਾ ਕਹਿੰਦਾ ਮੈਂ ਕਿਸੇ ਨੂੰ ਨਜਾਇਜ਼ ਭੇਜਣਾ ਚਾਹੁੰਦਾ ਮੈਨੂੰ ਬਲੀਵ ਨਹੀਂ ਕਹਿੰਦਾ ਇਹਨਾਂ ਤੇ ਹੈਗਾ ਜੱਜ ਸਾਹਿਬ ਕਹਿੰਦੇ ਕਹਿੰਦੇ ਪਰ ਜਿਹੜੀ ਤੈਨੂੰ ਡਿਸਮਿਸਲ ਦਿੱਤਾ ਨਾ ਉਹ ਦਿੱਤਾ ਕਹਿੰਦਾ ਇਹ ਵੀ ਮੇਰੇ ਕਹਿੰਦਾ ਕੋਰਟ ਦੇ ਸਕਦਾ ਮੈਂ ਵੀ ਜੱਜ ਨੂੰ ਕਿਹਾ ਮੈਂ ਕਿਹਾ ਮੈਨੂੰ ਪਤਾ ਵਾ ਇਸ ਗੱਲ ਦਾ ਕਿ ਤੁਹਾਡੇ ਕੋਰਟ ਦੇ ਸਕਦਾ ਵਾ ਵੀ ਆਰ ਐਟ ਰਾਈਟ ਪਲੇਸ ਐਟ ਰਾਈਟ ਟਾਈਮ ਤੇ ਉਹ ਜਿਹੜਾ ਜੱਜ ਸੀਗਾ ਉਹਦੀ ਰੇਟਿੰਗ ਖਾਸ ਨਹੀਂ ਹੈਗੀ ਕੋਈ ਹੁਣ ਇਹਨੂੰ ਜੇ ਆਪਾਂ ਸਾਹਮਣੇ ਰੱਖੀਏ ਕਿ ਇਹ ਕੇਸ ਦੇ ਵਿੱਚ ਭਾਵੇਂ ਕੋਈ 95% ਰੇਟਿੰਗ ਵਾਲਾ ਵੀ ਜੱਜ ਜਿਹੜਾ ਹੁੰਦਾ ਨਾ ਉਹਨੇ ਡਰਨਾ ਸੀਗਾ ਉਹਨੇ ਕਹਿਣਾ ਸੀਗਾ ਕਿ ਨਹੀਂ ਮੈਂ ਸਰਕਾਰੀ ਵਕੀਲ ਦੀ ਜਿਹੜੀ ਗੱਲ ਮੰਨਣੀ ਆ ਇਹਨੂੰ ਫੜ ਚ ਹੀ ਪਾਉਣਾ ਕਿ ਸਿਸਟਮ ਨੂੰ ਪ੍ਰੋਟੈਕਟ ਕਰਨਾ ਏਦਾਂ ਕਰਨਾ ਇਹ ਜਿਹੜਾ ਸੀਗਾ ਕਾਨੂੰਨ ਦੇ ਹਿਸਾਬ ਨਾਲ ਚੱਲਣ ਵਾਲਾ ਜਿਹੜਾ ਜੱਜ ਸੀਗਾ ਸੋ ਇਹ ਆਹ ਜਿਹੜੀ ਹੁਣ ਜਦੋਂ ਤੁਸੀਂ ਟੈਕਨੀਕੈਲਿਟੀ ਤੇ ਉਤਰ ਗਏ ਲੀਗਲੀਸ ਤੇ ਉਤਰ ਗਏ ਇਹ ਛੇੜ ਦੇ ਮੂੰਹੋਂ ਬੋਟੀ ਕੱਢ ਕੇ ਲਿਆਉਣ ਵਾਲੀ ਗੱਲਬਾਤ ਜਿਹੜੀ ਹੁੰਦੀ ਆ ਸੋ ਇੱਦਾਂ ਦਾ ਕਿ ਇਹ ਫਿਰ ਕੇਸ ਤੁਹਾਨੂੰ ਸਾਲੋ ਸਾਲ ਜਿਹੜੇ ਯਾਦ ਰਹਿੰਦੇ ਆ ਸਰਕਾਰੀ ਵਕੀਲ ਪਰ ਨਹੀਂ ਮੰਨਿਆ ਕਹਿੰਦਾ ਮੈਂ ਜਿਹੜੀ ਅਪੀਲ ਕਰਨੀ ਆ ਹਨਾ ਤੇ ਉਦਣ ਜਿਹੜੀ ਬੰਦੇ ਦੀ ਗਵਾਹੀ ਹੋਣੀ ਸੀਗੀ ਤੇ ਉਹਦੀ ਗਵਾਹੀ ਆਪਾਂ ਨਹੀਂ ਫਿਰ ਹੁਣ ਦਿੱਤੀ ਕਿਉਂਕਿ ਪਹਿਲਾਂ ਹੀ ਜੱਜ ਨਾਲ ਆਹ ਗੱਲ ਗੋਲ ਕਰਕੇ ਡਿਸਮਿਸ ਹੋ ਗਿਆ ਹੁਣ ਉਹਦੀ ਗਵਾਹੀ ਰਹਿੰਦੀ ਆ ਉਹਦਾ ਫਿਰ ਰੀਜ਼ਨ ਇਹ ਸੀਗਾ ਕਿ ਜੇ ਗਵਾਹੀ ਹੋ ਜਾਂਦੀ ਪਹਿਲਾਂ ਆਪਾਂ ਇਹਨੂੰ ਕਲੋਜ਼ਿੰਗ ਦੇ ਵਿੱਚ ਆਰਗੂਮੈਂਟ ਪੇਸ਼ ਕਰਦੇ ਤਾਂ ਫਿਰ ਕੀ ਸੀਗਾ ਕਿ ਕੋਰਟ ਵੱਲੋਂ ਸਾਰਾ ਨਿਪਟਾਰਾ ਹੋ ਗਿਆ ਸੀਗਾ ਫਿਰ ਉੱਪਰ ਹੀ BIA ਸਰਕਟ ਕੋਰਟ ਚ ਫੈਸਲਾ ਹੋ ਜਾਣਾ ਸੀਗਾ ਕਿਹੜੇ ਵੇਲੇ ਕਿਹੜੀ ਆਰਗੂਮੈਂਟ ਪੇਸ਼ ਕਰਨੀ ਹੈ ਕਿ ਆਪਾਂ ਉਹਦੀ ਸਾਰਾ ਜਿਹੜਾ ਟ੍ਰਾਇਲ ਹੋ ਗਿਆ ਗਵਾਹ ਗੂ ਸਾਰੇ ਬਾਕੀ ਭੁਗਤ ਗਏ ਕਿ ਜਿਹੜੀ ਹੁਣ ਵਿਰੋਧੀ ਧਿਰਾਂ ਨੂੰ ਆਪਾਂ ਲਟਕਾ ਕੇ ਵੀ ਨਹੀਂ ਰੱਖਣਾ ਚਾਹੁੰਦੇ ਸੀ ਕਿ ਇਹ ਹਰੇਕ ਸਾਰੀ ਉਮਰ ਹੀ ਨਾਲ ਪੱਲੇ ਤੁਰੇ ਫਿਰੇ ਹਨਾ ਉਹਨਾਂ ਦੀ ਸਾਰੀ ਟੈਸਟੀਮੋਨੀ ਮੰਗਾ ਕੇ ਜਦੋਂ ਮੁੰਡੇ ਦੀ ਆਖਰੀ ਜਿਹਨੂੰ ਰੀਡਾਇਰੈਕਟ ਐਗਜ਼ਾਮੀਨੇਸ਼ਨ ਕਹਿੰਦੇ ਆ ਉਸ ਤੋਂ ਪਹਿਲਾਂ ਆਪਾਂ ਇਹ ਉਹਨਾਂ ਨੂੰ ਆਰਗੂਮੈਂਟ ਜਿਹੜੀ ਪੇਸ਼ ਕੀਤੀ ਸੀਗੀ ਕਿ ਇਹ ਟੇਪ ਜਿਹੜੀਆਂ ਬਾਇਸ ਹੈਗੀਆਂ ਸਾਰੀਆਂ ਤੇ ਇਹਦੇ ਵਿੱਚ PD ਜਿਹੜੀ ਜ਼ਿਆਦਾ ਦੇਣੀ ਬਣਦੀ ਆ ਤੇ ਤੁਸੀਂ ਟਾਈਮ ਬਹੁਤ ਖਰਾਬ ਹੋਊਗਾ ਹੁਣ ਇਹਦੇ ਵਿੱਚ ਕੀ ਹੈਗਾ ਕਿ ਕੇਸ ਸੀਗਾ ਕੋਰਨਾਡੋ ਅਸੀਵੇਦੋ ਉਹਦੀ ਆਪਾਂ ਕਈ ਵਾਰੀ ਗੱਲ ਕੀਤੀ ਆ ਇਹਦੀ ਹੁਣ ਜੇ ਜੇ ਕਿਸੇ ਨੇ ਪੂਰੀ ਬਾਹਲੀ ਟੈਕਨੀਕੈਲਿਟੀ ਸੁਣਨੀ ਆ ਤਾਂ ਸਾਡੇ ਰੇਡੀਓ ਸ਼ੋਅ ਦੇ ਉੱਤੇ ਹੀ ਆਪਾਂ ਮੈਟਰ ਆਫ ਕਰੂਜ਼ ਵਾਲਡੇਜ਼ ਮੈਟਰ ਆਫ ਕੈਸਟ੍ਰੋਟਮ ਇਹ ਜਿਹੜੇ ਕੇਸ ਸੀਗੇ ਕਿ ਜੱਜ ਟਰੰਪ ਹੋਣਾ ਨੇ ਕੁਛ ਕਿਹਾ ਕਿ ਕੇਸ ਇਹ ਬੰਦ ਹੋਣੇ ਚਾਹੀਦੇ ਆ ਨਹੀਂ ਬੰਦ ਹੋਣੇ ਚਾਹੀਦੇ ਆ ਕਿ ਜੱਜ ਕੋਲ ਅਥਾਰਟੀ ਹੈਗੀ ਕਿ ਨਹੀਂ ਹੈਗੀ ਇਹ ਜਿਹੜੇ ਜੱਜ ਸਾਹਿਬ ਸੀਗੇ ਪਹਿਲਾਂ ਬਿਜ਼ਨਸ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਸੀ ਤੇ ਇਹਨਾਂ ਨਾਲ ਨਾ ਕਈ ਵਾਰੀ ਉਦਾਂ ਹੀ ਗੱਲਬਾਤ ਹੋ ਜਾਣੀ ਲਾਅ ਦੇ ਉੱਤੇ ਡਿਸਕਸ਼ਨ ਹੋ ਜਾਣੀ ਅੱਧਾ ਘੰਟਾ ਪੌਣਾ ਘੰਟਾ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ ਇਹਨੂੰ ਜੱਜ ਨੂੰ ਸਾਡੀ ਆਰਗੂਮੈਂਟ ਸੀ ਕਿ ਜਿਹੜਾ ਮੈਟਰ ਆਫ ਕੋਰਨਾਡੋ ਆਸੀਵੇਦਾ ਹੈਗਾ ਕਿ ਉਹ ਜੱਜ ਨੂੰ ਅਥਾਰਟੀ ਦਿੰਦਾ ਕਿ ਭਾਵੇਂ ਸਰਕਾਰੀ ਵਕੀਲ ਕਹਿ ਰਿਹਾ ਕਿ ਮੈਂ PD ਨਹੀਂ ਦੇਣੀ ਹੈ ਪਰ ਜੱਜ ਕੋ ਇਸ ਕੇਸ ਦੇ ਥੱਲੇ ਪਾਵਰ ਹੈਗੀ ਆ ਕਿ ਉਹ PD ਜਾਂ ਡਿਸਮਿਸਲ ਜਾਂ ਐਡਮਿਨ ਕਲੋਜ਼ਰ ਔਨ ਇਟਸ ਓਨ ਜਿਹੜਾ ਦੇ ਸਕਦਾ ਵਾ ਤੇ ਜਿਹੜਾ ਹੁਣ ਸਰਕਾਰੀ ਵਕੀਲ ਆ ਉਹ ਜਾਊਗਾ ਆਪਣਾ BIA ਦੇ ਕੋਲ ਤੇ ਸਾਨੂੰ ਹੁਣ ਇਹ ਹੈ ਕਿ ਉਹ ਚੈਲੰਜ ਕੇਸ ਗਰਾਊਂਡ ਤੇ ਕਰੂਗਾ ਕਿ ਜੱਜ ਨੇ ਕੀ ਗਲਤ ਕੀਤਾ ਉਹਦੇ ਅੱਗੇ ਸਭ ਤੋਂ ਪਹਿਲੀ ਵੱਡੀ ਰੁਕਾਵਟ ਇਹ ਹੈ ਕਿ ਮੈਟਰ ਆਫ ਕੋਰਨਾਡੋ ਅਸੀਵੇਦਾ ਦੇ ਥੱਲੇ ਜੱਜ ਦੇ ਕੋਲ ਅਥਾਰਟੀ ਹੈਗੀ ਆ ਕਿ ਨਹੀਂ ਹੈਗੀ ਆ ਪਹਿਲਾਂ ਉਹਨੂੰ ਉਹ ਵਾਲੀ ਦੀਵਾਰ ਜਿਹੜੀ ਬਹੁਤ ਉੱਚੀ ਉਹਦੇ ਲਈ ਹੈਗੀ ਸਰਕਾਰੀ ਵਕੀਲ ਲਈ ਪਹਿਲਾਂ ਉਹਨੂੰ ਉਹ ਜਿੱਤਣੀ ਪੈਣੀ ਆ ਫਿਰ ਉਸ ਤੋਂ ਬਾਅਦ ਕਿਉਂਕਿ ਜੋ ਮਰਜ਼ੀ ਉਹ ਕਵੇ ਪਰ ਜੇ BIA ਕਹਿੰਦਾ ਕਿ ਨਹੀਂ ਜੱਜ ਕੋਲ ਅਥਾਰਟੀ ਹੈਗੀ ਆ ਤਾਂ ਫਿਰ ਮੈਟਰ ਹੀ ਨਹੀਂ ਕਰਦਾ ਕਿ ਬੰਦਾ ਸਹੀ ਸੀਗਾ ਗਲਤ ਸੀਗਾ ਫਰੋਡ ਸੀਗਾ ਨਹੀਂ ਫਰੋਡ ਸੀਗਾ ਟੈਕਨੀਕਲ ਦੀਵਾਰ ਜਿਹੜੀ ਉਹਦੇ ਉੱਤੇ ਬੜੀ ਵੱਡੀ ਪੈ ਗਈ ਤੇ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਛੋਟੀਆਂ ਦੀਵਾਰਾਂ ਆਪਾਂ ਜਿਹੜਾ ਬਾਇਸਡ ਵਿਟਨੈਸ ਆ ਉਹਦੀ ਗੱਲ ਮੰਨ ਸਕਦੇ ਹਾਂ ਜਾਂ ਨਹੀਂ ਮੰਨ ਸਕਦੇ ਹਨਾ ਤੇ ਉਸ ਚੀਜ਼ ਦੀ ਜਿਹੜੀ ਟੈਕਨੀਕੈਲਿਟੀ ਹੁਣ ਸਰਕਾਰੀ ਵਕੀਲ ਮੂਹਰੇ ਖੜੀ ਹੈ ਤੇ ਜੱਜ ਉਹਨੂੰ ਕਹਿੰਦਾ ਕਿ ਮੈਂ ਵੀ ਕਹਿੰਦਾ ਬੜਾ ਇੰਟਰਸਟਿਡ ਹਾਂ ਕਿ ਤੂੰ ਅਪੀਲ ਦੇ ਵਿੱਚ ਕੀ ਮੁੱਦੇ ਜਿਹੜੇ ਰੇਜ਼ ਉਹ ਕਰਦਾ ਤੇ ਇਹਦਾ ਜਦੋਂ ਵੀ ਹੁਣ ਜੇ ਸਾਡੇ ਕੋਲ 29 ਜਨਵਰੀ ਤੱਕ ਉਹਨਾਂ ਨੇ ਦਿੱਤਾ ਵਾ ਤੇ ਦੇਖਦੇ ਹਾਂ ਹੁਣ ਅਪੀਲ ਇਹਦੀ ਫਾਈਲ ਹੁੰਦੀ ਹੈ ਕਿ ਨਹੀਂ ਆ ਤੇ ਇਹ ਵਾਲਾ ਕੇਸ ਜਿਹੜਾ ਹੈਗਾ ਜੇ ਇਹ ਉੱਪਰ ਜਾਂਦਾ ਹੈਗਾ ਇਹਦਾ ਹੁਣ ਬੰਦਾ ਜਿਹੜਾ ਸੀਗਾ ਉਹਨਾਂ ਨੇ ਕੋਈ ਲੈਣਾ ਦੇਣਾ ਹੈਗਾ ਕਿ ਕਿੱਦਾਂ ਕੀ ਆ ਕਿਉਂਕਿ ਟੈਕਨੀਕੈਲਿਟੀ ਚ ਪੈ ਗਿਆ ਇੱਦਾਂ ਦਾ ਕੇਸ ਜੇ ਹੁਣ ਸਰਕਟ ਕੋਰਟ ਦੇ ਵਿੱਚ ਜਾਂਦਾ ਤੇ ਉੱਥੇ ਜਿਹੜਾ ਫੈਸਲਾ ਇਹ ਹੋਊਗਾ ਕਿ ਜੱਜ ਦੇ ਕੋਲ ਜਿਹੜੀ ਅਥਾਰਟੀ ਹੈਗੀ ਆ ਕਿ ਨਹੀਂ ਹੈਗੀ ਆ ਹੁਣ ਜਿਹੜਾ ਇਹ ਸਰਕਾਰੀ ਵਕੀਲ ਆ ਇਹ ਓਬਵੀਅਸਲੀ ਬੜਾ ਡਿਸਅਪੋਇੰਟਡ ਸੀਗਾ ਕਿਉਂਕਿ ਉਹ ਕਹਿੰਦਾ ਯਾਰ ਇਹ ਤਾਂ ਐਡਾ ਕਲੀਨ ਕੇਸ ਆ ਜੱਜ ਨੇ ਸਾਡੀ ਅਥਾਰਟੀ ਨੂੰ ਚੈਲੰਜ ਕਰਤਾ ਉਹ ਜਾ ਕੇ ਆਪਣੇ ਵਿਭਾਗ ਨਾਲ ਗੱਲ ਕਰੂਗਾ ਕਿ ਜੇ ਆਪਾਂ ਇਹਨੂੰ ਨਾ ਚੈਲੰਜ ਕੀਤਾ ਫਿਰ ਤਾਂ ਜੱਜਾਂ ਨੇ ਸਾਡਾ ਇੱਦਾਂ ਹੀ ਕੰਮ ਕਰ ਦੇਣਾ ਭਾਵੇਂ ਕਿ ਸਾਰਾ
ਕੀਤਾ ਕਿਤਾਇਆ ਕੇਸ ਜੀ ਜਿਹੜਾ ਜੱਜਾਂ ਵਾਲਾ ਬਲੌਗ ਆ ਉਹ ਕਹਿੰਦੇ ਆ ਕਿ ਆਪਣੀ ਪਾਵਰ ਆਪਣੇ ਕੋਲ ਰੱਖਣੀ ਹੈ ਹਨਾ ਤੇ ਹੁਣ ਇਹਦੇ ਵਿੱਚ ਇਹ ਬੜਾ ਡਿਪੈਂਡ ਕਰਦਾ ਕਿ ਇਹ ਜਿਹੜਾ ਫੈਸਲਾ ਵਾ ਬੀ ਆਈ ਏ ਇਹ ਟਰੰਪ ਹੋਣਾ ਦੇ ਆਉਣ ਤੋਂ ਪਹਿਲਾਂ ਹੋਊਗਾ ਕਿ ਇਹ ਜਿਹੜਾ ਫੈਸਲਾ ਵਾ ਉਹਨਾਂ ਦੇ ਆਉਣ ਤੋਂ ਬਾਅਦ ਚ ਹੋਊਗਾ ਕਿ ਰਵੱਈਆ ਜਿਹੜਾ ਕਿੱਧਰ ਨੂੰ ਜਾਂਦਾ ਸੋ ਇਹ ਚੀਜ਼ਾਂ ਜਿਹੜੀਆਂ ਨਵੀਆਂ ਜਿਹੜੀਆਂ ਤੁਹਾਨੂੰ ਮੈਂ ਕਹਿ ਰਿਹਾ ਕਿ ਐਕਸਾਈਟਿੰਗ ਚੀਜ਼ਾਂ ਜਿਹੜੀਆਂ ਉਹ ਇਹ ਨਿਕਲ ਕੇ ਹੁਣ ਜਿਹੜੀਆਂ ਸਾਡੀ ਪ੍ਰੈਕਟਿਸ ਚੋਂ ਸਾਹਮਣੇ ਆ ਰਹੀਆਂ। ਕੀ ਬਾਤ ਹੈ, ਨਹੀਂ ਚਲੋ ਵਧੀਆ। 9th ਸਰਕਟ ਕੋਰਟ ਆਫ ਅਪੀਲ ਤੇ ਹੋਰ ਅੱਗੇ ਤੱਕ ਜਿਹੜਾ ਉਹ ਜਾ ਰਹੇ ਆ ਤੇ ਬਾਕੀ ਅਟਾਰਨੀ ਜੀ ਕਹਿੰਦੇ ਜੀ ਜਿੱਦਾਂ ਆਪਾਂ ਕਾਫੀ ਪ੍ਰੋਗਰਾਮ ਕੋਰਟ ਰੂਮ ਡਿਮੀਨਰ ਦੇ ਬਾਰੇ ਕਿੱਦਾਂ ਤਿਆਰੀ ਕਰਨੀ ਆ, ਕਿਵੇਂ ਸਾਰਾ ਕਰਨਾ ਆ, ਕੀ ਤੁਹਾਨੂੰ ਥੋੜਾ ਫਰਕ ਨਜ਼ਰ ਆ ਰਿਹਾ ਆ ਲੋਕਾਂ ਦੇ ਵਿੱਚ, ਉਸ ਦੇ ਵਿੱਚ ਤੁਸੀਂ ਦੇਖਦੇ ਆ ਵੀ ਹਾਂ ਵੀ ਲੋਕ ਇਸ ਚੀਜ਼ ਨੂੰ ਸੀਰੀਅਸਲੀ ਲੈ ਰਹੇ ਆ ਵੀ ਕਿੱਦਾਂ ਆਪਾਂ ਕਰੀਏ, ਕਿੰਨਾ ਕੁ ਜ਼ਿਆਦਾ ਤਿਆਰ ਹੋਈਏ ਐਕਟੀਵਿਟੀਜ਼, ਉਹਦੇ ਬਾਰੇ ਕਾਫੀ ਤੁਸੀਂ ਕਾਫੀ ਵਾਰੀ ਇਸ ਸਾਲ 'ਚ ਗੱਲਾਂ ਕੀਤੀਆਂ। ਹਾਂਜੀ ਹਾਂਜੀ, ਕਈ ਕਈ ਵਾਰੀ ਬੰਦਾ ਨਾ ਸਾਡੇ ਕੋਲ ਆਉਂਦਾ ਕੇਸ ਪਾਸ ਹੁੰਦਾ ਨਾ ਉਦਾਂ ਮਜ਼ਾਕ ਚਲੂ ਕਈ ਵਾਰੀ ਕਹੀਦਾ ਕਿ ਜਿੱਦਾਂ ਕੋਰਟ ਦੇ ਨਾ ਪਿੱਛੇ ਬੈਕ ਸਾਈਡ ਤੇ ਤੁਸੀਂ ਦੇਖੋ ਜਿੱਦਾਂ ਕੱਟ ਹੁੰਦੇ ਆ, ਹਾਂਜੀ ਉਹਦੇ ਤੇ ਉਹਨਾਂ ਨੇ ਧਾਗਾ ਲਾਇਆ ਹੁੰਦਾ ਚਿੱਟੇ ਰੰਗ ਦਾ, ਜਿਹੜਾ ਕਿ ਕੋਰਟ ਜਿੱਦਾਂ ਨਵਾਂ ਜੇਬਾਂ ਦੇ ਵਿੱਚ ਧਾਗਾ ਕਿ ਉਹ ਲੱਗਾ ਹੁੰਦਾ ਤੇਰਾ ਨਾ ਹੁਣ ਕੇਸ ਪਾਸ ਹੋ ਗਿਆ ਇਹਨੂੰ ਵਾਪਸ ਨਾ ਕਰੀ, ਇਹਨੂੰ ਭਰਾਵਾ ਇਹਨੂੰ ਖੋਲ ਹੁਣ ਇਹਨੂੰ ਹੋਣਾ ਉਹ ਵੀ ਵਰਤ ਲੈ ਲੱਕੀ ਕੋਡ ਜਿਹੜਾ ਰਿਹਾ। ਭਾਜੀ ਕਹਿੰਦਾ ਯਾਰ ਰੇਡੀਓ ਸੁਣ ਕੇ ਨਾ ਕਹਿੰਦਾ ਯਾਰ ਫੇਰ ਕਹਿੰਦਾ ਪਹਿਲੀ ਵਾਰੀ ਕਹਿੰਦਾ ਯਾਰ ਕੋਟ ਲਿਆ ਪਾਇਆ ਨੀ ਕਹਿੰਦਾ ਕਦੀ, ਮੈਂ ਕਿਹਾ ਉਹ ਏਦਾਂ ਨਾ ਧਾਗਾ ਇਹਦਾ ਆਹ ਹੁੰਦਾ, ਕਹਿੰਦਾ ਇਹ ਤਾਂ ਕਹਿੰਦਾ ਪਤਾ ਹੀ ਨੀ ਸੀਗਾ ਕਿ ਧਾਗਾ ਵੀ ਥੱਲੋਂ ਦੀ ਉਹ ਕਰਨਾ ਹੁੰਦਾ ਕੱਟ ਲਈ ਬੋਲਣਾ ਵੀ ਆ। ਹਾਂ ਤੇ ਤੁਸੀਂ ਜਿੱਦਾਂ ਸਵਾਲ ਪੁੱਛਿਆ, ਲੌਂਗ ਸਟੋਰੀ ਸ਼ਾਰਟ ਉਹਦੀ ਇਹ ਹੈ ਕਿ ਹਾਂਜੀ ਕਈ ਸੀਰੀਅਸਲੀ ਕਈ ਆਪਣਾ ਨਾ ਮਤਲਬ ਇਹ ਰਿਐਲਿਟੀ ਆ ਕਿ ਕਈ ਵਾਰੀ ਨਾ ਬੰਦੇ ਨੇ ਕਿਹਾ ਕੇਸ ਪਾਸ ਹੋਣ ਵਾਲੇ ਵੀ ਤੇ ਫੇਲ ਹੋਣ ਵਾਲੇ ਵੀ, ਇੱਕ ਵਕੀਲ ਨੇ ਨੀ ਕਹਿੰਦਾ ਕੁਛ ਕਰਾਇਆ, ਕਹਿੰਦਾ ਰੇਡੀਓ ਤੇ ਕਹਿੰਦਾ ਕਾਪੀ ਆਪਾਂ ਫੜ ਲਈ ਐਪੀਸੋਡ ਸੇਵ ਕਰ ਲਏ ਲਿਖ ਲਿਖ ਕੇ, ਕਹਿੰਦਾ ਆਪੇ ਕਹਿੰਦਾ ਖੁਦ ਤਿਆਰੀ ਕੀਤੀ ਹੈ, ਪਾਸ ਵੀ ਹੋਏ ਆ ਲੋਕੀ ਤੇ ਫੇਲ ਵੀ ਹੋਏ ਆ, ਉਹ ਵੀ ਕਹਿੰਦਾ ਕਿ ਯਾਰ ਜਿੰਨਾ ਕੁ ਕਹਿੰਦਾ ਤੁਹਾਡੇ ਰੇਡੀਓ ਤੋਂ ਸੁਣਿਆ ਉਹਦੇ ਹਿਸਾਬ ਨਾਲ ਕਹਿੰਦਾ ਜਵਾਬ ਜਿਹੜੇ ਦਿੱਤੇ ਆ ਤੇ ਲੋਕ ਹਾਂਜੀ ਕਈ ਸੀਰੀਅਸਲੀ ਲੈਂਦੇ ਆ ਕਈ ਨਹੀਂ ਲੈਂਦੇ। ਨਹੀਂ ਚਲੋ ਹੋਪਫੁਲੀ ਲੋਕਾਂ ਨੂੰ ਕਮਿਊਨਿਟੀ ਨੂੰ ਇਸ ਦੇ ਵਿੱਚ ਹੋਰ ਵੱਧ ਤੋਂ ਵੱਧ ਜਿਹੜਾ ਉਹ ਪਤਾ ਲੱਗਦਾ ਰਹੇ ਤੇ ਟੰਡੀ ਟਰੀ ਜਾਣਾ ਜੀ। ਬ੍ਰੇਕ ਦਾ ਵਕਤ ਹੋ ਗਿਆ ਆ ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਫਿਰ ਲੈਂਦੇ ਹਾਂ ਸਵਾਲ ਜਵਾਬ ਕਰਦੇ ਹਾਂ ਇਸ ਸਾਲ ਦੇ ਲਾਸਟ Q&A ਸੈਸ਼ਨ ਆ, ਅਗਲੇ ਸਾਲ ਦੇ ਵਿੱਚ ਫਿਰ ਆਪਾਂ ਜਿਹੜਾ ਉਹ ਸ਼ੁਰੂ ਇਸੇ ਤਰੀਕੇ ਦੇ ਨਾਲ ਕਰਾਂਗੇ ਤੇ ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ ਜੀ। Thank you.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ, ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਅਟਰਨੀ ਟਿਰਕੇ ਨਾਲ ਜੀ ਆਪਣੇ ਨਾਲ ਜੁੜੇ ਹੋਏ ਨੇ। ਅੱਜ ਸਾਲ 2023 ਦਾ ਆਪਣਾ ਲਾਸਟ ਪ੍ਰੋਗਰਾਮ ਆ, ਦਸੰਬਰ ਦੀ 30 ਤਰੀਕ ਆ। ਅਟਰਨੀ ਟਿਰਕੇ ਨਾਲ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅਤੇ ਹੁਣ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-275-200-408-272-5200 408-272-5200 ਦੇ ਉੱਤੇ। ਅਤੇ ਬਾਕੀ ਜੇ ਅਟਰਨੀ ਟਿਰਕੇ ਨਾਲ ਉਹਨਾਂ ਦੇ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਆ, ਉਹਨਾਂ ਦਾ ਨੰਬਰ ਆ 415-909-0503-415-909-0503 ਦੇ ਉੱਤੇ। ਅਤੇ ਆਓ ਗੱਲਬਾਤ ਸ਼ੁਰੂ ਕਰਦੇ ਹਾਂ। ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਨੇ ਗੁਰਵਿੰਦਰ ਜੀ। ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਤੁਸੀਂ ਅਸਾਇਲਮ ਗ੍ਰਾਂਟ ਹੋਇਆ ਤੇ ਉਹਦੇ ਵਿੱਚ ਜਿਹੜਾ ਉਹ ਆਪਣੀ ਐਪਲੀਕੇਸ਼ਨ ਭਰਦਾ ਉਹਦੇ ਵਿੱਚ ਲਿਖਿਆ ਹੀ ਹੁੰਦਾ ਕਿ ਕਿੰਨੇ ਤੁਹਾਡੇ ਭੈਣ ਭਰਾ ਵਾ, ਮਾਪੇ ਕਿੱਥੇ ਰਹਿੰਦੇ ਆ, ਸਿਬਲਿੰਗ ਕਿੱਥੇ ਰਹਿੰਦੇ ਆ। ਸਵਾਲ ਹੁੰਦਾ ਕਿ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਨਹੀਂ ਅਮਰੀਕਾ 'ਚ ਰਹਿੰਦਾ, ਤੇ ਉਹਦੇ ਵਿੱਚ ਪੂਰਾ ਸਹੀ ਸਹੀ ਦੱਸਣਾ ਕਿੱਦਾਂ, ਤੇ ਤੁਹਾਡੇ ਭਰਾ ਕੋਲ ਵੀ ਜਿਹੜਾ ਸਵਾਲ ਪੁੱਛੇ ਜਾ ਸਕਦੇ ਆ।
ਜੇ ਤੁਹਾਡੇ ਭਰਾ ਦਾ ਕੋਈ ਹੱਥ ਸੀਗਾ ਤੁਹਾਨੂੰ ਬਾਹਰ ਕੱਢਣ ਚ ਤੇ ਉੱਤੇ ਫਿਰ ਏਲੀਅਨ ਸਮਗਲਿੰਗ ਦਾ ਬੈਨ ਵੀ ਲਾਇਆ ਜਾ ਸਕਦਾ ਵਾ। ਠੀਕ ਹੈ ਜੀ, ਨਹੀਂ ਆਪਾਂ ਕੇਸ ਦੇ ਵਿੱਚ ਉਹਨਾਂ ਦਾ ਤਾਂ ਕੋਈ ਨਹੀਂ ਮੈਂਸ਼ਨ ਕੀਤਾ, ਜਦ ਤੱਕ ਮੈਂ ਕਿ ਆਪਣੇ ਕੋਲ ਹਜੇ ਗ੍ਰੀਨ ਕਾਰਡ ਵੀ ਹੈ ਨਾ, ਗ੍ਰੀਨ ਕਾਰਡ ਦਾ ਨੰਬਰ ਨਹੀਂ, ਉਹਦੇ ਵਿੱਚ ਆਪਾਂ ਫਿਰ ਕੀ ਲਿਖਣਾ, ਉਹ ਫਾਈਲ ਦੇ ਵਿੱਚ ਆਪਣੀ ਜੀ ਬਲੈਂਕਸ ਦਿੱਤੀ ਹੁੰਦੀ ਹੈ। ਅਸਾਈਲੀ ਲਿਖਣਾ ਕਿ ਭਰਾ ਦਾ ਸਟੇਟਸ ਕੀ ਹੈ? ਹੁਣ ਤੁਸੀਂ ਅਸਾਈਲੀ ਹੈ ਇਸ ਵੇਲੇ, ਜੇ ਤੁਹਾਡਾ ਕੇਸ ਪਾਸ ਹੋਇਆ, ਜਦੋਂ ਤੁਹਾਡਾ ਗ੍ਰੀਨ ਕਾਰਡ ਆ ਗਿਆ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਜਾਣਾ, ਸੋ ਅਸਾਈਲੀ ਲਿਖੋਗੇ ਤੁਸੀਂ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਜੀ। ਯਸ਼, ਹੈਲੋ ਸਰ। ਹਾਂਜੀ, ਹੈਲੋ ਜੀ। ਮੇਰਾ ਕੁਐਸਚਨ ਇਹ ਹੈ ਕਿ ਮੇਰਾ ਐਡਰੈਸ ਸੈਨ ਫ੍ਰਾਂਸਿਸਕੋ ਹੈ ਔਰ ਮੈਂ ਫ੍ਰਿਜ ਨੂੰ ਮੂਵ ਹੋਣਾ ਚਾਹਤਾ ਹੂੰ ਜੀ, ਫ੍ਰਿਜ ਨੂੰ। ਮੇਰਾ ਕੋਰਟ ਕਾ ਐਡਰੈਸ ਚੇਂਜ ਹੋਗਾ ਸਰ? ਨਹੀਂ, ਅਭੀ ਤੱਕ ਤੋ ਜੋ ਫ੍ਰੈਜ਼ਨੋ ਕਾ ਐਡਰੈਸ ਹੈ ਵੋ ਸੈਨ ਫ੍ਰਾਂਸਿਸਕੋ ਕਾ ਹੀ ਕੋਰਟ ਪੜਤਾ ਹੈ ਉਸਕੋ ਆਜ ਕੀ ਡੇਟ ਮੇ। ਅਬ ਅਗਲੇ ਸਾਲ ਨਏ ਕੋਰਟ ਬਨੇਗੇ, ਕੁਛ ਫਿਰ ਦੇਖਤੇ ਹੈ ਕਿਆ ਹਿਸਾਬ ਕਰਤੇ। ਤੁਸੀਂ ਪਰ ਆਪਣਾ ਐਡਰੈਸ ਅਪਡੇਟ ਕਰ ਲਓ ਬਰ, ਜਦੋਂ ਤੁਸੀਂ ਮੂਵ ਹੋਣਾ ਹੈ ਐਡਰੈਸ ਤੋ ਜੱਜ ਵਗੈਰਾ ਤੋਂ ਨਹੀਂ ਪਲਟੇਗੇ ਨਾ? ਨਹੀਂ, ਜੱਜ ਵਹੀ ਰਹੇਗਾ, ਸੈਨ ਫ੍ਰਾਂਸਿਸਕੋ ਰਹੇਗਾ ਆਜ ਕੀ ਡੇਟ ਮੇ। ਠੀਕ ਹੈ ਸਰ, ਇਹ ਪੁੱਛਣਾ ਹੈ, ਥੈਂਕ ਯੂ। ਓਕੇ ਜੀ, ਕੰਕੜ ਦੇ ਕੇਸ ਦੀ ਕੀ ਅਪਡੇਟ ਆ? ਕੰਕੜ ਦੇ ਕੋਰਟ ਦੀ ਹੋ ਚਾਲੂ ਇਸ ਸਾਲ ਚ, ਅਗਲੇ ਚ ਆਈ ਮੀਨ? ਹਾਂਜੀ, ਹੋਣਾ ਤਾਂ ਚਾਹੀਦਾ, ਹੋਣਾ ਚਾਹੀਦਾ ਹੈ। ਬਣ ਗਈ ਬਿਲਡਿੰਗ ਬਿਲਡਿੰਗ ਉਹਨਾਂ ਨੇ ਕਰ ਲਿਆ ਉਦਘਾਟਨ। ਜੱਜ ਜੱਜ ਤਾਂ ਬੜੇ ਇੱਥੇ ਟ੍ਰੇਨਿੰਗ ਟ੍ਰੂਨਿੰਗ ਵਾਲੇ ਸੀਗੇ ਜਿਹੜੇ ਕੰਕਰਟ ਭੇਜਣੇ ਆ, ਜੱਜ ਕਹਿੰਦੇ ਵੀ ਸੀ ਆਪਣੇ ਮੂੰਹੋਂ, ਬਾਕੀ ਦੇਖਦੇ ਆ ਕਦੋਂ। ਠੀਕ ਹੈ, ਓਕੇ। ਸਾਡੀ ਬਿਲਡਿੰਗ ਵਾਂਗ ਹੋਈ ਉਹਨਾਂ ਨੂੰ ਵੀ ਜਿਹੜਾ, ਉਹ ਵੀ ਕਦੀ ਉਹ ਤੇ ਕੁਛ ਨਾ ਕੁਛ ਗ੍ਰਹਿ ਤਰਿਆ ਹੀ ਆ, ਹੈ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਸਾਨੂੰ ਬਿਲਡਰ ਹੁਣ ਕਹਿੰਦੇ ਸੀ ਕਿ ਤੁਸੀਂ ਸਮਰ ਚ ਆ ਜਾਣਾ ਵਾ, ਤਾਂ ਹੁਣ ਆਪਾਂ ਵਿੰਟਰ ਪਵਾਤੀ ਸਾਡੀ, ਅਗਲੇ ਸਾਲ ਦੀ ਸਮਰ ਆਉਣ ਨੂੰ ਫਿਰਦੀ ਹੁਣ ਤਾਂ। ਸਹੀ ਗੱਲ ਆ, ਚਲੋ ਕੋਈ ਨੀ, ਪਰ ਅਗਲੇ ਮਹੀਨੇ ਜਨਵਰੀ 2024 ਦੇ ਵਿੱਚ ਟਰਨੀ ਟਿਰਕੇ ਆਉਣਾ ਹੋਣਾ ਤੇ ਨਵੀਂ ਬਿਲਡਿੰਗ ਦੇ ਵਿੱਚ ਜਾਣਾ ਆ, ਸੋ ਜਿੱਦਣ ਹੋਊਗਾ ਉੱਥੇ ਆਪਾਂ ਤੁਹਾਡੇ ਲਈ ਉੱਥੋਂ ਕਵਰੇਜ ਵੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਬਿਲਕੁਲ। ਵਿਕਾਸ, ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਸਰ। ਮੇਰਾ ਕੁਐਸਚਨ ਇਹ ਹੈ ਕਿ ਜਦੋਂ ਮੈਂ ਯੂਐਸ ਦੇ ਵਿੱਚ ਆਇਆ ਉਸ ਟਾਈਮ ਮੈਂ ਸਟੂਡੈਂਟ ਸੀ, ਐਫ1 ਵੀਜ਼ਾ ਸੀ 2 ਸਾਲ ਪਹਿਲਾਂ, ਤੇ ਮੈਂ ਹੁਣ ਸਟੱਡੀ ਦਿਮਾਗ ਤੋਂ ਸ਼ਾਰਟ ਕਰਤੀ, ਮੈਂ ਸਟੱਡੀ ਕਰਕੇ ਸੈਲਮ ਲੈ ਲਈ ਸੀ ਜੀ, ਤੇ ਹੁਣ ਮੈਂ ਕਮਿਊਨਿਟੀ ਕਾਲਜ ਵਿੱਚ ਸਟੱਡੀ ਕਰ ਰਿਹਾ ਤੇ ਐਜ਼ ਐਨ ਇਨ ਸਟੇਟ ਸਟੂਡੈਂਟ, ਤੇ ਕੋਈ ਫਾਈਨੈਂਸ਼ੀਅਲ ਏਡ ਦੇ ਵਿੱਚ ਤਾਂ ਨਹੀਂ ਕਾਊਂਟ ਹੁੰਦਾ? ਕਾਲਜ ਕਹਿੰਦਾ ਵੀ ਤੇਰੀ ਰਿਕੁਆਇਰਮੈਂਟ ਜੋ ਸੀ ਤੇ ਮੀਟ ਕਰਤੀ, ਜੇ ਫਾਈਨੈਂਸ਼ੀਅਲ ਏਡ ਦੇ ਵਿੱਚ ਤਾਂ ਨਹੀਂ ਕਾਊਂਟ ਕੀਤਾ ਜਾਂਦਾ ਜੀ? ਨਹੀਂ, ਤੁਸੀਂ ਹੁਣ ਸਟੇਟਸ ਮੇਨਟੇਨ ਕਰ ਰਹੇ ਹੋ ਕਿ ਤੁਸੀਂ ਹੁਣ ਅਸਾਈਲੀ ਅਸਾਲਮ ਪੈਂਡਿੰਗ ਤੇ ਹੈ? ਅਸਾਲਮ ਪੈਂਡਿੰਗ ਇਹ ਅਸਾਲਮ ਪੈਂਡਿੰਗ ਵਾਲੇ ਨੂੰ ਤਾਂ ਨਹੀਂ ਕੋਈ ਫਾਈਨੈਂਸ਼ੀਅਲ ਦਾ ਚੱਕਰ ਹੈਗਾ, ਉਹ ਤਾਂ ਜਿਹੜੇ ਐਫ1 ਵਾਲੇ ਆ ਜਿਹੜੇ ਵਿਆਹ ਦੇ ਥਰੂ ਜਾਂਦੇ ਆ, ਜਿਹੜੇ ਚਾਹੇ ਇੰਪਲੋਇਮੈਂਟ ਦੇ ਥਰੂ ਜਾਂਦੇ ਆ, ਉਹਨਾਂ ਤੇ ਜਿਹੜੇ ਰੂਲ ਜੇ ਚੇਂਜ ਵੀ ਹੁੰਦੇ ਆ ਤਾਂ ਉਹਨਾਂ ਤੇ ਐਪਲੀਕੇਬਲ ਹੁੰਦੇ ਆ ਪਬਲਿਕ ਚਾਰਜ ਵਗੈਰਾ, ਸੋ ਅਸਾਲਮ ਵਾਲਿਆਂ ਤੇ ਪਬਲਿਕ ਚਾਰਜ ਦਾ ਜਿਹੜਾ ਰੂਲ ਨਹੀਂ ਐਪਲੀਕੇਬਲ ਹੁੰਦਾ। ਐਂਡ ਸਰ, ਇਨ ਫਿਊਚਰ ਵੀ ਮੈਂ ਯੂਨੀਵਰਸਿਟੀ ਆ ਕੇ ਕੋਈ ਸਕਾਲਰਸ਼ਿਪ ਲੈਣੀ ਚਾਹਾਂ, ਕਿਉਂਕਿ ਇਸ ਦੇ ਲਾਲ ਤਾਂ ਮੇਰਾ 4G ਤੇ ਚੱਲ ਰਿਹਾ, ਜੇ ਸਕਾਲਰਸ਼ਿਪ ਮੈਂ ਲੈ ਸਕਦਾ ਕੋਈ ਚੈਲੰਜਿੰਗ ਤਾਂ ਨਹੀਂ ਹੋਗਾ ਮੇਰੇ ਸਾਲਮ ਆਫਿਸ ਦੇ ਵਿੱਚ ਮੈਂ ਕੇਸ ਚੱਲੇਗਾ? ਨਹੀਂ, ਵਧੀਆ, ਉਹ ਤਾਂ ਤੂੰ ਦੱਸੂਗਾ ਉਹਨਾਂ ਨੂੰ ਕਿ ਮੇਰੀ ਆਹ ਅਕੰਪਲਿਸ਼ਮੈਂਟ ਹੈ, ਮੈਨੂੰ ਸਕਾਲਰਸ਼ਿਪ ਮਿਲੀ ਹੈ, ਤਾਂ ਦੇ ਵਿਲ ਬੀ ਹੈਪੀ। ਓਕੇ ਸਰ, ਵੀ ਮੀਨਸ ਫਾਈਨੈਂਸ਼ੀਅਲ ਏਡ ਲੈ ਸਕਦਾ ਜੇ ਮੈਂ ਚਾਹਾਂ, ਐਮ ਰਾਈਟ? ਦੇਖੋ ਇੱਦਾਂ ਕਿ ਮੈਂ ਹੁਣ ਫਾਈਨੈਂਸ਼ੀਅਲ ਏਡ ਦੀ ਆਮੀ ਨਹੀਂ ਭਰ ਸਕਦਾ, ਇਹ ਤਾਂ ਭਾਈ ਐਪਲੀਕੇਸ਼ਨ ਸਾਰੀ ਸੱਚ ਹੋਣੀ ਚਾਹੀਦੀ ਆ, ਕਿੱਦਾਂ ਵਿੱਚ ਸਾਰੀਆਂ ਰਿਕੁਆਇਰਮੈਂਟ ਮੀਟ ਹੋਣੀਆਂ ਚਾਹੀਦੀਆਂ, ਜੇ ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਾਂ ਤੁਸੀਂ ਮੀਟ ਕਰਦੇ ਆ ਤਾਂ ਤੁਸੀਂ ਬਿਲਕੁਲ ਲੈ ਸਕਦੇ ਆ ਜੀ। ਜੀ, ਮੈਨੂੰ ਹੁਣ ਪਤਾ ਨਹੀਂ ਨਾ ਕਿ ਤੁਸੀਂ ਕਰਦੇ ਆ ਕਿ ਨਹੀਂ ਕਰਦੇ ਆ, ਬਟ ਹਾਂਜੀ, ਜੇ ਉਹਨਾਂ ਨੇ ਲੀਗਲ ਇੱਕ ਆਪਸ਼ਨ ਦਿੱਤੀ ਆ, ਭਾਵੇਂ ਬੈਂਕਰਪਸੀ ਆ, ਭਾਵੇਂ ਫਾਈਨੈਂਸ਼ੀਅਲ ਏਡ ਆ, ਜਾਂ ਜੋ ਵੀ ਆ, ਤੁਸੀਂ ਲੈ ਸਕਦੇ ਹੋ ਜੀ। ਠੀਕ ਹੈ ਜੀ, ਅਸੀਂ ਤਾਂ ਸੋਚਿਆ ਸੀ ਵੀ ਕਿਤੇ ਮੋਦੀ ਵਾਲਾ ਵਿਕਾਸ ਆ ਗਿਆ ਇੱਥੇ, ਉਹ ਅਮਰੀਕਾ ਦੇ ਵਿੱਚ, ਤੁਸੀਂ ਤਾਂ ਹੋਰ ਹੀ ਨਿਕਲੇ ਵਿਕਾਸ। ਚਲੋ ਕੋਈ ਗੱਲ ਨਹੀਂ, ਮਿਹਰਬਾਨੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਹਾਂਜੀ, ਕੁਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਛੋਟੇ ਛੋਟੇ ਦੋ ਕੁਐਸਚਨ ਹੈ। ਪਹਿਲਾ ਤਾਂ ਇਹ ਆ ਕਿ ਸਾਡੇ ਦੋਵਾਂ ਕੋਲੇ ਨਾ ਹਸਬੈਂਡ ਵਾਈਫ ਕੋਲੇ ਪਰਮਾਨੈਂਟ ਰੈਜ਼ੀਡੈਂਸੀ 10 ਸਾਲ ਦਾ ਗ੍ਰੀਨ ਕਾਰਡ ਆ ਜੀ, ਤੇ ਅਸੀਂ ਬੱਚਿਆਂ ਨੇ ਅਪਲਾਈ ਕੀਤਾ, ਬੱਚੇ ਸਪੇਨ ਦੇ ਨੈਸ਼ਨੈਲਿਟੀ ਆ ਦੋਵਾਂ ਕੋਲੇ ਤੇ ਇੱਕ ਨੈਸ਼ਨ ਉੱਥੋਂ ਦਾ ਬੋਰਨ ਆ ਜੀ। ਪਹਿਲਾ ਕੁਐਸਚਨ ਤੇ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ ਉਹਨਾਂ ਨੂੰ ਜੀ, ਤੇ ਦੂਜਾ ਕੁਐਸਚਨ ਇਹ ਆ ਕਿ ਮੇਰੀ ਵਾਈਫ ਉਹਨਾਂ ਬੱਚਿਆਂ ਨੂੰ ਲੈ ਕੇ ਇੱਥੇ ਆਈ ਆ ਦੋਨਾਂ ਨੂੰ, ਤੇ ਉਹਦਾ ਗ੍ਰੀਨ ਕਾਰਡ ਅਜੇ ਤੱਕ ਆਇਆ ਨੀ ਘਰੇ, ਤੇ ਉਹਨੇ ਵਾਪਸ ਜਾਣਾ 21 ਜਨਵਰੀ ਨੂੰ ਜੀ, ਉਸ ਤੱਕ ਗ੍ਰੀਨ ਕਾਰਡ ਨਹੀਂ ਆਉਣਾ, ਜਾ ਸਕਦੇ ਅਸੀਂ ਬਾਈ ਪੋਸਟ ਕਰ ਸਕਦੇ ਉਹਨਾਂ ਨੂੰ, ਜਾਂ ਮੈਂ ਜਾ ਕੇ ਦੇ ਸਕਦਾ ਸਕਰੀਨ ਤੇ ਉਹਨਾਂ ਨੂੰ? ਸੋ ਪਹਿਲਾਂ ਤਾਂ ਇਹ ਦੱਸੋ ਕਿ ਗ੍ਰੀਨ ਕਾਰਡ ਕਿੱਦਾਂ ਮਿਲਿਆ ਤੁਹਾਨੂੰ? ਐਜ਼ ਅ ਪੇਰੈਂਟਸ, ਪੇਰੈਂਟਸ ਨੇ ਤੁਹਾਡਾ ਕੀਤਾ ਸੀਗਾ? ਹਾਂਜੀ, ਮੇਰੀ ਇੱਥੇ ਸਟੈਪ ਡਾਟਰ ਨੇ ਕੀਤਾ ਸਾਡਾ ਦੋਨਾਂ ਅਪਲਾਈ, ਡਾਟਰ ਨੇ ਕੀਤਾ ਆਪਣੇ ਪਿਓ ਦਾ? ਨੇ
ਸਟੈਪ ਡਾਟਰ ਨੇ ਤੁਹਾਡਾ ਕੀਤਾ ਤੇ ਠੀਕ ਹੈ ਤੇ ਹੁਣ ਅੱਗੇ ਆਪਣੀ ਵਾਈਫ ਦਾ ਜਿਹੜਾ ਆ ਉਹ ਕਰ ਰਹੇ ਆ ਤੇ ਬੱਚਿਆਂ ਦੀ ਉਮਰ ਕੀ ਵਾਈਫ ਦਾ ਵੀ ਹਾਂ ਹਾਂ ਬੱਚੇ ਦੀ ਇੱਕ 11 ਸਾਲ ਇੱਕ ਦੇ 18 ਸਾਲ ਹੈ ਦੋਨਾਂ ਕੋਲੇ ਸਪੈਨਿਸ਼ ਨੈਸ਼ਨੈਲਿਟੀ ਹੈ ਇੱਕ ਉਤਨਾ ਬੋਰਨ ਹੈ ਉਹਨਾਂ ਦਾ ਅਪਲਾਈ ਕੀਤਾ ਆਲਰੇਡੀ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ ਜਿਹੜੀ ਤੁਹਾਡੀ ਸਟੈਪ ਡਾਟਰ ਵਾਲਾ ਗ੍ਰੀਨ ਕਾਰਡ ਆ ਉਹ ਤੁਹਾਡੇ ਕੋਲ ਕਦੋਂ ਆਇਆ ਸੀਗਾ ਮੇਰੇ ਕੋਲੇ ਮਾਰਚ ਇਸੇ ਸਾਲ ਹੀ ਹਾਂਜੀ ਠੀਕ ਹੈ ਤੇ ਉਹ ਜਿਹੜੀ ਸਟੈਪ ਡਾਟਰ ਦੀ ਜਿਹੜੀ ਮਾਮ ਮਦਰ ਆ ਉਹਨਾਂ ਦਾ ਡਿਵੋਰਸ ਕਦੋਂ ਕਿਹੜੇ ਸਾਲ ਹੋਇਆ ਸੀਗਾ ਇਹਨਾਂ ਡਿਵੋਰਸ ਨਹੀਂ ਉਹਨਾਂ ਦਾ ਹੋਇਆ ਜੀ ਉਹਨਾਂ ਦਾ ਫਾਦਰ ਦੀ ਡੈਥ ਹੋਈ ਸੀ ਮੈਂ ਉਹਨੂੰ ਅਡਾਪਟ ਕੀਤਾ ਸੀ ਮੈਨੂੰ ਤੁਹਾਡਾ ਮਸਲਾ ਸਮਝ ਨਹੀਂ ਆਇਆ ਉਹ ਫਿਰ ਤੁਹਾਡੀ ਸਟੈਪ ਡਾਟਰ ਦੀ ਨਾ ਹੋਈ ਉਹ ਫਿਰ ਤੁਹਾਡੀ ਡਾਟਰ ਹੀ ਹੋਈ ਜੇ ਤੁਸੀਂ ਉਹਨੂੰ ਅਡਾਪਟ ਕਰ ਲਿਆ ਅੱਛਾ ਹਾਂਜੀ ਹਾਂਜੀ ਸੌਰੀ ਹਾਂਜੀ ਮੇਰਾ ਵੀ ਪਹਿਲਾਂ ਕੇਸ ਸਹੀ ਤਰ੍ਹਾਂ ਸਮਝਾ ਮੈਂ ਜਵਾਬ ਤਾਂ ਦੇ ਦਿੰਦਾ ਓਕੇ ਇਹ ਮੈਂ ਪਹਿਲਾਂ ਇਹ ਦੱਸੋ ਕਿ ਡਾਟਰ ਨੂੰ ਕਿਹੜੇ ਹਿਸਾਬ ਨਾਲ ਤੁਸੀਂ ਅਡਾਪਟ ਕੀਤਾ ਭਾਜੀ ਆਪਾਂ ਇਹਨਾਂ ਨੂੰ ਦੱਸ ਲੈਂਦੇ ਹੋ ਕਿ ਕਿੱਦਾਂ ਠੀਕ ਹੈ ਓਕੇ ਭਾਜੀ ਹਾਂਜੀ ਉੱਥੇ ਇੰਡੀਆ ਜਾ ਕੇ ਲੀਗਲੀ ਕੀਤਾ ਸੀ ਉਹਦੀ ਉਸ ਟਾਈਮ ਉਮਰ ਸੀਗੀ 15 ਸਾਲ ਤੋਂ ਘੱਟ ਸੀਗੀ ਤੇ ਉਹਨੂੰ ਅਡਾਪਟ ਕੀਤਾ ਸੀ ਤੁਸੀਂ ਇੰਡੀਆ ਜਾ ਕੇ ਕਿਸੇ ਨੂੰ ਅਡਾਪਟ ਕਰਕੇ ਲੈ ਕੇ ਆਏ ਰਾਈਟ ਹਾਂਜੀ ਉਸ ਟਾਈਮ ਸਪੇਨ ਰਹਿੰਦੇ ਹਾਂ ਸਾਡੇ ਕੋਲ ਇੰਡੀਅਨ ਪਾਸਪੋਰਟ ਸੀ ਉਸ ਟਾਈਮ ਜਦੋਂ ਅਸੀਂ ਅਡਾਪਟ ਕੀਤਾ ਉਹਨੂੰ ਇੰਡੀਆ 'ਚ ਤੁਸੀਂ ਕੁੜੀ ਨੂੰ ਕਰ ਲਿਆ ਕੁੜੀ ਦੇ ਕੋਲ ਗ੍ਰੀਨ ਕਾਰਡ ਕਿੱਦਾਂ ਆਇਆ ਨਹੀਂ ਉਹਨੇ ਇੱਥੇ ਉਹਦੀ ਮੈਰਿਜ ਹੋਈ ਸੀ ਸਿਟੀਜ਼ਨਸ਼ਿਪ ਇੱਥੋਂ ਦਾ ਉਹਨੇ ਵਿਆਹ ਦੇ ਥਰੂ ਗ੍ਰੀਨ ਕਾਰਡ ਲਿਆ ਗ੍ਰੀਨ ਕਾਰਡ ਲੈਣ ਤੋਂ ਬਾਅਦ ਉਹਨੇ ਤੁਹਾਡਾ ਐਜ਼ ਅ ਪੇਰੈਂਟ ਉਹਨੇ ਤੁਹਾਡਾ ਫਾਈਲ ਕੀਤਾ ਰਾਈਟ ਹਾਂਜੀ ਹਾਂਜੀ ਠੀਕ ਆ ਤੇ ਹੁਣ ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹ ਹੈਗੇ ਆ 18 ਸਾਲ ਤੋਂ ਛੋਟੇ ਦੋਨੋਂ ਜਣੇ ਇੱਕ 18 ਸਾਲ ਦਾ ਜੀ ਇੱਕ 11 ਸਾਲ ਦਾ ਦੋਨਾਂ ਕੋਲ ਨੈਸ਼ਨੈਲਿਟੀ ਉੱਥੋਂ ਦੀ ਇੱਕ ਬੋਰਨ ਉੱਥੋਂ ਦਾ ਸਪੇਨ ਦਾ ਠੀਕ ਆ ਸੋ ਇਹਦੀ ਜਿਹੜੀ ਕੈਟਾਗਰੀ ਆਣੀ ਆ ਆਲ ਚਾਰਜੇਬਿਲਟੀ ਏਰੀਆ ਚ ਆਣਾ ਜਿਹੜਾ ਸਪੇਨ ਵਾਲਾ ਜਿਹੜਾ ਇੰਡੀਆ ਵਾਲਾ ਉਹ ਤਾਂ ਇੰਡੀਆ ਦੀ ਕੈਟਾਗਰੀ ਵਾਲਾ ਆਣਾ ਹਨਾ ਜਿਹੜਾ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਣਾ F2A ਕੈਟਾਗਰੀ ਇਹਦੀ ਹੈਗੀ ਆ ਤੇ ਇਹਦਾ ਜਿਹੜਾ ਉਹਨਾਂ ਦਾ ਡੇਟ ਹੈਗੀ ਆ ਉਹ ਹੈਗੀ ਆ ਨਵੰਬਰ 2019 ਚੱਲਦੀ ਆ ਸੋ 4 ਕੁ ਸਾਲ ਜਿਹੜੇ ਤੁਹਾਡੇ ਦੇ ਲੱਗਣੇ ਆ ਤੇ ਜੇ ਉਹ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ ਵੀਜ਼ੇ ਤੇ ਆਉਂਦੇ ਆ ਟੂਰਿਸਟ ਵੀਜ਼ੇ ਤੇ ਆਉਂਦੇ ਆ ਇੱਥੇ ਉਹ ਐਸਟਾ ਵਾਲੇ ਤੇ ਨਹੀਂ ਉਹਨਾਂ ਦੀ ਡੇਟ ਚੱਲਦੀ ਪਈ ਹਾਂਜੀ ਕੋਈ ਨੀ ਸੁਣ ਲਓ ਗੱਲ ਪਹਿਲਾਂ ਹਾਂਜੀ ਵਕੀਲ ਸਾਹਿਬ ਦੀ ਗੱਲ ਸੁਣ ਲਓ ਪਹਿਲਾਂ ਪੂਰੀ ਜੀ ਹਾਂਜੀ ਹਾਂਜੀ ਹਾਂ ਨਹੀਂ ਐਸਟਾ ਤੋਂ ਉਹ ਚੇਂਜ ਨਹੀਂ ਕਰ ਸਕਦੇ ਐਡਜਸਟ ਨਹੀਂ ਕਰ ਸਕਦੇ ਜੇ ਟੂਰਿਸਟ ਵੀਜ਼ਾ ਉਹ ਲੈਂਦੇ ਆ ਤਾਂ 90 ਦਿਨ ਬਾਅਦ ਆ ਕੇ ਜੇ ਉਹਨਾਂ ਦਾ ਇਰਾਦਾ ਚੇਂਜ ਹੁੰਦਾ ਤੇ ਲਾਈਨ ਥੋੜੀ ਛੋਟੀ ਹੋ ਸਕਦੀ ਆ ਤੇ ਜਿਹੜੀ ਇੱਥੇ ਅਮਰੀਕਾ ਦੀ ਲਾਈਨ ਚੱਲਦੀ ਆ ਟੂਰਿਸਟ ਵੀਜ਼ੇ ਵਾਲਿਆਂ ਵਾਸਤੇ ਉਹ ਚੱਲਦੀ ਆ ਸਪਤੰਬਰ 2023 ਸੋ ਬਾਹਰੋਂ ਜਿਹੜਾ ਐਸ ਜਾਂ ਐਸਟਾ ਵਾਲੇ ਜਿਹੜੇ ਹੈਗੇ ਆ ਉਹਨਾਂ ਦੀ ਨਵੰਬਰ 2019 ਸੋ 4 ਸਾਲ ਦਾ ਤੁਹਾਡਾ ਪ੍ਰੋਸੈਸ ਜਿਹੜਾ ਹੈਗਾ ਤੇ ਇਹਦੇ ਵਿੱਚ ਜਿੱਦਾਂ ਇਹਨਾਂ ਨੇ ਇੱਕ ਚੀਜ਼ ਪੁੱਛੀ ਸੀ ਵੀ ਇਹਨਾਂ ਦੀ ਵਾਈਫ ਦਾ ਜੇ ਗ੍ਰੀਨ ਕਾਰਡ ਆਇਆ ਨਹੀਂ ਆ ਉਹਨਾਂ ਨੂੰ ਵਾਪਸ ਜਾਣਾ ਪੈਣਾ ਤੇ ਉਹ ਜੇ ਪਿੱਛੋਂ ਆਉਂਦਾ ਆ ਤਾਂ ਫਿਰ ਉਸ ਹਿਸਾਬ ਦੇ ਨਾਲ ਉਹ ਉੱਥੇ ਜਾ ਕੇ ਫੜਾ ਕੇ ਆਉਣ ਜਾਂ ਕਿੱਦਾਂ ਹੋਊਗਾ ਕਿ ਉਹ ਰਹਿ ਸਕਦੇ ਉਹਨਾਂ ਚਿਰ ਉਹਨਾਂ ਨੇ ਲੀਗਲੀ ਤਾਂ ਇਹੀ ਕਿਹਾ ਹੋਇਆ ਕਿ ਤੁਸੀਂ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ ਕਿਸੇ ਨੂੰ ਭੇਜ ਨਹੀਂ ਸਕਦੇ ਮੈਂ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਉਹਦੀ ਬਾਕੀ ਤੁਹਾਡੀ ਮਰਜ਼ੀ ਆ ਕਿੱਦਾਂ ਫੈਡੈਕਸ ਕਰਨਾ DHL ਕਰਨਾ ਪੰਗਾ ਲੈਣਾ ਨਹੀਂ ਲੈਣਾ ਪਰ ਇਹ ਗੱਲ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਜਦੋਂ ਉਹ ਬਾਰਡਰ ਤੇ ਆਉਂਦਾ ਨਾ ਭਾਵੇਂ ਉਹ ਵਿਦਆਊਟ ਗ੍ਰੀਨ ਕਾਰਡ ਵੀ ਆਉਂਦਾ ਵਾ ਉਹ ਜਦੋਂ ਆ ਕੇ ਦੱਸਦਾ ਕਿ ਮੈਂ ਗ੍ਰੀਨ ਕਾਰਡ ਜੇ ਆ ਜਾਵੇ ਤਾਂ ਉਹਨੂੰ ਉਹ ਇਨਟੇਕ ਕਰ ਸਕਦੇ ਆ ਪਰ ਤੁਹਾਡਾ ਪੰਗਾ ਇਹ ਹੋਣਾ ਕਿ ਬਿਨਾਂ ਗ੍ਰੀਨ ਕਾਰਡ ਤੋਂ ਜਿਹੜਾ ਹੈਗਾ ਅਮਰੀਕਾ ਜਿਹੜੇ ਜਹਾਜ਼ ਤੇ ਤੁਹਾਨੂੰ ਏਅਰਲਾਈਨ ਨੇ ਚੜ੍ਹਨ ਦੇਣਾ ਕਿ ਨਹੀਂ ਦੇਣਾ ਜੇ ਤੁਹਾਡੇ ਕੋਲ ਉਹ ਯੂਰਪੀਅਨ ਪਾਸਪੋਰਟ ਹੈਗਾ ਇਸ ਤਾਂ ਉਸਦਾ ਜਿਹਾ ਲੱਗਾ ਹੋਇਆ ਸੀਗੇ ਪੁਰਾਣੇ ਤੁਸੀਂ ਆ ਸਕਦੇ ਆ ਤਾਂ ਇੱਥੇ ਅਮਰੀਕਾ ਵਾਲੇ ਬਾਰਡਰ ਵਾਲਿਆਂ ਨੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਦੇਣੀ ਠੀਕ ਹੈ ਠੀਕ ਹੈ ਜੀ ਥੈਂਕ ਯੂ ਜੀ ਨਹੀਂ ਵਾਪਸੀ ਦੀ ਪੁੱਛ ਹਾਂਜੀ ਹਾਂਜੀ ਨਹੀਂ ਮੇਰਾ ਤਾਂ ਕੁਐਸਚਨ ਇਹ ਸੀ ਨਾ ਉਹਨਾਂ ਕੋਲ ਸਪੈਨਿਸ਼ ਪਾਸਪੋਰਟ ਮੇਰੀ ਵਾਈਫ ਕੋਲ ਜੇ ਉਹ ਵਾਪਸ ਚਲੇ ਜਾਂਦੇ ਆ ਜਾਂ ਮੈਂ ਦੇ ਕੇ ਜੇ ਗ੍ਰੀਨ ਕਾਰਡ ਵਾਈ ਦੇ ਨਹੀਂ ਹੁੰਦਾ ਉਸ ਟਾਈਮ ਤੱਕ ਮੈਂ ਜਾ ਕੇ ਦੇ ਸਕਦਾ ਜਾਂ ਬਾਈ ਪੋਸਟ ਕਰ ਸਕਦੇ ਇਲੀਗਲ ਆ ਜਾਂ ਨਹੀਂ ਇਲੀਗਲ ਹੁਣੇ ਹੁਣੇ ਦੱਸ ਕੇ ਹਟਿਆ ਇਸ ਤਰ੍ਹਾਂ ਜਾ ਕੇ ਫੜਾ ਸਕਦੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਚਲ ਦੇਖੋ ਜਦੋਂ ਕਾਲਜ ਆਉਂਦੀਆਂ ਅਟਰਨੀ ਟੇਕ ਆਉਣਾ ਜੀ ਸਾਰਿਆਂ ਨੂੰ ਕਈ ਨਵੀਆਂ ਨਵੀਆਂ ਸਰਕਮਸਟਾਂਸ ਨਵੀਆਂ ਨਵੀਆਂ ਚੀਜ਼ਾਂ ਨਵੇਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਦਾ ਪਤਾ ਲੱਗਦਾ ਰਹਿੰਦਾ ਹੈ ਸੋ ਇਹ ਸਾਰਿਆਂ ਨੂੰ ਕਈਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਇੱਕ ਦੂਜੇ ਤੋਂ ਜਿਹੜੇ ਕੁਐਸਚਨਸ ਤੋਂ ਮਿਲ ਜਾਂਦੇ ਆ ਸੁਖਦੇਵ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਗੱਲ ਕਰਨਾ ਚਾਹੁੰਦਾ ਕਿ ਆਪਣਾ ਮੇਰਾ ਕੇਸ ਪਿਛਲੇ ਮਹੀਨੇ 13 ਤਰੀਕ ਨੂੰ ਡਿਸਮਿਸ ਹੋਇਆ ਸੀ ਜੀ ਤੇ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰਨਾ ਚਾਹੀਦਾ ਤੁਹਾਨੂੰ ਡਿਸਮਿਸ ਹੋਇਆ ਕਿ ਡਿਨਾਈ ਹੋਇਆ ਨਹੀਂ ਡਿਸਮਿਸ ਹੋਇਆ ਜੀ ਉੱਪਰ ਡਿਸਮਿਸ ਲਿਖਿਆ ਆ ਰਿਹਾ ਮੈਨੂੰ ਲੈਟਰ ਨਹੀਂ ਆਇਆ ਹਾਂਜੀ ਤੁਹਾਨੂੰ ਨਾ ਅਸਾਲਮ ਆਫਿਸ ਚ ਫਾਈਲ ਕਰਨਾ ਚਾਹੀਦਾ ਠੀਕ ਹੈ ਜੀ ਇੱਕ ਹੋਰ ਕੁਝ ਹਾਂਜੀ ਇੱਕ ਕੁਝ ਮੇਰੇ ਜਿਹੜਾ ਨਾ
ਕਿਉਂਕਿ ਜਦੋਂ ਮੈਂ ਉਦੋਂ ਮੇਰੇ ਕੈਂਪ ਦੇ ਵਿੱਚੋਂ ਜੀਪੀਐਸ ਪਾਇਆ ਗਿਆ ਸੀ ਤੇ ਅਜੇ ਤੱਕ ਜੀਪੀਐਸ ਮੇਰੇ ਪੈਰ ਦੇ ਵਿੱਚੋਂ ਕੱਢ ਕੇ ਤੇ ਫੋਨ ਚ ਲਾਇਆ ਗਿਆ ਹੁਣ। ਨਹੀਂ ਹੁਣ ਤਾਂ ਤੁਸੀਂ ਉਹ ਆਈਸ ਵਾਲੇ ਨਾਲ ਜਾ ਕੇ ਕਰਾਓ ਕਿ ਮੇਰਾ ਮੈਂ ਰਿਮੂਵਲ ਪ੍ਰੋਸੀਡਿੰਗ ਚ ਨਹੀਂ ਹੈਗਾ, ਤੁਹਾਡਾ ਜੁਰਿਸਡਿਕਸ਼ਨ ਨਹੀਂ ਹੈਗਾ ਤੇ ਯੂਐਸਸੀਐਸ ਨਾਲ ਫਾਈਲ ਕਰੋ, ਉਹ ਤਾਂ ਤੁਹਾਡਾ ਹਟਾ ਲੈਣਾ ਉਹਨਾਂ ਨੇ। ਇਹ ਲਾ ਸਕਦੇ ਨਾ ਜੀ? ਬਿਲਕੁਲ, ਜਿੱਦਾਂ ਦੱਸਿਆ ਉਹਨਾਂ ਨੇ ਉਹ ਕਰੋ ਵੀ ਤੁਹਾਡੀ ਜੁਰਿਸਡਿਕਸ਼ਨ ਖਤਮ ਆ ਤੇ ਆਪਾਂ ਯੂਐਸਸੀਐਸ ਦੇ ਅੰਡਰ ਆ ਤੇ ਉਹ ਲਾ ਦੇਣਗੇ। ਅਗਲੇ ਕਾਲਰ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਕੁਐਸਚਨ ਸੀਗਾ ਕਿ ਅਸੀਂ ਸੈਕਰਾਮੈਂਟੋ ਰਹਿੰਦੇ ਹਾਂ, ਅਸੀਂ 2019 ਦੇ ਵਿੱਚ ਆਏ ਸੀ ਤੇ ਅਸਾਈਲਮ ਕੀਤਾ ਸੀ ਅਸੀਂ ਅਪਲਾਈ, ਤੇ ਹੁਣ ਸਾਡਾ ਕੇਸ ਜਿੱਦਾਂ ਪੈਂਡਿੰਗ ਲਿਖਿਆ ਹੁੰਦਾ ਕਿ ਨੈਕਸਟ ਸਟੈਪ ਇੰਟਰਵਿਊ, ਤੇ ਅਸੀਂ ਸਰ ਨੂੰ ਕੰਟੈਕਟ ਕਰਨਾ ਸੀਗਾ ਸੈਕਰਾਮੈਂਟੋ ਦੇ ਏਰੀਆ ਚ, ਅਸੀਂ ਕਿੱਥੇ ਕੰਟੈਕਟ ਕਰ ਸਕਦੇ ਹਾਂ ਸਰ ਨੂੰ, ਮਤਲਬ ਬਾਏ ਮਿਲਣਾ ਸੀ ਬਾਏ ਫੇਸ? ਨਹੀਂ, ਬਾਏ ਫੇਸ ਨਹੀਂ ਆਪਾਂ ਮਿਲਦੇ, ਫੋਨ ਤੇ ਤੁਹਾਨੂੰ ਗੱਲਬਾਤ ਜਿਹੜੀ ਕਰਨੀ ਪੈਣੀ ਹੈ। 415-909-0503 ਜਿਹੜਾ ਨੰਬਰ ਹੈ, ਕਰ ਲਿਓ ਮੰਡੇ ਨੂੰ ਕਾਲ। ਇਹਦੀ ਅਪਾਇੰਟਮੈਂਟ ਤੁਹਾਡੀ ਕੋਈ ਨਹੀਂ ਆਣੀ, ਤੁਸੀਂ ਵੀਜ਼ੇ ਤੇ ਆਏ ਸੀਗੇ? ਸਰ ਵਿਜ਼ਟਰ ਤੇ ਆਏ ਸੀਗੇ। ਕੈਨ ਯੂ ਰਿਪੀਟ ਮੀ ਨੰਬਰ? ਹਾਂਜੀ, ਨੰਬਰ ਲਿਖਾ ਦਿੰਦੇ ਤੁਹਾਨੂੰ ਜੀ, 415-909-0503। ਤੁਹਾਨੂੰ ਇਹਦਾ ਨਾ ਲਾਅ ਸੂਟ ਕਰਨਾ ਪੈਣਾ, ਮੈਂਡਮਸ ਦਾ ਲਾਅ ਸੂਟ ਉਹਨਾਂ ਦੇ ਉੱਤੇ ਕਰਨਾ ਪੈਣਾ, ਤੇ ਤਾਂ ਹੀ ਤੁਹਾਡੀ ਤਰੀਕ ਜਿਹੜੀ ਛੇਤੀ ਆਣੀ ਰਾਸਤਾ ਨਹੀਂ ਹੈਗਾ ਤੇ ਤੁਹਾਨੂੰ ਇਹਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਇਹਦੇ ਵਿੱਚ ਨਾ ਲਾਅ ਸੂਟ ਕਰਨਾ ਪੈਣਾ ਤੇ ਉਹਦਾ ਆਪਣਾ ਮਨ ਬਣਾਓ, ਫਿਰ ਸਾਡੇ ਆਫਿਸ ਕਾਲ ਕਰੋ। ਉਦਾਂ ਕੁਛ ਨਹੀਂ ਹੋਣਾ, ਬਿਨਾਂ ਲਾਅ ਸੂਟ ਫਾਈਲ ਕੀਤੇ ਕੋਈ ਤਰੀਕ ਨਹੀਂ ਆਉਣੀ, ਕੋਈ ਵਕੀਲ ਨਹੀਂ ਤਰੀਕ ਇੱਦਾਂ ਕਰ ਸਕਦਾ, ਤੇ ਉਹਨਾਂ ਦੀਆਂ ਲਿਸਟਾਂ ਬਹੁਤ ਲੰਬੀਆਂ ਹੈਗੀਆਂ। ਸੋ ਜੇ ਲਾਅ ਸੂਟ ਕਰਨ ਦਾ ਤੁਹਾਡਾ ਮਨ ਬਣਦਾ 3 ਸਾਲ ਤੋਂ, ਤੇ ਤੁਹਾਨੂੰ ਫਿਰ ਤੁਸੀਂ ਲਾਅ ਸੂਟ ਕਰਕੇ ਜਿਹੜਾ ਆਪਣਾ ਅੱਗੇ ਜਾ ਸਕਦੇ ਆ। ਤਰੀਕ ਲੈ ਸਕਦੇ ਆ ਲਾਅ ਸੂਟ ਕਰਕੇ ਹੀ ਸਾਡੀ ਤਰੀਕ ਲੈ ਸਕਦੇ ਆ, ਤੇ ਉਦੋਂ ਬਾਅਦ ਅਗਲਾ ਪ੍ਰੋਸੈਸ ਸਟਾਰਟ ਹੋਊਗਾ, ਰਾਈਟ? ਹਾਂਜੀ ਬਿਲਕੁਲ, ਥੈਂਕ ਯੂ ਜੀ। ਤੇ ਬਾਕੀ ਜੇ ਹੋਰ ਕਿਸੇ ਨੂੰ ਵੀ ਨੰਬਰ ਚਾਹੀਦਾ ਆ ਅਟਾਰਨੀ ਟੇਰਕੇ ਹੋਣਾ ਦੇ ਆਫਿਸ ਦਾ, 415-909-0503, 415-909-0503। ਅਗਲੇ ਕਾਲਰ ਨਰਜੀਤ। ਹਾਂਜੀ, ਮੇਰਾ ਕੁਐਸਚਨ ਆ ਜੀ, ਮੇਰੀ ਕਜ਼ਨ ਨੇ I-30 ਅਪਲਾਈ ਕੀਤਾ ਤੇ ਯੂਐਸ ਸਿਟੀਜ਼ਨ ਦੇ ਨਾਲ, ਉਹਨਾਂ ਦੀ ਅਣਬਣ ਹੋ ਗਈ, 7-8 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ, ਕੁਛ ਹੋ ਸਕਦਾ? ਸਮਝ ਨਹੀਂ ਲੱਗਿਆ, ਕਜ਼ਨ ਨੇ ਕਿੱਦਾਂ ਕਿਹਦਾ ਕੀਤਾ? ਕਜ਼ਨ ਨੇ ਯੂਐਸ ਸਿਟੀਜ਼ਨ ਦੇ ਨਾਲ ਮੈਰਿਜ ਦਾ ਅਪਲਾਈ ਕੀਤਾ, ਜਿਹਦਾ ਵਿਆਹ ਹੋਇਆ ਆ ਤੁਹਾਡੇ, ਵਿਆਹ ਹੋਇਆ ਕਿਸੇ ਦਾ, ਵਿਆਹ ਹੋਇਆ ਤੇ ਹੁਣ ਉਹਨਾਂ ਦੀ ਆਪਸ ਚ ਬਣਦੀ ਨਹੀਂ, ਡਿਵੋਰਸ ਹੋ ਗਿਆ ਕਿ ਹੋਣਾ? ਨਹੀਂ ਹੋਣਾ, ਅਜੇ 7-8 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ। ਤੇ ਜਿਹੜੇ ਇੱਕ ਪਾਰਟੀ ਇੰਡੀਆ ਦੇ ਵਿੱਚ ਹੀ ਹੈ? ਨਹੀਂ, ਇੱਥੇ ਹੀ ਆ ਜੀ, ਦੋਨੇ ਇੱਥੇ ਹੀ ਆ। ਤੇ ਉਹਨਾਂ ਕੋਲ ਕੀ ਮਤਲਬ ਗ੍ਰੀਨ ਕਾਰਡ ਆ, ਇਮੀਗ੍ਰੇਸ਼ਨ ਕੀ ਸਿਟੀਜ਼ਨ ਦੇ ਨਾਲ ਆ? ਇੱਕ ਜਣਾ ਸਿਟੀਜ਼ਨ ਆ, ਘਰ ਵਾਲੀ ਸਿਟੀਜ਼ਨ ਆ ਕਿ ਘਰ ਵਾਲਾ? ਨਾ, ਘਰ ਵਾਲਾ ਸਿਟੀਜ਼ਨ ਹੈ ਜੀ। ਘਰ ਵਾਲਾ ਸਿਟੀਜ਼ਨ ਆ ਤੇ ਜਿਹੜੀ ਨਾਲ ਉਹਦੀ ਘਰ ਵਾਲੀ ਆ ਉਹਦੇ ਲਈ ਅਪਲਾਈ ਕੀਤਾ ਹੋਇਆ ਤੇ ਹੁਣ ਅਣਬਣ ਹੋ ਗਈ ਆ। ਠੀਕ ਆ, ਹਾਂਜੀ ਅਣਬਣ ਹੋ ਗਈ। ਜਦੋਂ ਤੱਕ ਗ੍ਰੀਨ ਕਾਰਡ ਨਹੀਂ ਆ ਜਾਂਦਾ, ਕੰਡੀਸ਼ਨ ਕਾਰਡ ਜੇ 2 ਸਾਲ ਤਦ ਤੱਕ ਕੋਈ ਹੱਕ ਨਹੀਂ ਹੈਗਾ ਜਿਹੜਾ ਇਮੀਗ੍ਰੈਂਟ ਹੈਗਾ ਉਹਨੂੰ। ਜੇ ਡਿਵੋਰਸ ਹੋ ਗਿਆ ਤੇ ਉਹਨਾਂ ਦਾ ਪ੍ਰੋਸੈਸ ਜਿਹੜਾ ਉੱਥੇ ਹੀ ਖਤਮ ਹੋ ਜਾਂਦਾ, ਉਹਨੇ ਵਾਪਸ ਲੈ ਲੈਣਾ। ਇਹਦੇ ਵਿੱਚ ਸਿਰਫ ਇੱਕੋ ਹੀ ਜਿਹੜੀ ਸਿਨੈਰੀਓ ਹੁੰਦਾ, ਅਣਬਣ ਦੇ ਕਰਕੇ ਕੁਛ ਨਹੀਂ ਹੁੰਦਾ, ਪਰ ਜੇ ਕਿਸੇ ਨਾਲ ਧੱਕਾ ਹੋਇਆ ਹੋਵੇ, ਕੁੱਟਮਾਰ ਹੋਈ ਹੋਵੇ, ਵਾਇਲੈਂਸ ਹੋਵੇ, ਡੋਮੈਸਟਿਕ ਵਾਇਲੈਂਸ ਹੋਇਆ ਹੋਵੇ, ਉਹ ਸਿਨੈਰੀਓ ਦੇ ਉੱਤੇ ਫਿਰ ਬੰਦਾ ਵਾਹ ਵਾਹ ਜਿਹੜਾ ਫਾਈਲ ਕਰ ਸਕਦਾ। ਹੁਣ ਤੁਸੀਂ ਉਹ ਪਤਾ ਨਹੀਂ ਹੁਣ ਤੁਹਾਡੇ ਫੈਕਟ ਸਰਕਮਸਟੈਂਸਿਸ ਕੀ ਹੈਗੇ ਆ, ਪਰ ਜੇ ਨੋਰਮਲੀ ਜੇ ਲੜਾਈ ਝਗੜਾ ਉਹਨਾਂ ਦਾ ਨਹੀਂ ਸੀਗਾ ਐਡੇ ਲੈਵਲ ਦਾ, ਕੋਈ ਵਾਇਲੈਂਸ ਕੰਟਰੋਲ, ਕੋਈ ਇੱਦਾਂ ਦਾ ਅਬਿਊਜ਼ਿਵ ਰਿਲੇਸ਼ਨਸ਼ਿਪ ਨਹੀਂ ਸੀਗਾ, ਫਿਰ ਸੀਗਾ ਤੇ ਫਿਰ ਤੁਹਾਨੂੰ ਵਾਹ ਵਾਹ ਦੇ ਪ੍ਰੋਸੈਸ ਦੇ ਥੱਲੇ ਅੱਗੇ ਜਾਣਾ ਪੈਣਾ। ਬਾਕੀ ਨਹੀਂ ਤਾਂ ਮਨਾਉਣ ਦੀ ਕੋਸ਼ਿਸ਼ ਕਰੋ, ਵਕਤ ਹੈਗਾ ਅਜੇ, ਕੋਈ ਕੋਈ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਅਗਲੀ ਜਿਹੜੀ ਗੱਲ ਆ, ਭੁਪਿੰਦਰ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਮੈਂ ਲਾਸਟ ਵੀਕ ਵੀ ਕਾਲ ਕੀਤੀ ਸੀ ਸਰ, ਮਦਨ ਨੇ ਸਰ ਮੈਂਡਮ ਕਰਨਾ ਸੀ ਗ੍ਰੀਨ ਕਾਰਡ, ਹੈ ਨਾ, ਤੁਸੀਂ ਦੱਸਿਆ ਸੀ I-407 ਫੋਰਮ ਭਰਨਾ ਉਹਦਾ ਜੀ, ਤੇ ਸਰ ਉਸ ਤੋਂ ਬਾਅਦ ਭਰਨੇ ਤੋਂ ਬਾਅਦ ਜਦੋਂ ਰਿਸਪੀਟ ਆ ਜਾਂਦੀ ਉਹਨਾਂ ਦੀ, ਤੇ ਫਿਰ DS-160 ਭਰਨਾ ਹੈ ਉਹਨਾਂ ਦਾ, ਉਹ ਮੈਨੂੰ ਭਰਨਾ ਪਊਗਾ ਕਿ ਉਹਨਾਂ ਨੂੰ ਉੱਧਰੋਂ ਭਰਨਾ ਪਊਗਾ ਇੰਡੀਆ ਤੋਂ? ਨਹੀਂ, ਉਹ ਖੁਦ ਐਪਲੀਕੈਂਟ ਹੁੰਦੇ ਆ ਉਹਦੇ, ਤੁਸੀਂ ਭਰਨਾ ਇੱਥੋਂ, ਭਾਵੇਂ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ, ਪਰ ਉਹ ਉਹਨਾਂ ਦਾ ਆਪਣਾ ਪਰਸਨਲ ਫਾਰਮ ਉਹਨਾਂ ਦੇ ਵੱਲੋਂ ਹੀ ਭਰਿਆ ਜਾਣਾ ਹੈ, ਉੱਥੋਂ ਇੰਡੀਆ ਤੋਂ ਭਰੋਗੇ ਨਾ ਉਹ? ਤੁਸੀਂ ਤੋਂ ਆਨਲਾਈਨ ਜਿੱਦਾਂ ਕਹਿੰਦੇ ਵੀ ਤੁਸੀਂ ਭਰ ਸਕਦੇ, ਹੈਲਪ ਕਰ ਸਕਦੇ ਉਹਨਾਂ ਨੂੰ ਭਰਨ ਦੇ ਵਿੱਚ ਉਹਨਾਂ ਦੀ।
ਠੀਕ ਹੈ ਸਰ। ਇੱਕ ਸਰ ਹੋਰ ਦੱਸਿਓ ਸਰ, ਜੇ ਡਾਇਰੈਕਟ ਕੋਈ ਏਦਾਂ ਦਾ ਹੈ ਲਿੰਕ ਕਿ ਆਪਣਾ ਨਿਊ ਦਿੱਲੀ ਐਮਬੈਸੀ 'ਚ ਕੋਈ ਅਪੁਆਇੰਟਮੈਂਟ ਬਣਾ ਕੇ ਉਹਨਾਂ ਦਾ ਉੱਥੇ ਹੀ ਰਾਈਟ ਵੇ ਕਿ ਉਹਨਾਂ ਨੂੰ ਮਿਲ ਜਾਵੇ ਸਿਲੰਡਰ ਕਰਨ ਤੋਂ ਬਾਅਦ ਨਾਲ ਜਿਹੜਾ ਏਦਾਂ ਕੁਛ ਵੀਜ਼ਾ। ਇਹ ਤਾਂ ਫਿਰ ਤੁਹਾਨੂੰ ਜੋ ਬਾਈਡਨ ਤੋਂ ਹੀ ਭਾਜੀ ਫੋਨ ਕਰਾਉਣਾ ਪੈਣਾ, ਕੱਲ੍ਹ ਤੁਸੀਂ ਵਾਲੇ ਲੱਗਦੇ ਹੋ ਕਿ ਤੁਹਾਨੂੰ ਪਰਸਨਲੀ ਲਿੰਕ ਜਿਹੜਾ ਸਵੈਟਰ ਭੇਜਿਆ ਜਾਊਗਾ। ਉਦਾਂ ਮੈਂ ਪੁੱਛਦਾ ਸੀ ਜੋ ਤੁਸੀਂ ਕਹਿੰਦੇ ਸੀ ਨਾ ਕਿ ਤੁਸੀਂ ਉੱਥੇ ਦਿੱਲੀ ਦੀ ਅਪਾਇੰਟਮੈਂਟ ਬਣਾ ਕੇ ਉੱਥੇ ਵੀ ਸਿਲੰਡਰ ਕਰਾ। ਦੋ ਅਪਾਇੰਟਮੈਂਟ ਕਹੀਆਂ ਸੀ ਇਹਨਾਂ ਨੇ ਵੀ, ਦੋ ਬਣਾਉਣੀਆਂ ਪੈਣੀਆਂ, ਇੱਕ ਸਿਲੰਡਰ ਕਰਦੀ ਤੇ ਦੂਸਰੀ। ਹਾਂਜੀ, ਸਾਡੀ ਰਿਸਰਚ ਕਰਕੇ ਤਾਂ ਮੈਂ ਦੱਸਿਆ ਕਿ ਆਹ ਵਾਲੇ ਪ੍ਰੋਸੈਸ ਤੇ ਭੇਜੋ ਤੇ ਫਿਰ DS-60 ਜਿਹੜਾ ਬਾਕੀ ਲੋਕਾਂ ਵਾਂਗੂ ਇੱਦਾਂ ਹੀ ਜਾਣਾ ਲਾਈਨ 'ਚ ਇਹ। ਵੀਰ ਜੀ ਵੀ ਇਹ ਥੋੜਾ ਜਿਹਾ ਮੁਸ਼ਕਤ ਵਾਲਾ ਕੰਮ ਆ, ਸਮਾਂ ਲੱਗਦਾ ਹੀ ਹੁੰਦਾ ਹੈ ਚੀਜ਼ਾਂ 'ਚ। ਮਾਨ ਸਿੰਘ ਜੋਗ ਸਾਡਾ ਬੁਰਾ ਬਣਾ ਲਿਆ। ਹਾਂ ਨਹੀਂ ਨਹੀਂ ਚਲੋ ਬੁਰਾ ਨਾ ਬਣਾਉਣ, ਕੋਈ ਗੱਲ ਨੀ, ਨਵਾਂ ਸਾਲ ਆ। ਮਾਨ ਸਿੰਘ ਜੀ ਬਰਾੜ ਸਿਮਰਨਜੀਤ ਸਿੰਘ ਤੇ ਦੂਜੀ ਬੇਟੀ ਹੈ ਚਾਹਲ ਹਰਪ੍ਰੀਤ ਕੌਰ, ਤੀਜੀ ਬੇਟ ਜੀ ਹੈਗੀ ਆ ਬੇਟੀ ਹੈ ਉਹ ਹੈ ਨਾ ਦੱਸਣ ਦੀ ਨਹੀਂ ਲੋੜ ਤੁਸੀਂ ਤੁਸੀਂ ਸਵਾਲ ਪੁੱਛੋ। ਮੈਂ ਉਹਦੇ ਗੱਲ ਦੱਸਦਾ ਵੀ ਉਹਦੀ ਇਹ ਚੀਜ਼ ਆ ਪ੍ਰੋਬਲਮ ਕੀ ਆ ਰਹੀ ਹੈ ਕਿ ਦੂਜਾ ਦੋ ਬੱਚਿਆਂ ਦਾ ਠੀਕ ਆ ਰਿਹਾ, ਜਿਹੜਾ ਇਹ ਮੇਰੀ ਤੀਜੀ ਬੇਟੀ ਦਾ ਗਿੱਲ ਜਸਪ੍ਰੀਤ ਕੌਰ ਆ ਉਹ NVC ਤੋਂ ਬਰਾੜ ਜਸਪ੍ਰੀਤ ਕੌਰ ਆ ਰਿਹਾ। ਮੈਂ ਪਟੀਸ਼ਨ ਵੀ ਭੇਜਤੀ ਹੈ, ਅਪਰੂਵਲ ਵੀ ਭੇਜਤੀ ਹੈ, ਉਹਦੀਆਂ ਪਾਸਪੋਰਟ ਦੀਆਂ ਕਾਪੀਆਂ ਵੀ ਨਹੀਂ। ਅਪਲਾਈ ਕਰਨ ਤੋਂ ਬਾਅਦ ਵਿਆਹ ਹੋਇਆ ਸੀ ਉਹਦਾ? ਹਾਂਜੀ ਹਾਂਜੀ, ਨਹੀਂ ਨਹੀਂ ਪਹਿਲਾਂ ਹੋ ਗਿਆ ਸੀ ਵਿਆਹ ਜੀ, ਵਿਆਹ ਪਹਿਲਾਂ ਹੋਇਆ, ਅਪਲਾਈ ਕਰਨ ਤੋਂ ਪਹਿਲਾਂ ਹੀ ਵਿਆਹ ਹੋਇਆ ਹੋਇਆ ਸੀ। ਹਾਂਜੀ ਹਾਂਜੀ ਹਾਂਜੀ, ਮੈਂ ਇੱਕ ਗਿੱਲ ਦੇ ਨਾਂ ਤੇ ਕੀਤੀ ਵੀ ਹੈ ਸਾਰੀਆਂ ਉਹਦੀਆਂ ਪਟੀਸ਼ਨਾਂ ਵੀ, ਅਪਰੂਵਲ ਵੀ ਗਿੱਲ ਦੇ ਨਾਂ ਤੇ ਆਈ ਹੈ, ਗਿੱਲ ਜਸਪ੍ਰੀਤ ਕੌਰ, ਗਿੱਲ ਜਸਪ੍ਰੀਤ ਕੌਰ ਉਹਦੇ ਉੱਥੋਂ ਇਨਕੁਆਇਰੀ ਕੀਤੀ, ਉੱਥੇ ਵੀ ਗਿੱਲ ਜਸਪ੍ਰੀਤ, ਪਰ ਜਦੋਂ ਮੈਨੂੰ ਭੇਜ ਰਿਹਾ ਮੇਰੀ ਇਨਕੁਆਇਰੀ ਦੀ ਜਿਹੜੀ ਪਟੀਸ਼ਨ ਪਾਈ ਹੈ ਕੀਤੀ ਹੈ ਇਨਕੁਆਇਰੀ, ਉਹ ਚ ਲਾਸਟ ਨੇਮ ਗਲਤ ਆ ਬਰਾੜ ਪਾ ਰਹੇ ਆ ਜੀ। ਠੀਕ, ਜਿਹੜਾ ਤੁਸੀਂ ਆਪਣਾ ਐਪਲੀਕੇਸ਼ਨ ਸਬਮਿਟ ਕਰਨੀ ਨਾ, ਉਹ ਪਾਸਪੋਰਟ ਉਹਨਾਂ ਦੀ ਇਨਸਟਰਕਸ਼ਨ ਉੱਥੇ ਲਿਖੀ ਹੁੰਦੀ ਹੈ ਕਿ ਕਿਹੜੀ ਐਪਲੀਕੇਸ਼ਨ ਨੂੰ ਪਾਸਪੋਰਟ ਦੇ ਹਿਸਾਬ ਨਾਲ ਕਰਨਾ ਤੇ ਕਿਹੜੀ ਨੂੰ ਪਟੀਸ਼ਨ ਦੇ ਹਿਸਾਬ ਨਾਲ ਕਰਨਾ, ਤੇ ਇਹਦੇ ਵਿੱਚ ਕੋਈ ਇੰਨੀ ਪ੍ਰੋਬਲਮ ਨਹੀਂ ਕਿਉਂਕਿ ਤੁਸੀਂ ਜਿਹੜੇ ਦੋਨੋਂ ਹੀ ਨਾਮ ਆ ਨਾ ਉੱਥੇ ਖਾਨਾ ਹੁੰਦਾ ਕਿ ਅਦਰ ਨੇਮ ਯੂਜ, ਤੁਸੀਂ ਦੋਨੇ ਖਾਨੇ ਜਿਹੜੇ ਆਪਣੇ ਭਰਨੇ ਆ ਕਿ ਆਹ ਦੋਨੋਂ ਇਹਦੇ ਨਾਮ ਆ, ਇਹਦੇ ਵਿੱਚ ਕੋਈ ਇੰਨਾ ਚੱਕਰ ਨਹੀਂ ਹੈਗਾ, ਹੋ ਜਾਣਾ ਸਭ ਮਸਲਾ ਹੱਲ। ਇਹ ਬਿਫੋਰ ਮੈਰਿਜ ਸੀ ਬਰਾੜ ਸੀ ਨਾ, ਅਸਲ ਮੈਂ ਜੀ 2005 ਦੇ ਵਿੱਚ ਆਇਆ ਸੀਗਾ, ਮੈਂ ਫੈਮਿਲੀ 4 ਚ, ਉਦੋਂ ਮੇਰੇ ਨਾਲ ਉਹ ਓਵਰਏਜ ਹੋ ਗਈ ਸੀ, ਮੇਰੇ ਕਿਤੇ ਉਹ ਤਾਂ ਨਹੀਂ ਕੇਸ ਚੱਕ ਲਿਆ ਇਹਨਾਂ ਨੇ। ਨਹੀਂ ਇਹ ਤਾਂ ਹੁਣ ਤੁਸੀਂ ਆਪਣਾ ਰਸੀਟ ਨੰਬਰ ਦੇਖੋ ਕਿੱਦਾਂ ਕਿਹੜੇ ਵਾਲਾ ਕੇਸ ਜਿਹੜਾ ਚੱਕਿਆ ਵਾ। ਤੁਸੀਂ ਹੁਣ ਕਿੰਨੇ ਸਾਲ ਦੀ ਹੈ ਇਹ? ਹੁਣ 79 ਦਾ ਜੀ, 21 ਤੇ 23 44 ਹੋ ਗਈ ਜੀ। ਤੇ ਮੈਰਿਡ? ਹਾਂ ਜੀ ਮੈਰਿਡ ਆ, ਦੋ ਬੱਚੇ ਆ, ਉਹਨਾਂ ਨਾਂ ਵੀ ਉੱਥੇ ਐਂਟਰੀ ਹੋ ਚੁੱਕੀ ਹੈ ਉਹਨਾਂ ਬੱਚਿਆਂ ਦੀ। ਤੇ ਤੁਸੀਂ ਜਿਹੜਾ ਫੈਮਿਲੀ ਬੇਸ ਲਾ ਸੀ, ਨਹੀਂ ਉਹਦੇ ਵਿੱਚ ਤਾਂ ਨਹੀਂ, ਉਹ ਤੋਂ ਤਾਂ ਏਜ ਆਊਟ ਹੋ ਗਏ, ਉਹਦਾ ਨਹੀਂ ਨਾਂ ਇਹਨਾਂ ਨੇ ਚੱਕਿਆ। ਤੁਹਾਡੀ ਜਿਹੜੀ ਪਟੀਸ਼ਨ ਆ ਚੱਲਣੀ ਉਹੀ ਆ, ਉਦਾਂ ਕੋਈ ਸਿਸਟਮ ਦੇ ਵਿੱਚ ਨਾ ਜਿਹੜੇ ਦੋਨੋਂ ਬੋਲਦੇ ਹੋਣੇ ਆ, ਤੇ ਇਹਦਾ ਕੋਈ ਚੱਕਰ ਨਹੀਂ ਪੈਣਾ। ਤੁਸੀਂ ਉਹਨਾਂ ਨੂੰ ਜੇ ਕਰੈਕਟ ਤੁਹਾਡਾ ਹੁੰਦਾ ਤਾਂ ਠੀਕ ਆ, ਪਰ ਤੁਸੀਂ ਆਪਣੇ ਪ੍ਰੋਸੈਸ ਤੇ ਪ੍ਰੋਸੀਡ ਕਰੋ ਤੇ ਐਮਬੈਸੀ ਦੇ ਵਿੱਚ ਅੱਗੇ ਜਾ ਕੇ ਦੱਸ ਦਿਓ ਕਿ ਆਹ ਚੀਜ਼ ਸੀਗੀ। ਠੀਕ ਹੈ, ਮੈਂ ਆਪਦਾ ਭੇਜੀ ਜੀ ਦੋਨੋਂ, ਤਾਂ ਆਪਦੀ ਜਿਹੜੀ ਮੈਂ ਪਟੀਸ਼ਨ ਫਾਈਲ ਕੀਤੀ ਸੀ September 2010 ਚ, ਉਹ ਵੀ ਭੇਜਤੀ ਉਹਦੀ ਕਾਪੀ, ਫਿਰ ਜਿਹੜੀ ਅਪਰੂਵ ਆਈ। ਤੁਸੀਂ ਕਿਸੇ ਵਕੀਲ ਦੀ ਮਦਦ ਲੈ ਰਹੇ ਹੋ ਜਾਂ ਆਪੇ ਹੀ ਕਰ ਰਹੇ ਹੋ? ਗ੍ਰੀਨ ਕਾਰਡ ਮੇਰਾ ਮਸੂਰੀ ਸਟੇਟ ਦੇ ਵਿਚ ਹੈਗਾ, ਉਹਦਾ ਕਿੰਨਾ ਟਾਈਮ ਲੱਗਦਾ ਹੈਗਾ? ਇਹ ਭਾਜੀ 3 ਕੁ ਸਾਲ ਦੇ ਗੇਟ ਦੇ ਵਿੱਚ ਹੈਗੇ ਆ ਜਿਹੜੇ ਸੈਲਮ ਵਾਲੇ, ਐਗਜ਼ੈਕਟ ਤਾਂ ਨਹੀਂ ਕੋਈ ਪ੍ਰੈਡਿਕਟ ਕਰ ਸਕਦਾ ਕਿ ਕਿੰਨਾ ਟਾਈਮ ਲੱਗਣਾ। ਠੀਕ ਹੈ ਜੀ। ਤੇ ਦੂਜਾ ਭਾਜੀ ਮੇਰਾ ਮੇਰੇ ਨਾ ਕਜ਼ਨ ਹੈ ਉੱਥੇ ਇੰਡੀਆ ਦੇ ਵਿੱਚ, ਉਹਨਾਂ ਦੇ ਮੰਮੀ ਵੱਲੋਂ ਜਿੱਦਾਂ ਮੇਰੇ ਮਾਮਾ ਜੀ ਨੇ ਇੱਥੇ ਪੇਪਰ ਭਰੇ ਹੋਏ ਆਪਣੇ ਭੈਣ ਭਰਾਵਾਂ ਦੇ, ਉਹਨਾਂ ਦਾ ਹੀ ਟੂਰਿਸਟ ਵੀਜ਼ਾ ਅਪਲਾਈ ਕਰਨਾ, ਤੇ ਆਪਾਂ ਕਰ ਸਕਦੇ ਹਾਂ? ਹਾਂਜੀ ਹਾਂਜੀ, ਸਾਰੇ ਜਣੇ ਕਰ ਸਕਦੇ ਆ, ਬਸ ਇਨਫੋਰਮੇਸ਼ਨ ਸਾਰੀ ਸੱਚ ਸੱਚ ਦੱਸਣੀ। ਠੀਕ ਹੈ, ਤੇ ਉਹ ਜਿੱਦਾਂ ਮੈਂ ਪੇਪਰ, ਤੇ ਕੋਈ ਚੱਕਰ ਨੀ ਹੈਗਾ, ਮੇਰੇ ਪਟੀਸ਼ਨ ਮੇਰੇ ਮਾਮਾ ਜੀ ਨੇ ਭਰੀ ਹੈ, ਭਰ ਸਕਦੇ ਹਾਂ। ਬਾਕੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਦੱਸੇ ਮੈਣੀ, ਦੇਖੋ ਕਈ ਕੁਛ ਦੇਖਣਾ ਪੈਂਦਾ ਨਾਲ ਕੰਮ ਦੇ ਵੀ ਆ,
ਟੌਮੀ ਬੜਾ ਜਿਹੜਾ ਤੱਤਾ ਲੱਗਦਾ ਕਸਟਮਰ ਦਾ ਟੌਮੀ ਤੱਤਾ ਹੀ ਹੁੰਦੇ ਇਹ ਵਾਲੇ ਤਾਂ ਜੀ ਚਲੋ ਠੀਕ ਆ ਜੀ ਅਰਜਨ ਜੀ ਕਰਨਵੀਰ ਸਿੰਘ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਨਾ ਜਿੱਦਾਂ ਜਨਵਰੀ 3 ਨੂੰ ਮੇਰੀ ਫਾਈਨਲ ਡੇਟ ਸੀਗੀ ਜੀ ਤੇ ਉਹ ਮੇਰਾ ਨਾ ਕੇਸ ਡਿਸਮਿਸ ਕਰਤਾ ਜੀ ਉਹਦੇ ਬਾਰੇ ਪੁੱਛਣਾ ਸੀ ਜੀ ਕੀ ਮੈਂ ਅਪੀਲ ਲਾਵਾਂ ਜਾਂ ਦੁਬਾਰਾ ਅਸਾਈਲਮ ਲਾਵਾਂ ਜੀ ਓਕੇ ਭਾਜੀ ਤੇ ਮੇਰਾ ਜਿੱਦਾਂ ਬੌਂਡ ਜਿਹੜਾ ਆ ਉਹ ਵਾਪਸ ਆ ਜਾਊਗਾ ਜਾਂ ਉਹ ਜਿਹੜਾ ਪਹਿਲਾਂ ਬੌਂਡ ਵਾਪਸ ਆ ਜਾਂਦਾ ਠੀਕ ਹੈ ਤੇ ਭਾਜੀ ਇੱਕ ਤੁਹਾਨੂੰ ਹੋਰ ਕੁਐਸਚਨ ਛੋਟਾ ਜਿਹਾ ਪੁੱਛਣਾ ਸੀਗਾ ਜੀ ਜਿੱਦਾਂ ਹੁਣ ਜਿਹੜਾ ਹੁਣ ਮੈਂ ਨਵਾਂ ਅਸਾਈਲਮ ਲਾਉਣਾ ਹੈ ਜੀ ਇਹਦੇ ਵਿੱਚ ਮੈਂ ਜਿੱਦਾਂ ਆਪਾਂ ਸਟੋਰੀ ਤਾਂ ਸੇਮ ਹੀ ਰਹਿਣੀ ਆ ਤੇ ਇਹਨੂੰ ਜਿੱਦਾਂ ਆਪਾਂ ਬੈਟਰ ਤਰੀਕੇ ਨਾਲ ਤਾਂ ਪ੍ਰੈਜ਼ੈਂਟ ਕਰ ਸਕਦੇ ਨਾ ਮੈਂ ਤੁਹਾਡੇ ਆਫਿਸ ਵੀ ਕਾਲ ਕੀਤੀ ਸੀ ਜੀ ਹਾਂਜੀ ਹਾਂਜੀ ਤੁਹਾਡੀ ਹੱਡ ਬੀਤੀ ਆ ਬੈਟਰ ਤਰੀਕੇ ਨਾਲ ਕਰ ਸਕਦੇ ਹਾਂ ਲੈਂਸ ਜਿਹੜਾ ਜ਼ੂਮ ਵਾਲਾ ਉਹ ਵੱਡਾ ਕਰ ਸਕਦੇ ਹਾਂ ਥੋੜਾ ਵੀ ਕਿਹੜੀ ਚੀਜ਼ ਤੇ ਫੋਕਸ ਕਰਨਾ ਜ਼ਿਆਦਾ ਕਿੱਦਾਂ ਕਰਨਾ ਉਹ ਚੀਜ਼ ਜਿਹੜੀ ਹੋ ਸਕਦੀ ਆ ਕੋਈ ਨੀ ਕਰ ਲਿਓ ਕਾਲ ਜੀ ਇਹਨਾਂ ਦੇ ਆਫਿਸ ਦੇ ਵਿੱਚ 415-909-0503 ਇਹਨਾਂ ਦਾ ਨੰਬਰ ਆ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਆ 408-272-5200 4082-72-5200 ਮਨਦੀਪ ਨਾਲੇ ਬੈਟਰ ਦਾ ਤਾਂ ਇਹਦਾ ਇੱਦਾਂ ਕਿ ਜਿਹੜੀ ਹੁਣ ਬੰਦੇ ਤੁਸੀਂ ਕਹਿੰਦੇ ਹੱਡ ਬੀਤੀ ਆ ਉਹਦਾ ਤੁਸੀਂ ਹੱਡ ਬੀਤੀ ਤਾਂ ਹੱਡ ਬੀਤੀ ਰਹਿਣੀ ਆ ਉਹਦੇ ਵਿੱਚ ਕਈ ਵਾਰੀ ਸਾਨੂੰ ਬੰਦਾ ਕਹਿੰਦਾ ਯਾਰ ਮੈਂ ਨਵੀਂ ਸਟੋਰੀ ਦੇ ਦੂੰਗਾ ਮੈਂ ਕਿਹਾ ਕੋਈ ਫਿਲਮ ਥੋੜ੍ਹਾ ਨਾ ਚੱਲਦੀ ਕਿ ਨਵੀਂ ਸਟੋਰੀ ਦੇ ਦੇਣੀ ਹੈ ਆਲਰੇਡੀ ਕੋਰਟ ਦੇ ਵਿੱਚ ਹੋ ਗਏ ਆ ਸੋ ਬੈਟਰ ਇਹਦੇ ਵਿੱਚ ਕੁਛ ਨਹੀਂ ਹੁੰਦਾ ਇਹਦੇ ਵਿੱਚ ਇੱਦਾਂ ਹੁੰਦਾ ਕਿ ਜਿਹੜਾ ਤੁਸੀਂ ਨਵੀਂ ਗਤੀਵਿਧੀ ਕੁਛ ਕਰਦੇ ਆ ਕੋਈ ਹੋਰ ਤੁਹਾਡੇ ਕੋਲ ਜਿਹੜਾ ਪਰੂਫ ਸੀਗਾ ਜਾਂ ਨਹੀਂ ਸੀਗਾ ਤੁਹਾਡੇ ਹੱਥ ਨਵਾਂ ਪਰੂਫ ਲੱਗਦਾ ਉਹ ਤੁਸੀਂ ਜਿਹੜਾ ਸਬਮਿਟ ਕਰ ਸਕਦੇ ਠੀਕ ਹੈ ਠੀਕ ਓਕੇ ਮਨਦੀਪ ਸਤਿ ਸ਼੍ਰੀ ਅਕਾਲ ਭਾਜੀ ਮੇਰੇ ਜੱਜ ਦਾ ਨਾਂ ਅਲੈਕਸਾ ਬ੍ਰੈਜ਼ਲ ਆ ਉਹਦੀ ਰੇਟਿੰਗ ਬਾਰੇ ਦੱਸ ਸਕਦੇ ਪਲੀਜ਼ ਰੇਟਿੰਗ ਤਾਂ ਨਹੀਂ ਮੈਨੂੰ ਪਤਾ ਪਰ ਜੱਜ ਬਹੁਤ ਵਧੀਆ ਉਹਦਾ ਆਪਣੇ ਕੋਲ ਕੇਸ ਇੱਕ ਪਾਸ ਹੋਇਆ ਸੀਗਾ ਗੁੱਡ ਜੱਜ ਲਓ ਥੈਂਕ ਯੂ ਭਾਜੀ ਬਹੁਤ ਧੰਨਵਾਦ ਜੀ ਥੈਂਕ ਯੂ ਗੁਰਪ੍ਰੀਤ ਭਰਾਵਾ ਇੱਕ ਜੱਜਾਂ ਬਾਰੇ ਨਾ ਪੁੱਛਿਆ ਕਰੋ ਇਹ ਹੁਣ ਚੱਲ ਜਿਹਦੀ ਵਧੀਆ ਉਹ ਤਾਂ ਕਹੀਏ ਤਾਂ ਫਿਰ ਜਿਹਦਾ ਨਹੀਂ ਕਹੀਦਾ ਉਹ ਮੈਂ ਕਿਹਾ ਕਿਸੇ ਨੇ ਬਣਾ ਲੈਣੀ ਕਿ ਇੱਦਾਂ ਕਿ ਜਿਹਦਾ ਨਹੀਂ ਕਹਿੰਦਾ ਮਤਲਬ ਫਿਰ ਇਹ ਇਸ਼ਾਰਾ ਕਰਿਆ ਕਿ ਇਹ ਮਾੜੇ ਜੱਜ ਆ ਜਾਂ ਉਦਾਂ ਜੱਜ ਹੁਣ ਮੈਂ ਕਿਹਾ ਤੁਸੀਂ ਸਪੋਟ ਤੇ ਪਾ ਦਿੰਦੇ ਆ ਤੇ ਮੈਂ ਕਿਹਾ ਹੁਣ ਮੈਂ ਕਿਸੇ ਨੂੰ ਮੰਨ ਲਓ ਜੱਜ ਮਾੜਾ ਹੋਵੇ ਤਾਂ ਮੈਂ ਕਿਹਾ ਹੁਣ ਮੈਂ ਉਹਨੂੰ ਕਹਾਂਗਾ ਤੁਸੀਂ ਆਹ ਵਾਲਾ ਜੱਜ ਕਿੱਦਾਂ ਦਾ ਮੈਂ ਕਹਿ ਦਵਾਂਗਾ ਜੱਜ ਮਾੜਾ ਵਾ ਤਾਂ ਉਹਨੂੰ ਮੈਂ ਕਿਹਾ ਹੁਣ ਬੰਦਾ ਕਲਿੱਪ ਕਰ ਲਵੇ ਮੇਰੇ ਬਾਰੇ ਮਾੜਾ ਕਹੀਏ ਨਾ ਮੈਂ ਕਿਹੜੇ ਹਿਸਾਬ ਨਾਲ ਮਾੜਾ ਵਾ ਤੇ ਜੱਜ ਸਾਹਿਬ ਨੇ ਮੇਰੇ ਤੇ ਮਾਣਾ ਹਾਨੀ ਦਾ ਦਾਵਾ ਕੀਤਾ ਹੋਵੇ ਲੈ ਮੈਂ ਆਪਣਾ ਜਿਹੜਾ ਕੇਸ ਸੁਣ ਕੇ ਫੇਰ ਫੈਸਲੇ ਲੈਣਾ ਹੈ ਨਾ ਹੁਣ ਮੈਂ ਕਿੱਦਾਂ ਜੱਜ ਨੂੰ ਮਾੜਾ ਕਹਿ ਸਕਦਾ ਸੋ ਏਦਾਂ ਦਾ ਸਵਾਲ ਆਨਲਾਈਨ ਭਰਾ ਰੇਟਿੰਗ ਰੂਟਿੰਗ ਚੈੱਕ ਕਰੋ ਆਨਲਾਈਨ ਟਰੈਕ ਵੈਬਸਾਈਟ ਹੈਗੀ ਬੜੀ ਸੌਖੀ ਆ ਉੱਤੇ ਜੱਜ ਵਾਇਜ ਜੱਜ ਸਾਰਾ ਜਿਹੜਾ ਉਹਨਾਂ ਨੇ ਲਿਖਿਆ ਹੁੰਦਾ ਆ ਤੇ ਆਪਣੇ ਜਿਹੜੇ ਅਗਲੇ ਕਾਲਰ ਨੇ ਜੀ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਭਾਜੀ ਨੂੰ ਕੁਐਸਚਨ ਇਹ ਹੈ ਕਿ ਮੇਰਾ ਬ੍ਰਦਰ ਹੈ ਮੇਰਾ ਵੱਡਾ ਬ੍ਰਦਰ ਇੰਡੋਨੇਸ਼ੀਆ 'ਚ ਹੈ ਭਾਜੀ ਉਹ ਤਾਂ ਭਾਜੀ ਬਿਜ਼ਨਸ ਤੌਰ ਤੇ ਲੱਗਾ ਸੀਗਾ ਇੱਥੇ ਅਮੈਰੀਕਾ ਦਾ ਲੱਗਾ ਸੀਗਾ ਤੇ ਕੈਨੇਡਾ ਦਾ ਲੱਗਾ ਸੀਗਾ ਵੀਜ਼ਾ ਉਹਨਾਂ ਦਾ ਤੇ ਉਹ ਭਾਜੀ ਇੱਥੇ ਆਇਆ ਸੀਗਾ ਅਮੈਰੀਕਾ ਦੇ ਵਿੱਚ ਆਇਆ ਸੀਗਾ ਉਹ ਕਮ ਸੇ ਕਮ ਭਾਜੀ ਉਹਨਾਂ ਨੇ ਕੇਸ ਲਵਾਤਾ ਇੱਥੇ ਆਣ ਕੇ ਮਹੀਨੇ ਦੇ ਵਿੱਚ ਕੇਸ ਲਵਾਤਾ ਇਹਨਾਂ ਨੇ ਇੱਥੇ ਅਸਾਈਲਮ ਦਾ ਆਪਣਾ ਤੇ ਉਹਨਾਂ ਨੇ ਭਾਜੀ ਕਮ ਸੇ ਕਮ ਕੇਸ ਲਵਾ ਕੇ ਇੱਥੋਂ ਚੱਲ ਗਏ ਸੀਗੇ ਕੈਨੇਡਾ ਚੱਲ ਗਏ ਸੀਗੇ ਭਾਜੀ ਉਹਨੂੰ ਭਾਜੀ ਇੰਨਾ ਪਤਾ ਸੀਗਾ ਕੇਸ ਮਤਲਬ ਚੱਲਦਾ ਪਿਆ ਚੱਲ ਪਿਆ ਸੀਗਾ ਬਾਅਦ ਵਿੱਚ ਇੱਥੇ ਦੇ ਫਿੰਗਰ ਆ ਗਏ ਸੀਗੇ ਉਹਨੂੰ ਪਤਾ ਸੀ ਮੇਰੇ ਫਿੰਗਰ ਆ ਚੁੱਕੇ ਨੇ ਤੇ ਉਹ ਬਾਈ ਚੱਲ ਗਿਆ ਕੈਨੇਡਾ ਚੱਲ ਗਿਆ ਸੀ ਕੈਨੇਡਾ ਤੋਂ ਫਿਰ ਚੱਲ ਗਿਆ ਵਾਪਸ ਇੰਡੋਨੇਸ਼ੀਆ ਚੱਲ ਗਿਆ ਬਸ ਹੁਣ ਕੁਐਸਚਨ ਭਾਜੀ ਮੇਰਾ ਇਹ ਆ ਉਹ ਵਾਪਸ ਇੱਥੇ ਆ ਸਕਦਾ ਭਾਜੀ ਇੱਥੇ ਉਹ ਕਿੰਨੀ ਦੇਰ ਰਹਿ ਕੇ ਗਿਆ ਅਮਰੀਕਾ ਉਹ ਭਾਜੀ ਰਹਿ ਗਿਆ ਕਮ ਸੇ ਕਮ ਡੇਢ ਕੁ ਮਹੀਨਾ ਰਹਿ ਗਿਆ ਮਹੀਨਾ ਡੇਢ ਮਹੀਨਾ ਭਾਜੀ ਮਤਲਬ ਉਹਨੂੰ ਦੁਬਾਰਾ ਵੀਜ਼ਾ ਆਪਣਾ ਨਵਾਂ ਲਵਾਉਣਾ ਪੈਣਾ ਵੈਸੀ ਜਾ ਕੇ ਤੇ ਦੱਸਣਾ ਪੈਣਾ ਕਿ ਅਮਰੀਕਾ ਦੇ ਵਿੱਚ ਸਾਰਾ ਸੈਲਮ ਸੁਲਮ ਦਾ ਦੱਸਣਾ ਪੈਣਾ ਤੇ ਸੈਲਮ ਫਰੋਡ ਨਹੀਂ ਹੋਣਾ ਚਾਹੀਦਾ ਜੇ ਸੈਲਮ ਫਰੋਡ ਹੋਇਆ ਤੇ ਫਿਰ ਉਹਨੂੰ ਬੜਾ ਨਹੀਂ ਦੇਣਾ ਨਵਾਂ ਵੀਜ਼ਾ ਨੂੰ ਲੈਣਾ ਪੈਣਾ ਅੰਬੈਸੀ ਜਾ ਕੇ ਓਕੇ ਬਾਅਦ ਚ ਮਤਲਬ ਆ ਸਕਦਾ ਇੱਥੇ ਮਤਲਬ ਫਿਰ ਸੈਲਮ ਦਾ ਕੇਸ ਲਵਾ ਸਕਦਾ ਆਣ ਕੇ ਵੀਜ਼ਾ ਲੱਗ ਗਿਆ ਫਿਰ ਤਾਂ ਆ ਸਕਦਾ ਆ ਪਰ ਉਹ ਸਾਰਾ ਕੁਝ ਪੁਰਾਣਾ ਦੱਸਣਾ ਪੈਣਾ ਲੱਗ ਥੋੜਾ ਕਿ ਇੰਡੋਨੇਸ਼ੀਆ ਤੋਂ ਆਇਆ ਫਿਰ ਦੁਬਾਰਾ ਘੁੰਮ ਕੇ ਉੱਥੇ ਚਲ ਗਿਆ ਇਹ ਕਿੱਦਾਂ ਦਾ ਸੈਲਮ ਹੋਇਆ ਉਹਨਾਂ ਨੇ ਕਹਿਣਾ ਸਿਸਟਮ ਨੂੰ ਮਜ਼ਾਕ ਬਣਾਤਾ ਭਰਾਵਾ ਇਦਾਂ ਉਹਨੂੰ ਕਹੇ ਇੰਡੋਨੇਸ਼ੀਆ ਰਹਿ ਬੰਦੇ ਨੂੰ ਜੇ ਘੁੰਮਣਾ ਫਿਰਨਾ ਹੀ ਆ ਕਿਉਂਕਿ ਕੱਲ ਨੂੰ ਫਿਰ ਡੇਢ ਮਹੀਨੇ ਬਾਅਦ ਉਹਦਾ ਮਨ ਚੇਂਜ ਹੋ ਗਿਆ ਫਿਰ ਪ੍ਰੋਬਲਮ ਇਦਾਂ ਦਾ ਬੰਦਾ ਨਹੀਂ ਚਾਹੀਦਾ ਸਾਨੂੰ ਅਮਰੀਕਾ ਦੇ ਵਿੱਚ ਭਰਾਵਾ ਇੰਡੋਨੇਸ਼ੀਆ ਰਹਿ ਤੂੰ ਲਾ ਕੇ ਕਦੀ ਕੈਨੇਡਾ ਚਲ ਗਿਆ ਕਦੀ ਇੰਡੋਨੇਸ਼ੀਆ ਚਲ ਗਿਆ ਹੁਣ ਫੇਰ ਵਾਪਸ ਆ ਕੇ ਕਹਿੰਦਾ ਸੈਲਮ ਲਾਣਾ ਵਾ ਨਰੇਸ਼ ਚਲੋ ਸਤਿ ਸ਼੍ਰੀ ਭਾਜੀ ਜੀ ਸਤਿ ਸ਼੍ਰੀ ਅਕਾਲ ਭਾਈ ਮੈਂ 2015 ਚ ਆਇਆ ਸੀ ਇੱਥੇ ਆਪਣੇ ਯੂਐਸ ਚ ਤੇ ਹੁਣ 23 ਚੱਲ ਰਿਹਾ ਮੇਰੀ ਕੋਈ ਡੇਟ ਨਹੀਂ ਆਈ ਕੋਈ ਹੀਅਰਿੰਗ ਨਹੀਂ ਮੇਰਾ ਅਸਾਈਲਮ ਆਫਿਸ ਚ ਕੇਸ ਲੱਗਾ ਤੇ ਮੈਂ C1D ਵੀਜ਼ੇ ਤੇ ਆਇਆ ਸੀਗਾ ਜੀ
ਕੇਸ ਲਾਇਆ ਕਿ ਨਹੀਂ ਲਾਇਆ ਸੀਗਾ? ਕੇਸ ਲੱਗਾ ਹੋਇਆ ਮੇਰਾ 2015 ਦੇ ਐਂਡ ਤੇ ਲਾਤਾ ਸੀ ਮੈਂ ਡਿਸੰਬਰ ਚ। ਅੱਛਾ, ਸੋ C1D ਵਾਲਾ ਅਸਾਈਲਮ ਆਫਿਸ ਤੇ ਨਹੀਂ ਅਪਰੂਵ ਕਰ ਸਕਦਾ ਉਹਨਾਂ ਕੋਲ ਜੁਰਿਸਡਿਕਸ਼ਨ ਨਹੀਂ ਹੈਗਾ। ਹਾਂਜੀ, ਇੱਕ ਉੱਪਰ ਜਾਣਾ ਕੇਸ ਤੇ ਇਹਦੇ ਲਈ ਉਹਦੇ ਚੋਂ ਫਿਰ ਇਹਨਾਂ ਨੂੰ ਕਿੰਨਾ ਟਾਈਮ ਲੱਗੂਗਾ? ਅਸਾਈਲਮ ਆਫਿਸ ਵਾਲੇ ਕਦੋਂ ਤੱਕ ਦੱਸਣਗੇ ਇਹਨਾਂ ਨੂੰ ਕਿ ਨਹੀਂ ਕਿ ਉੱਥੇ ਹੋਣਾ ਹੀ ਨਹੀਂ ਕੁਛ ਵੀ? ਤੈਨੂੰ ਆਪ ਹੀ ਚਿੱਠੀ ਲਿਖ ਦੇਣੀ ਚਾਹੀਦੀ ਬਾਈ ਕਿ ਮੈਂ C1D ਤੇ ਆਹੀ ਵੇਖ ਲਓ ਤੁਸੀਂ ਕਰਨਾ ਤੇ ਹੈ ਨਹੀਂ, ਮੇਰਾ ਟਾਈਮ ਨਾ ਖਰਾਬ ਕਰੋ। ਉਹਨਾਂ ਨੇ ਬੇਸਿਕਲੀ ਨਾ ਕਰਕੇ ਕਰਨਾ ਹੈ। USCIS ਕੋ ਜੁਰਿਸਡਿਕਸ਼ਨ ਨਹੀਂ ਹੁੰਦਾ C1D ਵਾਲਾ ਬੰਦਾ ਜੇ US ਸਿਟੀਜ਼ਨ ਨਾਲ ਵਿਆਹ ਵੀ ਕਰਾਉਂਦਾ ਨਾ, ਉਹ USCIS ਕੋ ਜੁਰਿਸਡਿਕਸ਼ਨ ਨਹੀਂ ਹੈਗਾ ਕਰੂ ਮੈਨ ਦੇ ਉੱਤੇ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਆਹ ਹੁਣ ਬੋਟਾਂ ਸ਼ਿਪ ਆ ਜਿਹੜੇ ਕਰਨੇ ਆ ਅਦਾਰੇ ਪਦਾਰੇ ਜਿਹੜੇ ਚੱਲਦੇ ਹੀ ਤਾਂ ਵਾ ਕਿ ਜੇ ਇਹਦੇ ਵਿੱਚੋਂ ਹੁਣ ਜੇ ਬੰਦੇ ਇਹ ਹੋਸਪਿਟੈਲਿਟੀ ਵਾਲੇ ਵੀ ਆ, ਮਰਚੈਂਟ ਨੇਵੀ ਵਾਲੇ ਵੀ, ਦੂਜੇ ਕਾਰਗੋ ਸ਼ਿਪਾਂ ਵਾਲੇ ਵੀ ਆ ਜਾਂਦੇ ਆ, ਇਹਦੇ ਵਿੱਚੋਂ ਹੁਣ ਜੇ ਬੰਦੇ ਇੱਧਰ ਉੱਧਰ ਹੋਣ ਲੱਗ ਪਏ ਤਾਂ ਫਿਰ ਕਾਰੋਬਾਰ ਜਿਹੜਾ ਮੈਰੀਟਾਈਮ ਵਾਲਾ ਚੱਲ ਨਹੀਂ ਸਕਦਾ, ਠੱਪ ਹੋ ਜਾਂਦਾ। ਉਹਦੇ ਕਰਕੇ ਨਾ C1D ਤੇ ਉਹਨਾਂ ਨੇ ਸਿੱਧੇ ਕਿ ਜੁਰਿਸਡਿਕਸ਼ਨ ਹੀ ਨਹੀਂ ਹੈਗਾ USCIS ਕੋ। ਤੇ ਉਹ ਜੇ ਤਾਂ ਮੇਰਾ ਵੀਰ ਤੇਰਾ ਚੱਲੀ ਜਾਂਦਾ ਕੰਮ ਤਾਂ ਠੀਕ ਆ, ਰਹਿਣ ਦੇ ਇਹਨੂੰ ਹਨਾ, ਆਪਣਾ ਟਾਈਮ ਕੱਟਣ ਦਿਆਂ। ਤੇ ਜੇ ਇਹਦੇ ਵਿੱਚ ਤੁਹਾਨੂੰ ਜਲਦੀ ਆ ਜਾਂ ਤੁਹਾਨੂੰ ਦੇਖਣਾ ਤੁਸੀਂ ਕਿ ਫਿਨਿਸ਼ ਲਾਈਨ ਤੇ ਹੋਣਾ ਕੀ ਆ, ਤੇ ਫਿਰ ਜਿਹੜਾ USCIS ਵਾਲਾ ਉਹਨਾਂ ਨੂੰ ਲੈਟਰ ਲਿਖੋ ਕਿ ਮੈਂ C1D ਤੇ ਸੀਗਾ ਤੇ ਮੈਨੂੰ ਪਤਾ ਕਿ USCIS ਨਹੀਂ ਜੁਰਿਸਡਿਕਸ਼ਨ ਹੈਗਾ ਤੇ ਮੇਰਾ ਰੈਫਰ ਕਰ ਦਿਓ ਕੋਰਟ ਨੂੰ, ਸੋ ਆਪੇ ਰੈਫਰ ਕਰਾ ਲਓ, ਸਾਲ ਆਪਣੇ ਬਚਾਓ। ਠੀਕ ਹੈ ਜੀ, ਉਹ ਕਹਿੰਦੇ ਆ ਵੀ ਕਰਨੀ ਤੈਨੂੰ ਵੀਰਿਆ ਨਾ ਹੀ ਆ ਤੂੰ ਕਾਹਲੀ ਕਰਤਾ ਏਦਾਂ ਉਹ ਕਰ। ਬਲਜੀਤ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਮੇਰੇ ਕੋਲ ਇੱਕ ਕੁਐਸਚਨ ਸੀ ਤੇ ਆਪਣਾ ਮੇਰੀ ਭਾਈ ਤਰੀਕ ਸੀ ਆਪਣਾ ਮਈ ਚ 2024 ਚ ਸੈਨ ਫਰਾਂਸਿਸਕੋ ਤੇ ਭਾਈ ਉਹਨਾਂ ਨੇ ਚੱਕ ਕੇ ਆਪਣਾ 2026 ਚ ਕਰਤੀ ਆਪਣਾ 26 ਚ ਮਈ ਚ ਕਹਿੰਦਾ ਵੀ ਭਾਈ ਕਿੱਦਾਂ ਆਪਣਾ ਕੌਣ ਕੌਣ ਚ ਮੂਵ ਕਰਨਗੇ ਕੀ ਹਿਸਾਬ ਸਾਹਿਬ ਭਾਜੀ? ਨਹੀਂ ਫਿਲਹਾਲ ਤਾਂ 26 ਚ ਹੀ ਰਹਿਣੀ ਮੇਰਾ ਵੀਰ। ਆਪਣਾ ਭਾਈ ਜੱਜ ਵੀ ਅੱਗੇ ਜੋਨਸਨ ਜਰਮੀਆ ਜੱਜ ਜੀ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਤੇ ਆਪਣਾ ਹੁਣ ਭਾਈ ਵਿਜ਼ਿਟਿੰਗ ਜੱਜ ਸ਼ੋਅ ਕਰਦਾ ਪਿਆ। ਰਹਿੰਦੇ ਕਿੱਥੇ ਆ ਤੁਸੀਂ? ਆਪਣਾ ਭਾਈ ਫਰੀਦ ਨੂੰ ਰਹੀਦਾ। ਦੇਖਦੇ ਆ ਹੁਣ ਮੇਰਾ ਵੀਰ ਕਿੱਦਾਂ, ਕੋਈ ਇਨਫੋਰਮੇਸ਼ਨ ਦਿੱਤੀ ਨਹੀਂ ਹੈ ਜੇ ਕਿ ਕਿੰਨੇ ਕੇਸ ਇਹਨਾਂ ਨੇ ਮੂਵ ਕਰਨੇ ਆ, ਸੈਕਰਮੈਂਟੋ ਵਾਲਾ ਕੋਰਟ ਰੱਖਣਾ ਕਿ ਉਹਨੂੰ ਬੰਦ ਕਰ ਦੇਣਾ। ਇੰਨੀ ਕੁ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਆ ਕਿ 12 ਤੋਂ ਜ਼ਿਆਦਾ ਜੱਜ ਜਿਹੜੇ ਕਹਿੰਦੇ ਇੱਥੇ ਕਰਨੇ ਆ, ਸੈਕਰਮੈਂਟੋ ਨਾਲ ਵੱਡਾ ਕੋਰਟ ਇਹਨਾਂ ਦਾ ਆਲਰੇਡੀ ਹੋਣਾ ਵਾ ਕੌਂਕਟ ਵਾਲਾ, ਤੇ ਬਾਕੀ ਦੇਖਦੇ ਆ ਕਿੱਦਾਂ ਵਾ। ਹੋ ਜਾਏਗੀ ਚੇਂਜ ਭਾਜੀ ਕਿੱਦਾਂ? ਅਜੇ ਤਰੀਕ ਚੇਂਜ, ਤਰੀਕ ਤਾਂ ਨਹੀਂ ਅਜੇ, ਅਜੇ ਤਾਂ 26 ਕਰਨੀ ਆ, ਮੇਰੇ ਕੋਲ ਤਾਂ ਹੋਰ ਕੋਈ ਇਨਫੋਰਮੇਸ਼ਨ ਹੈ ਨਹੀਂ, 26 ਮੰਨ ਕੇ ਚੱਲ ਮੇਰਾ ਵੀਰ। ਇਹ ਕਿਹਾ ਨਹੀਂ ਜਾ ਸਕਦਾ ਜੀ ਵੀ ਕੀ ਆ, ਇਹ ਤਾਂ ਇਹੀ ਕੁਛ ਜਿਹੜਾ ਉਹ ਵੱਧ ਹੀ ਰਿਹਾ ਹੈ ਕੰਮ, ਡਿਲੇ ਤਾਂ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਰਹੇ ਆ। ਦੇਖੋ ਅਟਾਰਨੀ ਟੇਕ ਕਹਿੰਦੇ ਜੀ ਆਪਾਂ ਦੇਖਦੇ ਸੀ ਵੀ ਪਿਛਲੇ ਸਾਲ ਦੇ ਵਿੱਚ ਲੋਕ ਕਹਿੰਦੇ ਸੀਗੇ ਵੀ ਯਾਰ ਜਲਦੀ ਜਲਦੀ ਹੋਈ ਜਾਂਦੇ ਆ, ਹੁਣ ਸਾਰਿਆਂ ਦੇ ਜਿਹੜੇ ਉਹ ਡਿਲੇ ਹੋਣ ਲੱਗ ਗਏ ਆ, ਉਹ ਗਾਂਹ ਤੋਂ ਗਾਂਹ ਜਿਹੜਾ ਉਹ ਪਈ ਜਾਂਦੇ ਸਿਸਟਮ ਦੇ ਵਿੱਚ। ਅਚਾਨਕ ਦੇਖੋ ਕਿੰਨੀ ਜ਼ਿਆਦਾ ਤਬਦੀਲੀ ਜਿਹੜੀ ਉਹ ਆ ਗਈ, ਡਿਲੇ ਕਿੰਨਾ ਜ਼ਿਆਦਾ ਇੰਡਿਊਸ ਜਿਹੜਾ ਇਸ ਦੇ ਵਿੱਚ ਹੋ ਚੁੱਕਾ ਹੈਗਾ। ਹਾਂਜੀ, ਤੇ ਉਹਨਾਂ ਦੇ ਆਪਣੇ ਉਹਨਾਂ ਦਾ ਆਪਣਾ ਕੰਮ ਕਰਨ ਦਾ ਹਿਸਾਬ ਦਾ ਵਾ, ਜੇ ਅੱਜ ਮੰਨ ਲਓ ਜੱਜ ਕੋਈ ਕੇਸ ਸੁਣ ਰਿਹਾ ਉਹਨੂੰ ਸ਼ਾਰਟ ਹੇਅਰਿੰਗ ਦੇਣੀ ਹੈ ਕਿ ਚੱਲ ਇਹਦਾ ਮੈਂ ਹੁਣ ਨਿਪਟਾਰਾ ਅੱਜ ਨਹੀਂ ਕਰ ਸਕਿਆ ਪਰ ਇਹਦਾ ਮੈਂ 2-4 ਮਹੀਨਿਆਂ ਚ ਕਰਨਾ ਚਾਹੁੰਦਾ, ਜਾ ਕੇ ਕਿਸੇ ਦੀ ਪਰਮਿਸ਼ਨ ਥੋੜਾ ਲੈਣੀ ਕਿ ਜਿੱਦਾਂ ਉਹਦੀ ਮਰਜ਼ੀ ਹੈ, ਉਹਨੇ ਕਿਹੜਾ ਇਹਨੂੰ ਚੱਕ ਕੇ ਪਾਓ 26 ਦੇ ਵਿੱਚ ਤੇ ਆਹ ਵਾਲੇ ਦਾ ਸਲੋਟ ਕ੍ਰੀਏਟ ਕਰੋ, ਕੋਈ ਇਹ ਕਿਹੜਾ ਕੋਈ ਕਸਟਮਰ ਸਰਵਿਸ ਥੋੜਾ ਹੈਗਾ, ਇਹ ਤਾਂ ਪ੍ਰੋਸੀਡਿੰਗ ਚ ਉਹ ਕਹਿੰਦੇ ਕਿ ਤੁਸੀਂ ਸ਼ਰਨ ਮੰਗ ਰਹੇ ਆ ਤੁਸੀਂ ਰਹਿ ਰਹੇ ਆ ਇੱਥੇ, ਤੇ ਬਸ ਇੰਨਾ ਫਰਕ ਉਹਨਾਂ ਦਾ ਹੁੰਦਾ ਕਿ ਜੇ ਤੁਹਾਡੀ ਗਲਤੀ ਕਰਕੇ ਤਰੀਕ ਅੱਗੇ ਜਾਂਦੀ ਆ ਤੇ ਕਲੋਕ ਰੋਕ ਦਿੰਦੇ ਆ ਵਰਕ ਪਰਮਿਟ ਦੀ, ਜੇ ਉਹਨਾਂ ਨੇ ਆਪ ਤੁਹਾਡਾ ਅੱਗੇ ਕਰਨਾ ਤੇ ਉਹ ਤੁਹਾਡੇ ਤੇ ਨਹੀਂ ਫਿਰ ਲਾਉਂਦੇ ਜ਼ਿੰਮੇਵਾਰੀ, ਕਲੋਕ ਚੱਲਦਾ ਰਹਿੰਦਾ, ਬਸ ਇਹ ਫਰਕ ਆ ਜੀ। ਗੁਰਜੰਟ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੇਸ ਪਿਛਲੇ ਸਾਲ ਡਨ ਹੋ ਗਿਆ ਸੀਗਾ, ਕਲੀਅਰ ਹੋ ਗਿਆ ਸੀਗਾ, ਮੇਰਾ ਇੰਡੀਅਨ ਪਾਸਪੋਰਟ ਇਮੀਗ੍ਰੇਸ਼ਨ ਟੁੱਟਿਆ, ਉਹ ਮੈਂ ਲੈ ਸਕਦਾ ਜਾਂ ਨਹੀਂ ਲੈ ਸਕਦਾ? ਇੰਡੀਅਨ ਪਾਸਪੋਰਟ ਤੇ ਮੇਰਾ ਵੀਰ ਯੂਜ਼ ਤੇ ਕਰ ਨਹੀਂ ਸਕਦਾ ਹਨਾ, ਅਮਰੀਕੀ ਸਰਕਾਰ ਇਹੀ ਕਰਦੀ ਆ, ਪਾਸਪੋਰਟ ਕਰਕੇ ਜਾਣਾ ਕਿੱਥੇ ਇਹਨੂੰ ਆ? ਨਹੀਂ ਵੈਸੇ ਮੈਂ ਪੁੱਛ ਰਿਹਾ ਵੀ ਮੇਰਾ ਉਹਨਾਂ ਕੋਲ ਪਿਆ ਸੀਗਾ ਬਾਰਡਰ ਪੈਟਰੋਲ ਲਿਆ ਸੀ ਮੇਰਾ ਪਾਸਪੋਰਟ, ਉਹਦਾ ਭਰਾਵਾ ਪਾਰਡ ਪੂਰ ਕੇ ਸੁੱਟ ਤੇ ਪਾਸਪੋਰਟ ਉਹਦਾ, ਇੱਥੇ ਟਰੈਵਲ ਡਾਕੂਮੈਂਟ ਬਣਵਾਓ, ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਪਾਸਪੋਰਟ ਵਾਲੀ ਕਾਪੀ ਆ, ਸਿਟੀਜ਼ਨ ਬਣ ਇਹਦਾ ਇੱਦਾਂ ਹੁਣ, ਕਿਉਂਕਿ ਹੁਣ ਜਿਹੜੀ ਕਾਮਨ ਨੌਲੇਜ ਕੀ ਆ ਕਿ ਲੋਕੀ ਕੇਸ ਪਾਸ ਹੋਣ ਤੋਂ ਬਾਅਦ ਹੀ ਵਿਆਹ ਵੀ ਕਾਰਨ ਕੋਈ ਇੰਡੀਆ ਤੁਰਿਆ, ਕੋਈ ਗ੍ਰੀਨ ਕਾਰਡ ਤੇ ਤੁਰਿਆ, ਕੋਈ ਸਿਟੀਜ਼ਨ ਦੀ ਵੇਟ ਕਰਕੇ ਆ, ਸੋ ਇੱਦਾਂ ਕਿ ਉਹ ਉਹਦੇ ਵਿੱਚ ਇੱਦਾਂ ਕਿ ਜਿਹੜਾ ਐਜ਼ ਅ ਲੋਇਰ ਤੁਹਾਨੂੰ ਮੈਂ ਸਲਾਹ ਦੇ ਰਿਹਾ, ਮੈਂ ਤਾਂ ਐਜ਼ ਅ ਲੋਇਰ ਜੋ ਕਿਤਾਬ ਕੀ ਕਹਿੰਦੀ ਆ ਉਹ ਕਹਿੰਦਾ, ਬਾਕੀ ਅੱਗੋਂ ਐਕਚੁਅਲ ਦੇ ਵਿੱਚ ਕੀ ਹੋਣਾ, ਤੁਹਾਡੇ ਸੱਜਣ ਮਿੱਤਰ ਜਾ ਕੇ ਆਏ ਆ ਨਹੀਂ ਜਾ ਕੇ ਆਏ ਆ, ਕਿੱਦਾਂ ਵਾ ਨੇਪਾਲ ਰਾਹੀਂ ਗਏ ਆ, ਉਹ
ਆਪਣੇ ਜਿਹੜੇ ਸਕੋਪ ਤੋਂ ਬਾਹਰ ਆ ਜਿਹੜਾ ਕਾਨੂੰਨ ਉਹ ਇਹ ਕਹਿੰਦਾ ਕਿ ਜਿਹੜੀ ਕੰਟਰੀ 'ਚ ਤੁਸੀਂ ਸ਼ਰਨ ਲਈ ਆ ਉਹ ਤੁਸੀਂ ਕੰਟਰੀ 'ਚ ਜਾ ਨਹੀਂ ਸਕਦੇ। ਜੇ ਤੁਹਾਨੂੰ ਖਤਰਾ ਟਲ ਗਿਆ ਅਤੇ ਜੇ ਤੁਹਾਡਾ ਗ੍ਰੀਨ ਕਾਰਡ ਨਹੀਂ ਆਇਆ ਅਤੇ ਉਹ ਤੁਹਾਡਾ ਜਿਹੜਾ ਕੇਸ ਆ ਦੁਬਾਰਾ ਰੀਓਪਨ ਸਰਕਾਰ ਜਿਹੜੀ ਉਹ ਕਰ ਸਕਦੀ ਆ ਕਿ ਇਹ ਇੰਡੀਆ ਜਾਂ ਕਿਤੇ ਹੋਰ ਜਾ ਕੇ ਆਇਆ ਵਾ। ਸੋ ਇਹ ਕੇਸ ਰੀਓਪਨ ਹੋ ਸਕਦੇ ਆ, ਦੁਬਾਰਾ ਸਵਾਲ ਜਵਾਬ ਜਿਹੜੇ ਪੁੱਛੇ ਜਾ ਸਕਦੇ ਆ ਅਤੇ ਮੈਟਰ ਆਫ ਟਾਈਮ ਆ। ਇੱਦਾਂ ਆ ਕਿ ਕਿਸੇ ਨੇ ਸ਼ਾਇਦ ਸੁਣਿਆ ਨਹੀਂ ਕਿ ਇੱਦਾਂ ਰੀਓਪਨ ਹੁੰਦਾ, ਪਰ ਇੱਦਾਂ ਕਿ ਜੇ ਰੀਓਪਨ ਹੋ ਗਿਆ ਫਿਰ ਦੁਬਾਰਾ ਤੁਸੀਂ ਬੈਕ ਟੂ ਪ੍ਰੋਸੀਡਿੰਗ 'ਚ। ਸੋ ਗ੍ਰੀਨ ਕਾਰਡ ਤੁਹਾਡਾ ਪੌਜ਼ ਕੀਤਾ ਜਾ ਸਕਦਾ। ਜਿਹਦਾ ਗ੍ਰੀਨ ਕਾਰਡ ਆ ਗਿਆ ਉਹਦਾ ਗ੍ਰੀਨ ਕਾਰਡ ਨਹੀਂ ਅਫਕੋਰਸ ਲਊਗੇ, ਪਰ ਉਹਨੂੰ ਵੀ ਜਿਹੜੇ ਬਾਰਡਰ 'ਤੇ ਕਈ ਵਾਰੀ ਆਏ ਨੂੰ ਸਵਾਲ ਪੁੱਛ ਸਕਦੇ ਆ ਦੁਬਾਰਾ ਕਿ ਪਹਿਲਾ ਹਮਲਾ ਕਦੋਂ ਸੀ, ਦੂਜਾ ਕਦੋਂ ਸੀ, ਵੇਖਣ ਲਈ ਕਿ ਇਹਨੇ ਝੂਠਾ ਤਾਂ ਨਹੀਂ ਕਿਤੇ ਸਾਇਲੈਂਟ ਫਾਈਲ ਕੀਤਾ। ਕਿਉਂਕਿ ਉਹ ਟਰੈਂਡ ਜਿਹੜਾ ਹੁੰਦਾ ਨਾ, ਟਰੈਂਡ ਇੱਕ ਜਿਹੜਾ ਲੋਕੇਟ ਕਰਦੇ ਆ ਕਿ ਬੰਦੇ ਜਿਹੜੇ ਕਿੱਦਾਂ ਮੂਵਮੈਂਟ ਇਹਨਾਂ ਦੀ ਹੁੰਦੀ ਆ। ਅਤੇ ਕਈ ਵਾਰੀ ਕਲਾਇੰਟ ਹੀ ਆ ਕੇ ਦੱਸਦੇ, ਕਹਿੰਦਾ ਉਹ ਕਹਿੰਦਾ ਕਿੱਥੇ ਗਿਆ ਸੀ, ਕਹਿੰਦਾ ਮੈਂ ਨੇਪਾਲ ਗਿਆ ਸੀ, ਕਹਿੰਦਾ ਆਫਿਸਰ ਹੱਸਣ ਲੱਗ ਪਿਆ, ਕਹਿੰਦਾ ਉਹ ਕਹਿੰਦਾ ਮੈਨੂੰ ਪਤਾ ਕਿੱਥੇ ਗਿਆ ਸੀਗਾ। ਠੀਕ ਆ, ਓਕੇ ਜੀ, ਕੁਲਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਪਾਸਪੋਰਟ ਬਾਰੇ ਪੁੱਛਣਾ ਸੀਗਾ ਜੀ। ਜਿੱਦਾਂ ਹੁਣ ਨਾ ਮੈਂ ਇੱਥੇ ਅਮੈਰੀਕਾ ਦੇ ਵਿੱਚ ਪੱਕੇ ਤੌਰ ਤੇ ਆਇਆ, ਜਾਣੀ ਕਿ ਫੈਮਿਲੀ ਦੇ ਨਾਲ ਜੀ। ਤੇ ਜਦੋਂ ਫੈਮਿਲੀ ਨਾਲੇ ਆਇਆ ਤੇ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਸੀਗਾ ਜੀ। ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਹਫ਼ਤੇ ਬਾਅਦ ਗ੍ਰੀਨ ਕਾਰਡ ਤੇ ਸੋਸ਼ਲ ਸਿਕਿਉਰਿਟੀ ਕਾਰਡ ਸਾਰਾ ਕੁਛ ਬਣ ਕੇ ਦੇ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ ਵਿੱਚ ਫਿਰ ਅਸੀਂ ਉਹਨਾਂ ਦੇ ਕੋਲ ਰਹਿੰਦੇ ਸੀ, ਅਸੀਂ ਉਹਨਾਂ ਕੋਲੋਂ ਅਲੱਗ ਉਹ ਰਹਿਣ ਲੱਗ ਗਏ, ਇੱਧਰ ਅਪਾਰਟਮੈਂਟ ਲਈ ਇੱਧਰ ਰਹਿਣ ਲੱਗ ਗਏ। ਤੇ ਉਹਦੇ ਬਾਅਦ ਵਿੱਚ ਜੀ ਅਸੀਂ ਇੰਡੀਆ ਨੂੰ ਮੈਂ ਜਾਣ ਦੀ ਤਾਂ ਤਿਆਰੀ ਕਰਦਾ ਸੀ। ਜਦੋਂ ਮੈਂ ਪਾਸਪੋਰਟ ਦੇਖਿਆ ਤਾਂ ਉਹਨੇ ਵਿੱਚੋਂ ਕਾਗਜ਼ ਪਾੜ ਦਿੱਤੇ। ਅੱਛਾ, ਕਿਹਨੇ? ਆਪਣੇ ਰਿਸ਼ਤੇਦਾਰ ਨੇ? ਹਾਂਜੀ, ਉਹਨਾਂ ਨੇ ਕਾਗਜ਼ ਵਿੱਚੋਂ ਪਾੜ ਦਿੱਤੇ। ਤੇ ਫਿਰ ਮੈਂ ਜਦੋਂ ਟੇਟ ਲੈਣ ਤੋਂ ਪਹਿਲਾਂ ਫਿਰ ਮੈਂ ਪੁੱਛਿਆ, ਉਹ ਕਹਿੰਦੇ ਤੂੰ ਇੱਦਾਂ ਜਾ ਨਹੀਂ ਸਕਦਾ ਹੈਗਾ। ਤੇ ਹਾਂਜੀ, ਪੇਪਰ ਕਿੰਨੇ ਕਿਹਦੇ ਲਈ ਫਾਈਲ ਕੀਤੇ ਹੈਗੇ? ਜਨੈਕਸ਼ਨ ਮਾਰਨ ਲਈ। ਹਾਂਜੀ, ਉਹਨਾਂ ਨੇ ਕੀਤੇ ਸੀ, ਮੇਰੀ ਸਿਸਟਰ ਦੇ ਸੀ ਜੀ। ਸਿਸਟਰ ਨੇ, ਭਰਾ, ਭੈਣ ਨੇ ਭਰਾ ਦੇ ਕੀਤੇ ਹਨਾ? ਤੇ ਤੁਹਾਡਾ ਗ੍ਰੀਨ ਕਾਰਡ ਆ ਗਿਆ ਸੀਗਾ ਤੇ ਇੱਕ ਵਾਰੀ ਤੁਹਾਡਾ ਇਮੀਗ੍ਰੈਂਟ ਵੀਜ਼ਾ ਨਾ ਤੁਸੀਂ ਐਂਟਰ ਕਰ ਗਏ ਤਾਂ ਤੁਸੀਂ ਗ੍ਰੀਨ ਕਾਰਡ ਤੁਹਾਡਾ ਆ ਜਾਂਦਾ, ਉਹ ਪੇਪਰ ਪਾੜਨ ਦਾ ਕੁਝ ਨਹੀਂ ਹੋਣਾ। ਅੱਛਾ ਅੱਛਾ, ਚਲੋ ਜੀ, ਪਾਸਪੋਰਟ ਦੇ ਪੇਪਰ ਪਾੜ ਦਿੱਤੇ ਤੇ ਮੈਂ ਕਿਹਾ ਚਲੋ ਨਵਾਂ ਬਣਵਾ ਲੈਂਦੇ ਹਾਂ। ਤੇ ਜਦੋਂ ਨਵਾਂ ਬਣਾਉਣ ਨਹੀਂ ਦਿੱਤਾ ਤੇ ਉਹ ਫਿਰ ਨਾ ਇਨਕੁਆਇਰੀ ਰਹੀ ਤਾਂ ਉਹ ਕਹਿੰਦੀ ਤੁਹਾਡਾ ਪਹਿਲਾ ਪਾਸਪੋਰਟ ਬਣਿਆ ਆ। ਉਹ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ ਸਾਰੀ ਇਨਕੁਆਇਰੀ ਕਰਾ ਲਈ ਸੀ, ਕਹਿੰਦੇ ਤੁਹਾਡਾ ਪਾਸਪੋਰਟ ਪਹਿਲਾਂ ਕੋਈ ਨਹੀਂ ਬਣਿਆ, ਤੁਸੀਂ ਆਪਣਾ ਪਾਸਪੋਰਟ ਨਵਾਂ ਬਣਾਓ। ਮੈਂ ਜਦੋਂ ਇੱਥੇ ਆਇਆ ਤਾਂ ਨਵਾਂ ਬਣਾ ਕੇ ਆਇਆ ਸੀ ਤੇ ਉਹ ਮੇਰਾ ਵਾਪਸ ਆ ਗਿਆ ਜੀ। ਫਿਰ ਕਿੱਦਾਂ ਹੋ ਗਈ? ਨਹੀਂ, ਤੁਹਾਨੂੰ ਹੁਣ ਗ੍ਰੀਨ ਕਾਰਡ ਮਿਲ ਗਿਆ ਕਿ ਨਹੀਂ ਮਿਲਿਆ ਜੇ? ਉਹ ਤਾਂ ਜੀ ਜਦੇ ਮਿਲ ਗਿਆ ਸੀ, ਮੈਨੂੰ 4 ਸਾਲ ਹੋ ਗਏ, 5ਵਾਂ ਲੱਗ ਗਿਆ ਇਹਨੂੰ। ਫਿਰ ਕਰੋ ਹੁਣ, ਹੁਣ ਅਮਰੀਕਾ ਵਾਲੇ ਪਾਸਪੋਰਟ ਦੀ ਕਰੋ ਤਿਆਰੀ। 5 ਸਾਲ ਪਾਸਪੋਰਟ ਤੁਹਾਡੇ ਕੋਲ ਹੈਗਾ ਵਾ, ਗ੍ਰੀਨ ਕਾਰਡ ਤੁਹਾਡੇ ਕੋਲ ਹੈਗਾ, ਫਿਰ ਤੁਸੀਂ ਉਹ ਪੇਪਰਾਂ ਦੀ ਕੀ ਟੈਨਸ਼ਨ ਲੈਣੀ? ਉਹ ਤਾਂ ਵੀਜ਼ਾ ਸਟੈਂਪ ਹੁੰਦੀ ਆ, ਉਹਦਾ ਕੀ ਕਰਨਾ ਤੁਸੀਂ? ਅੱਛਾ, ਤੇ ਪਾਸਪੋਰਟ ਤੇ ਜਿਹੜਾ ਇੰਡੀਆ ਜਾਣਾ ਹੋਵੇ ਜੀ? ਇੰਡੀਆ ਵਾਲਾ ਪਾਸਪੋਰਟ ਪਾੜਤਾ ਕਹਿੰਦੇ, ਫੋਟੋ ਲੈ ਕੇ ਜਾਓ, ਤੁਹਾਨੂੰ ਉਹਦੀ ਕਾਹਦੀ ਟੈਨਸ਼ਨ ਆ? ਇੰਡੀਆ ਵਾਲਿਆਂ ਨੇ ਤਾਂ ਪਾਸਪੋਰਟ ਦੇਖ ਕੇ ਤੁਹਾਨੂੰ ਵਾੜਨਾ ਹੁੰਦਾ, ਜਿਹੜੇ ਅਮਰੀਕਾ ਵਾਲੇ ਉਹਨਾਂ ਦੇ ਗ੍ਰੀਨ ਕਾਰਡ ਵੇਖ ਕੇ ਵਾੜਨਾ। ਨਹੀਂ ਨਹੀਂ ਨਹੀਂ, ਇਹਨਾਂ ਦਾ ਇੰਡੀਆ ਵਾਲਾ ਪਾਸਪੋਰਟ ਪਾੜਤਾ ਸੀਗਾ ਤੁਹਾਡਾ? ਹਾਂਜੀ ਹਾਂਜੀ ਹਾਂਜੀ, ਉਹ ਤੇ ਇੰਡੀਆ ਵਾਲਾ ਜਿਹੜੀ ਸੈਨ ਫ੍ਰਾਂਸਿਸਕੋ ਵਾਲੀ ਬਣਾਉਂਦੇ ਨਹੀਂ ਦੁਬਾਰਾ? ਨਹੀਂ ਬਣਾ ਲਿਆ ਇਹਨਾਂ ਨੇ, ਕਹਿੰਦੇ ਨਵਾਂ ਬਣਾ ਲਿਆ ਇਹਨਾਂ ਨੇ। ਤੁਸੀਂ ਜਿਹੜਾ ਆਪਣਾ ਅੰਬੈਸੀ ਚ ਪੇਪਰ ਤੁਸੀਂ ਆਪ ਨੀ ਭਰੇ? ਡੀਐਸ ਜਿਹੜੀ ਵੀਜ਼ੇ ਦੀ ਐਪਲੀਕੇਸ਼ਨ ਹੁੰਦੀ ਆ ਸਾਰਾ ਕੁਛ ਜੀ ਆਪੇ ਕੀਤਾ ਜੀ। ਬੰਬੇ ਹੋਇਆ ਜੀ, ਸਾਰਾ ਕੰਮ ਹੋਇਆ ਤਾਂ ਜਲੰਧਰ ਆਏ ਤੁਸੀਂ ਉਸ ਪਾਸਪੋਰਟ ਤੇ ਗੱਲ ਕਰੋ ਫਿਰ ਇੰਡੀਆ ਵਾਲੇ ਤੁਸੀਂ ਨਾ। ਸਾਰੇ ਤੁਹਾਡੇ ਇੰਡੀਆ ਚ ਕੰਪਲੀਟ ਸੀਗੇ ਨਵੇਂ ਪਾਸਪੋਰਟ ਦੇ ਹਨਾ? ਹਾਂਜੀ ਹਾਂਜੀ, ਸਾਰਾ ਜੀ ਉਸ ਸਾਰਾ ਕੁਝ ਪਹਿਲਾ ਪਾਸਪੋਰਟ ਬਣਿਆ ਸੀਗਾ ਤੇ ਤੁਸੀਂ ਜਦੋਂ ਆਪਣਾ ਨਵਾਂ ਪਾਸਪੋਰਟ ਬਣਾਇਆ ਸੀ ਤੁਸੀਂ ਦੱਸਿਆ ਨਹੀਂ ਕਿ ਪਹਿਲਾਂ ਪਾਸਪੋਰਟ ਬਣਿਆ ਵਾ? ਜਲੰਧਰ ਜਾ ਕੇ ਇਨਕੁਆਇਰੀ ਕਰਕੇ ਆਏ, ਉਹ ਕਹਿੰਦੇ ਤੁਹਾਡਾ ਪਾਸਪੋਰਟ ਕੋਈ ਕੁਛ ਨਹੀਂ ਬਣਿਆ ਤੁਹਾਡਾ, ਤੁਸੀਂ ਦੁਬਾਰਾ ਨਵੇਂ ਸਿਰੋਂ ਬਣਾਓ। ਯਾਰ ਆ ਤੁਸੀਂ ਅਮਰੀਕਾ ਗਏ ਪਾਸਪੋਰਟ ਤੇ ਇਹ ਕਿੱਦਾਂ ਕਹੀ ਜਾਂਦੇ? ਇਹ ਤਾਂ ਤੁਸੀਂ ਫਸ ਗਏ ਇੰਡੀਆ ਵਾਲਿਆਂ ਦੇ ਚੱਕਰਾਂ ਚ, ਜਿੱਥੇ
ਇੱਕ ਮਹਿਕਮੇ ਨੇ ਤੁਹਾਨੂੰ ਕਿਹਾ ਨਹੀਂ ਬਣਿਆ ਤੂੰ ਨਵਾਂ ਬਣਾ ਤੂੰ ਹਿਓ ਬਣਾ ਲਿਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਤੇ ਹੁਣ ਉਹ ਤੁਹਾਡੇ ਗੱਲ ਉਹਨਾਂ ਨੇ ਸੱਪ ਪਾਤਾ ਤੁਸੀਂ ਪਤਾ ਕੀ ਕਰੋ ਸੌਖਾ ਕੰਮ ਇਹ ਆ ਪੰਜ ਸਾਲ ਹੋ ਚੱਲੇ ਇਹਨਾਂ ਨੂੰ ਤੇ ਉਹ ਅਮਰੀਕਾ ਵਾਲਾ ਪਾਸਪੋਰਟ ਬਣਾਓ ਤੇ ਵੀਜ਼ਾ ਲਵਾ ਕੇ ਜਾਓ ਹਾਂਜੀ ਇਹੀ ਕੰਮ ਸੌਖਾ ਜੋ ਹੁਣ ਤੁਹਾਡੇ ਲਈ ਬਾਕੀ ਪਤਾ ਨੀ ਹੁਣ ਤੁਸੀਂ ਕਿੱਥੋਂ ਕਿਹੜੀ ਕਿੱਦਾਂ ਸਲਾਹ ਲਈ ਹੋਊਗੀ ਉਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਕਿਸੇ ਨੂੰ ਵਿੱਚ ਪਾ ਕੇ ਕਰਨ ਲਏ ਸੀ ਆਪੇ ਕਰਦੇ ਸੀ ਕਿਵੇਂ ਕਰਦੇ ਸੀ ਹੁਣ ਕੋਈ ਹੋਰ ਬੰਦਾ ਲੱਭਣਾ ਪੈਣਾ ਤੁਹਾਨੂੰ ਜਿਹੜਾ ਏਜੰਟ ਲੱਭੋ ਕੋਈ ਜਿਹੜੇ ਹੁੰਦੇ ਆ ਕਮਿਊਨਿਟੀ ਵਾਲੇ ਹਾਂ ਪਾਸਪੋਰਟ ਵਾਲੇ ਉਹਨੇ ਮਸਲਾ ਹੱਲ ਕਰਾਉਣਾ ਕਮਾਲ ਹੀ ਆ ਵੈਸੇ ਵੀ ਉਸੇ ਪਾਸਪੋਰਟ ਤੇ ਆ ਗਏ ਤੇ ਹੁਣ ਕਹਿੰਦੇ ਉਹ ਪਾਸਪੋਰਟ ਬਣਿਆ ਨੀ ਹੈਗਾ ਆਹ ਹੁਣ ਤੁਸੀਂ ਦੇਖ ਲਓ ਵੀ ਉੱਥੇ ਦੀ ਕੀ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਨਹੀਂ ਇਹਨਾਂ ਦਾ ਹੁਣ ਜਿੱਦਾਂ ਇਹਨਾਂ ਦਾ ਪਾਸਪੋਰਟ ਸੀਗਾ ਰਾਈਟ ਆਏ ਆ ਹਾਂ ਉੱਥੇ ਕਲਰਕ ਕਲੁਰਕ ਨੇ ਕਿਸੇ ਨੇ ਆਲਸੀ ਬਣਾ ਕਰਤਾ ਉਹਨੇ ਨਵਾਂ ਹੀ ਬਣਾਤਾ ਜਿੱਦਾਂ ਪਹਿਲੀ ਵਾਰੀ ਬਣਿਆ ਵਾ ਪਿੱਛੋਂ ਬਣਿਆ ਸੀਗਾ ਉਹ ਦੋ ਦੋ ਬੋਲਦੇ ਆ ਕਿ ਪਤਾ ਨੀ ਬੋਲਦਾ ਹੀ ਕੋਈ ਨੀ ਪਤਾ ਨੀ ਕੀ ਹੁੰਦੇ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨੀ ਹੋਣੀ ਚਾਹੀਦੀ ਇਹਦੇ ਵਿੱਚ ਹਾਂ ਪਤਾ ਨੀ ਕਨਫਿਊਜ਼ ਕੀਤਾ ਤਾਂ ਤੁਸੀਂ ਕੋਈ ਬੰਦਾ ਚਾਹੀਦਾ ਲੱਭੋ ਵਿਚਾਲੇ ਵਾਲਾ ਏਜੰਟ ਜਿਹੜਾ ਗੱਲ ਆਇਆ ਮਸਲਾ ਹੁਣ ਤੁਹਾਡਾ ਕੁਲਵਿੰਦਰ ਹੈਲੋ ਹਾਂਜੀ ਭਾਅ ਜੀ ਮੈਂ ਕੁਐਸਚਨ ਸੀਗਾ ਕਿ ਮੇਰੀ ਕਜ਼ਨ ਆ ਉਹ ਇੱਥੇ ਕੈਲੀਫੋਰਨੀਆ ਰਹਿੰਦੀ ਆ ਤੇ ਉਹਦੇ ਜਿੱਦਾਂ ਮਾਮ ਡੈਡੀ ਉੱਥੇ ਕੈਨੇਡਾ ਸੀਗੇ ਜਿੱਦਾਂ ਉਹਦੇ ਸਾਰੇ ਭੈਣ ਭਰਾ ਇੱਥੇ ਰਹਿੰਦੇ ਆ ਤੇ ਉਹਨਾਂ ਨੇ ਜਿੱਦਾਂ ਆਪਣੇ ਮਾਮ ਡੈਡ ਦਾ ਕੀਤਾ ਸੀ ਅਪਲਾਈ ਪੱਕੇ ਤੌਰ ਤੇ ਜੀ ਤੇ ਉਹਨਾਂ ਨੂੰ ਮਾਮ ਨੂੰ ਜਿੱਦਾਂ ਵੀਜ਼ਾ ਦੇ ਦਿੱਤਾ ਤੇ ਡੈਡ ਦਾ ਉਹਨਾਂ ਨੇ ਡਿਨਾਈ ਕਰ ਦਿੱਤਾ ਕਿ ਜਿੱਦਾਂ ਉਹ 86 ਈਅਰ ਓਲਡ ਆ ਉਹਨਾਂ ਨੂੰ ਡਿਮੈਂਸ਼ੀਆ ਦੀ ਕਿ ਉਹਦੇ ਤੇ ਕੋਈ ਕ੍ਰਾਈਮ ਦਾ ਕੇਸ ਆ ਜਿੱਦਾਂ ਕਹਿੰਦੇ ਹੈਗਾ ਆ ਕੋਈ ਹਨਾ ਤੇ ਉਹਨੂੰ ਜਿੱਦਾਂ ਮੇਰਾ ਮਤਲਬ ਇੱਧਰ ਤੇ ਜਿੱਦਾਂ ਉਹ ਕਲੀਅਰ ਕਰਨ ਵਾਸਤੇ ਜਿੱਦਾਂ ਵੀ ਕੋਈ ਹੈ ਕੋਈ ਆਪਸ਼ਨ ਜਿੱਦਾਂ ਨਹੀਂ ਕ੍ਰਾਈਮ ਦਾ ਕਿਹੜਾ ਕ੍ਰਾਈਮ ਆ ਉਹਨਾਂ ਦੇ ਉੱਤੇ ਉਹ ਵੀ ਦੱਸੋ ਪਹਿਲਾਂ ਕ੍ਰਾਈਮ ਦਾ ਹੈਗਾ ਕਿ ਜਿੱਦਾਂ ਉਹ ਜਿੱਦਾਂ ਇਹ 86 ਈਅਰ ਓਲਡ ਆ ਤੇ ਉਹ ਜਿੱਦਾਂ ਸੀਗਾ ਕਿ ਸਟੋਰ ਜਿੱਦਾਂ ਜਿਹੜਾ ਕਿ ਲੇਡੀਜ਼ ਦਾ ਇੱਕ ਕੁੜੀ ਹੁੰਦਾ ਉੱਥੇ ਕੋਈ ਕੁੜੀ ਕੰਮ ਕਰਦੀ ਸੀ ਤੇ ਉਸ ਸਟੋਰ 'ਚ ਚਲੇ ਗਿਆ ਜਿੱਦਾਂ ਉਹ ਅੱਛਾ ਠੀਕ ਹੈ ਤੁਸੀਂ ਨਾ ਇਹਦਾ ਜਿਹੜਾ ਇਹ ਕੈਨੇਡਾ ਦੇ ਵਿੱਚ ਹੈ ਨਾ ਰੈਕਰਡ ਇਹ ਹਾਂਜੀ ਉਹ ਸਿਟੀਜ਼ਨ ਆ ਕੈਨੇਡਾ ਦੇ ਤੁਸੀਂ ਇਹਦਾ ਹੁਣ ਮੈਨੂੰ ਪਤਾ ਨਹੀਂ ਕਿ ਇਹ ਨਾ ਤੁਸੀਂ ਉੱਥੇ ਜਿਹੜਾ ਕ੍ਰਿਮੀਨਲ ਲਾਇਰ ਵਗੈਰਾ ਕੈਨੇਡਾ ਦਾ ਨਾ ਉਹਨਾਂ ਕਰਕੇ ਆਪਣਾ ਰੈਕਰਡ ਰੁਕੜ ਜਿਹੜਾ ਕਲੀਅਰ ਕਰਾਓਗੇ ਕਿੱਦਾਂ ਵਾ ਆਪਾਂ ਉੱਥੇ ਹੀ ਵਾਜੀ ਕੀਤਾ ਕਈ ਕੁਛ ਤੇ ਉਹ ਸਾਨੂੰ ਜਿੱਦਾਂ ਕੁਛ ਨਹੀਂ ਦਿੰਦੇ ਬਹੁਤ ਪੈਸਾ ਉਹਨਾਂ ਨੇ ਲਗਾ ਦਿੱਤਾ ਤੇ ਉਹ ਜਦੋਂ ਬਾਰਡਰ ਤੋਂ ਜਿੱਦਾਂ ਵੀ ਜਿੱਦਾਂ ਮਤਲਬ ਲੰਘਣ ਲਈ ਵੀ ਦਿੰਦੇ ਨੀ ਹੈਗੇ ਜਿੱਦਾਂ ਤੇ ਉਹ ਕਹਿੰਦੇ ਕਿ ਮੈਨੂੰ ਹੁਣ ਪਤਾ ਨੀ ਨਾ ਕਿ ਕਾਹਦਾ ਮਤਲਬ ਕ੍ਰਾਈਮ ਕੀ ਉਹਨਾਂ ਨੇ ਚਲੋ ਠੀਕ ਹੈ ਬਾਹਲੀ ਤਾਂ ਮੈਂ ਹੁਣ ਤੁਹਾਡੀ ਇਨਫੋਰਮੇਸ਼ਨ ਨਹੀਂ ਲੈਣਾ ਚਾਹੁੰਦਾ ਉਹਦੇ ਬਾਰੇ ਪਰ ਇਸ ਵਿੱਚ ਮਾਈਨਰ ਇਨਵੋਲਡ ਸੀਗਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀ ਨਹੀਂ ਜਿੱਦਾਂ ਮਤਲਬ ਅੰਦਰ ਹੀ ਗਏ ਉਹਨਾਂ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਜਿੱਦਾਂ ਹੈਗੀ ਕਿ ਜਿੱਦਾਂ ਹਾਂਜੀ ਰੋਕ ਟੋਕ ਕਰ ਦਿੰਦੇ ਚਾਈਲਡ ਮੋਲੈਸਟੇਸ਼ਨ ਪਤਾ ਨੀ ਹੁਣ ਪਤਾ ਨੀ ਨਾ ਵੀ ਕਿੱਦਾਂ ਦਾ ਕੋਈ ਕੇਸ ਹੋਵੇ ਮੇਰਾ ਇਹੀ ਕੁਐਸਚਨ ਸੀਗਾ ਕਿ ਜਿੱਦਾਂ ਮੇਰਾ ਮਤਲਬ ਉਹ ਫਿਰ ਕਲੀਅਰ ਕਾਨੂੰਨ ਕੈਨੇਡਾ ਦੇ ਵਿੱਚ ਲਾਇਰ ਕੀਤਾ ਸੀਗਾ ਉਹਨਾਂ ਨੇ ਉਹ ਕਹਿੰਦੇ ਹੈਗੇ ਕਿ ਸਾਡਾ ਕੋਈ ਰੌਲਾ ਨੀ ਹੈਗਾ ਜਿੱਦਾਂ ਅਮਰੀਕਾ ਤੋਂ ਬਾਰਡਰ ਨਹੀਂ ਕ੍ਰੋਸ ਕਰਨ ਦਿੰਦੇ ਹੈਗੇ ਅਮਰੀਕਾ ਵਾਲੇ ਤੇ ਉਹਦੇ ਨਾ ਉਹਨਾਂ ਦੀ ਕਨਵਿਕਸ਼ਨ ਹੋਈ ਸੀਗੀ ਕਿ ਉਹਨਾਂ ਨੂੰ ਕਲੀਨ ਚਿੱਟ ਮਿਲੀ ਸੀਗੀ ਉਹ ਕਨਵਿਕਸ਼ਨ ਹੋਈ ਸੀਗੀ ਨਹੀਂ ਫਿਰ ਕਿੱਦਾਂ ਕੈਨੇਡਾ ਚ ਰੌਲਾ ਉਹਦੀ ਜਿਹੜੀ ਕਨਵਿਕਸ਼ਨ ਆ ਜੇ ਸਟੈਂਡ ਕੀ ਮਤਲਬ ਫੈਲਨੀਅਸ ਕਨਵਿਕਸ਼ਨ ਸੀਗੀ ਕੀ ਸੀਗਾ ਹਾਂਜੀ ਜਿੱਦਾਂ ਉਹਨਾਂ ਨੂੰ ਜਿੱਦਾਂ ਫਿਰ ਉਹਨਾਂ ਨੇ ਪੁਲਿਸ ਸਜ਼ਾ ਵੀ ਹੋਈ ਸੀਗੀ ਪਹਿਲੀ ਗੱਲ ਤਾਂ ਫੇਅਰ ਐਂਡ ਸਕੁਅਰ ਇਹਨਾਂ ਦੀ ਕਨਵਿਕਸ਼ਨ ਜਿਹੜੀ ਹੋਈ ਆ ਜੇ ਫੈਲਨੀ ਹੈਗੀ ਆ ਤਾਂ ਬੰਦਾ ਆ ਨੀ ਸਕਦਾ ਅਮਰੀਕਾ ਬੋਟਮ ਲਾਈਨ ਇਹ ਉਹ ਜਿਹੜਾ ਉਦੋਂ ਤੁਸੀਂ ਸੋਚਣਾ ਹੁੰਦਾ ਕਿ ਕੇਸ ਨੂੰ ਲੜਨਾ ਲੜ ਕੇ ਤੁਸੀਂ ਕੰਪਲੀਟ ਡੀਲ ਲੈਣੀ ਹੁੰਦੀ ਆ ਪ੍ਰੀ ਡੀਲ ਦਾ ਮਤਲਬ ਆ ਕਿ ਮੈਨੂੰ ਹੁਣ ਪਤਾ ਨੀ ਕਿਹੜੇ ਹਿਸਾਬ ਨਾਲ ਇਹਨਾਂ ਨੇ ਕੇਸ ਆਪਣਾ ਸੈਟਲ ਕੀਤਾ ਵਾ ਤੇ ਉਹਨੂੰ ਹੁਣ ਜੇ ਕੋਈ ਰੀਓਪਨ ਰੂਪਨ ਹੋ ਸਕਦਾ ਈਵਨ ਉਹ ਕੈਨੇਡਾ ਲਈ ਕਲੀਅਰ ਕਰੂਗਾ ਪਰ ਅਮਰੀਕਾ ਦੇ ਪਰਸਪੈਕਟਿਵ ਤੋਂ ਜਿਹੜਾ ਲੌਂਗ ਸਟੋਰੀ ਸ਼ਾਰਟ ਇਹ ਆ ਕਿ ਇੱਕ ਤਾਂ ਫੈਲਨੀ ਆ ਤੇ ਦੂਜਾ ਮਾਈਨਰ ਇਹਦੇ ਵਿੱਚ ਇਨਵੋਲਵਡ ਆ ਤੇ ਇਹਦੇ ਵੀਜ਼ਾ ਨਹੀਂ ਉਹਨਾਂ ਨੇ ਦੇਣਾ ਤੁਹਾਨੂੰ ਜੀ ਐਡਮ ਵਾਲਸ਼ ਐਕਟ ਨਵਦੀਪ ਹਾਂਜੀ ਨਵਦੀਪ ਬੋਲੋ ਜੀ ਬੋਲੋ ਸਵਾਲ ਪੁੱਛੋ ਚਲੋ ਜੀ ਅਗਲੇ ਕਾਲਰ ਅਰਸ਼ਦੀਪ
ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਕਿ ਕੈਨੇਡੀਅਨ ਜਿੱਦਾਂ ਸਿਟੀਜ਼ਨ ਆਪਾਂ ਵਰਕ ਪਰਮਿਟ ਮਿਲ ਸਕਦਾ ਕੈਲੀਫੋਰਨੀਆ ਚ, ਜਿੱਦਾਂ ਕਿ ਟਰਾਂਸਪੋਰਟ ਕੰਪਨੀ ਚ ਹੋ ਜਾ, ਉੱਥੇ ਕੋਈ ਮੈਨੇਜਮੈਂਟ ਦੀ ਪੋਜੀਸ਼ਨ ਜਾਂ ਕੋਈ ਹੋਰ ਚੀਜ਼ ਹੋ ਸਕਦੀ? E2 ਵੀਜ਼ਾ ਤੁਹਾਨੂੰ ਲੈਣਾ ਪੈਣਾ, ਕੰਪਨੀ ਖੋਲ ਕੇ ਇਨਵੈਸਟਮੈਂਟ ਕਰਨੀ ਪੈਣੀ ਹੈ $1.5-2 lakh. ਤਰਲੋਕ ਚੀਮਾ ਜੀ, ਸਰ ਜੀ ਮੇਰਾ ਸਵਾਲ ਇਹ ਹੈ ਜੀ, ਮੈਂ ਸਿਟੀਜ਼ਨ ਹਾਂ ਤੇ 2010 ਦੇ ਜਨਵਰੀ ਚ ਮੈਂ ਆਪਣੀ ਲੜਕੀ ਦਾ ਅਪਲਾਈ ਕੀਤਾ ਹੈ ਜਿਹੜੀ ਵਿਆਹੀ ਆ ਇੰਡੀਆ ਚ ਜੀ, ਤੇ ਮੈਂ ਵੈਲਕਮ ਲੈਟਰ ਲਿਖਣ ਡਿਆ ਜਨਵਰੀ ਤੋਂ ਹੁਣ ਮਾਰਚ ਤੱਕ ਨਿਕਲਿਆ ਇਹ ਕੇਸ ਤੇ ਮੈਨੂੰ ਵੈਲਕਮ ਲੈਟਰ ਨਹੀਂ ਆ ਰਿਹਾ। ਨਹੀਂ 2009 ਦੇ ਚੱਲਦੇ ਆ, ਤੁਸੀਂ ਦੱਸਦਾ ਕੀਤੇ, ਥੋੜੀ ਤੁਹਾਨੂੰ ਵੇਟ ਕਰਨੀ ਪੈਣੀ ਹੈ। ਇਹ ਪੇਪਰ ਫਾਈਲਿੰਗ ਦੀ ਡੇਟ ਤੇ ਮਾਰਚ ਤੱਕ ਆ ਗਈ। ਜਿਹੜਾ ਭਾਜੀ ਤੁਹਾਡੇ ਨਾਲ ਪਰਸਨਲ ਦੁਸ਼ਮਣੀ ਆ, ਮੈਂ ਤਾਂ ਹੁਣ ਜਿਹੜਾ ਰੈਕਰਡ ਜਿਹੜਾ ਉੱਥੋਂ ਦੀ ਆ ਉੱਥੋਂ ਹੀ ਦੱਸ ਰਿਹਾ ਵਾ ਹੁਣ, ਤੇ ਤੁਹਾਨੂੰ ਵੇਟ ਕਰੋ ਥੋੜੀ ਜੀ, ਜਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ, ਦੋ ਹੀ ਤਰੀਕੇ ਆ ਜੀ। ਮੇਰਾ ਤੁਹਾਨੂੰ ਹੁਣ ਤੁਹਾਡੇ ਨਾਲ ਕੋਈ ਬਹਿਸ ਹੈਗੀ, ਮੈਂ ਤਾਂ ਤੁਸੀਂ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੱਤਾ। ਉਹਨਾਂ ਨੂੰ ਈਮੇਲ ਕੀਤੀ ਸੀ ਤੇ ਉਹਨਾਂ ਨੇ ਨਾ ਬੰਬੇ ਦਾ ਨੰਬਰ ਤੇ ਦੇਤਾ ਤੇ ਐਨੀ ਮਸ਼ੀਨ ਨੂੰ ਫਿਰ ਤੁਹਾਡਾ ਕੇਸ ਭੇਜਤਾ ਤੇ ਫੀਸਾਂ ਭਰੋ ਤੇ ਫੀਸਾਂ ਆਪਾਂ ਭਰ ਨਹੀਂ ਸਕਦੇ ਜਿੰਨੇ ਚਿਰ ਸਾਨੂੰ ਨੰਬਰ ਨਹੀਂ ਮਿਲਦਾ ਜੀ। ਉਹ ਹਾਂਜੀ ਉਹ ਤੁਹਾਨੂੰ ਤਾਂ ਨਹੀਂ ਮਿਲਦਾ ਕਿਉਂਕਿ ਜਿਹੜੀ ਐਕਚੁਅਲ ਵੀਜ਼ਾ ਜਿਹੜੀ ਇਸ਼ੂਐਂਸ ਹੈਗੀ ਆ ਉਹ April 2009 ਦੀਆਂ ਡੇਟਾਂ ਜਿਹੜੀਆਂ ਚੱਲਦੀਆਂ ਪਈਆਂ, ਉਹ ਜਿਹੜਾ ਤੁਸੀਂ ਚਾਰਟ ਦੇਖਣ ਦੇ ਨਾ March 2010 ਵਾਲਾ, ਉਹ ਹੁੰਦਾ ਕਿ ਉਹ ਐਡਵਾਂਸ ਚ ਥੋੜੇ ਜਿਹੇ ਕੇਸ ਪਹਿਲਾਂ ਇਨਟੇਕ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਉਹ ਫੀਸਾਂ ਤੁਹਾਨੂੰ ਵੇਟ ਕਰੋ ਥੋੜੀ ਜੀ, April 2009 ਚੱਲਦਾ ਵਾ ਜਦੋਂ ਤੁਹਾਡਾ ਡੇਟ ਜਦੋਂ ਕਰੰਟ ਹੋ ਗਈ, ਉਹ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਜ਼ਰੂਰ ਕਹਿ ਸਕਦੇ ਹੱਕ ਨਾ ਕਿ ਯਾਰ ਮੇਰੀ ਡੇਟ ਕਰੰਟ ਹੋ ਗਈ, ਤੁਸੀਂ ਕਿੱਦਾਂ ਨੀ ਮੈਨੂੰ ਨੰਬਰ ਦਿੱਤਾ। ਦੇਖੋ ਇਹ ਅਸੀਂ ਤੁਹਾਡਾ ਡਿਲੇ ਕਰਾ ਕੇ ਕੀ ਲੈਣਾ, ਜੋ ਹੈਗਾ ਆ ਜਦ ਵਕੀਲ ਦੀ ਮੰਨ ਲਓ ਜੇ ਆਪਣੀ ਤੁਸੀਂ ਕਰਨੀ ਆ ਫਿਰ ਉਹਨਾਂ ਦੇ ਨਾਲ ਇੱਦਾਂ ਕੰਟੈਕਟ ਕਰਕੇ ਦੇਖ ਲਓ। ਮੈਂ ਤੁਹਾਨੂੰ ਪ੍ਰੋਸੀਜਰ ਹੀ ਦੱਸਣਾ ਕਿੱਦਾਂ ਇਹਦੇ ਵਿੱਚ, ਕੋਈ ਉਹਨਾਂ ਨੇ ਕਿਹੜਾ ਨਾਲੇ ਤੁਹਾਨੂੰ ਕੋਈ ਉਹ ਆ ਕਿ ਜਿਹੜਾ ਚਾਰਟ ਏ ਆ ਚਾਰਟ ਬੀ ਆ ਤੇ ਚਾਰਟ ਏ ਜਿਹੜਾ ਅਸਲੀ ਚਾਰਟ ਹੁੰਦਾ ਵਾ ਉਹਦੇ ਵਿੱਚ April 22 ਤੇ 2009 ਚੱਲਦਾ ਪਿਆ, ਬਸ ਉਹ ਤੋਂ ਉਹਦੇ ਹਿਸਾਬ ਨਾਲ ਦੇਖ ਲਓ। ਅਗਲੇ ਕਾਲਰ ਨੇ ਗੁਰਕੀਰਤ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਮੇਰਾ ਸਵਾਲ ਹੈ ਜਿੱਦਾਂ ਮੇਰਾ ਅਸਾਈਲਮ ਪਾਸ ਹੋ ਗਿਆ ਸੀ 2022 ਦੇ ਵਿੱਚ ਸਤੰਬਰ ਚ, ਮੈਂ ਟਰੈਵਲ ਡਾਕੂਮੈਂਟ ਹੁੰਦੇ ਉਹ ਅਪਲਾਈ ਕੀਤੇ ਸੀਗੇ, ਉਹ ਆਏ ਨੀ ਹਜੇ ਤੱਕ ਜੀ। ਕਦੋਂ ਫਾਈਲ ਕੀਤੇ ਹੈਗੇ? ਸਤੰਬਰ ਐਂਡ ਚ ਕਰ ਦਿੱਤੇ ਸੀਗੇ 2022 ਚ। ਫੋਲੋ ਅਪ ਕਰੋ ਭਾਜੀ ਉਹਨਾਂ। ਓਕੇ ਐਂਡ ਸੈਕਿੰਡ ਭਾਈ, ਜਿੱਦਾਂ ਬੌਂਡ ਵਗੈਰਾ ਦਾ ਕੀ ਹੁੰਦਾ, ਜਿੱਦਾਂ ਬੌਂਡ ਆ ਥੋੜਾ ਜਿਹਾ ਆਪਣਾ ਤੇ ਉਹ ਕਿੱਦਾਂ ਮਿਲੇਗਾ ਆਪਾਂ ਨੂੰ? ਆਫਟਰ ਗ੍ਰੀਨ ਕਾਰਡ ਮਿਲੇਗਾ ਜਾਂ ਆਪਾਂ ਨੂੰ? ਨਹੀਂ ਉਹ ਮਿਲ ਜਾਣਾ ਚਾਹੀਦਾ ਸੀ, ਉਹਨੂੰ ਵੀ ਫੋਲੋ ਅਪ ਕਰੋ, ਉਹ ਤਾਂ ਐਡੀ ਦੇਰ ਲੱਗ ਗਈ ਹੁਣ ਤੱਕ ਤਾਂ ਜਾਣਾ ਚਾਹੀਦਾ ਸੀ ਸਾਲ ਤੱਕ। ਲੈਟਰ ਨਹੀਂ ਆਈ ਭਾਈ, ਮੈਂ ਆਈਸ ਵਾਲਿਆਂ ਦੇ ਵੀ ਗਿਆ, ਉਹ ਕਹਿੰਦੇ ਵੀ ਮਤਲਬ ਕਿ ਤੁਸੀਂ ਦੁਬਾਰੇ ਆਇਓ, ਦੋ ਵਾਰੀ ਜਾ ਆਇਆ, ਕੋਈ ਗੱਲਬਾਤ ਮਤਲਬ ਸੁਣਦੇ ਨਹੀਂ ਆ। ਮੈਨੂੰ ਯਾਰ ਇਹਦਾ ਨਾ ਚੇਤਾ ਭੁੱਲ ਗਿਆ, ਕਿਸੇ ਨੇ ਫੋਨ ਕਰਕੇ ਦੱਸਿਆ ਹੈਗਾ ਸਾਨੂੰ ਇੱਕ ਵਾਰੀ ਕਿ ਕਿਹੜਾ ਵਾਲਾ ਦਫ਼ਤਰ ਗੱਲਬਾਤ ਸੁਣਦਾ ਵਾ, ਤੇ ਤੁਸੀਂ ਹਾਂਜੀ ਦੁਬਾਰਾ ਫਿਰ ਵੱਡਾ ਦਫ਼ਤਰ ਤਾਂ ਮੇਨ ਇਹਨਾਂ ਦਾ ਸੈਨ ਫ੍ਰਾਂਸਿਸਕੋ ਸੈਂਸਮ ਸਟਰੀਟ ਤੇ ਆ, ਉੱਥੇ ਚੱਲ ਜਾਓ ਜੇ ਉੱਥੇ ਗੱਲ ਸੁਣਦੇ ਆ, ਜਾਂ ਫਿਰ ਜਿਹੜਾ ਵੀ ਤੁਹਾਡੇ ਲਾਗੇ ਬੰਨੇ ਪੈਂਦਾ। ਦੋ ਵਾਰੀ ਜਾ ਕੇ ਆਇਆ, ਕੋਈ ਮਤਲਬ ਸੁਣ ਲਈ ਆਪਾਂ ਕੋਰਟ ਵੱਲੋਂ ਜਾਂ ਲੈਟਰ ਲਾਈਏ ਕੋਈ ਜਾਂ ਕੁਛ ਇਦਾਂ ਹੋ ਸਕਦਾ? ਨਹੀਂ ਕੋਰਟ ਦਾ ਬੌਂਡ ਬੁੰਡ ਨਾ ਕੋਈ ਨਹੀਂ, ਉਹਨਾਂ ਨੇ ਕੇਸ ਜੱਜ ਨੇ ਪਾਸ ਕਰਨਾ, ਜੱਜ ਦਾ ਸ਼ਾਹੀ ਬੰਦਾ ਵਾ, ਉਹਦਾ ਕੋਈ ਨਹੀਂ, ਉਹਦਾ ਅਗਲਾ ਕੇਸ ਤੇ ਮੂਵ ਆਨ ਹੋ ਗਿਆ ਵਾ, ਆਈ ਸਾ ਇਹਨਾਂ ਨੇ ਤੁਹਾਨੂੰ ਡੀਲ ਕਰਨਾ ਪੈਣਾ। ਜੇ ਕਿਸੇ ਨੂੰ ਪਤਾ ਹੋਇਆ ਤੇ ਭਾਈ ਦੱਸ ਦਿਓ। ਚੱਕਰ ਜ਼ਰੂਰ ਹੋ ਸਕਦਾ ਕਿ ਪਹਿਲੀ ਗੱਲ ਏਦਾਂ ਵਾ ਕਿ ਜਿਹੜਾ ਗਰੰਟਰ ਆ ਜਿਹੜਾ ਉਹਨੂੰ ਜਾਂਦਾ ਹੁੰਦਾ ਚੱਕ, ਉਹਦੇ ਪੈਸੇ ਆ ਉਹ ਜੇ ਆਪਣੇ ਕੋਲੋਂ ਦਿੱਤੇ ਸੀ ਫਿਰ ਤੁਹਾਨੂੰ ਹੁਣ ਫਿਰ ਕੀ ਘੁਮਾਈ ਜਾਂਦਾ ਹੋਵੇਗਾ, ਚੈੱਕ ਚੁੱਕ ਕੈਸ਼ ਕਰਕੇ ਆਪਣਾ ਤੇ ਗਰੰਟਰ ਨੂੰ ਨਾਲ ਲੈ ਕੇ ਜਾਓ ਆਪਣੇ, ਤੇ ਉਹ ਤੋਂ ਵੀ ਪੁੱਛੋ ਕਿ ਉਹਨੇ ਕਿ ਆਪਣੇ ਲੈਵਲ ਤੇ ਨਾ ਕਿਤੇ ਤੁਹਾਡਾ ਚੈੱਕ ਖਾ ਗਿਆ ਹੋਵੇ। ਇਹ ਹੁਣ ਪਤਾ ਕਰ ਲਿਓ ਜੀ। ਸੁਖਵਿੰਦਰ
ਅੱਛਾ ਜੀ, ਮੇਰਾ ਕੁਐਸਚਨ ਇਹ ਹੈ, ਮੇਰੇ ਫਾਦਰ ਨੇ ਨਾ ਮੇਰੀ ਸਿਸਟਰ ਦਾ 2014 ਚ ਕੀਤਾ ਸੀ ਅਪ੍ਰੈਲ ਵਿੱਚ, ਤੇ ਉਹਨਾਂ ਦੀ ਸਿਰਫ ਨਾ ਜਿਹੜੀ ਆਪਣੀ ਜਦੋਂ ਫੀਸ ਭਰਦੇ ਉਹ ਵੀ ਲੈਟਰ ਆਈ, ਸੋ ਉਸ ਤੋਂ ਬਾਅਦ ਵਿੱਚ ਸਾਨੂੰ ਕੋਈ ਲੈਟਰ ਵੀ ਨਹੀਂ ਮਿਲੀ। ਤੇ ਦੂਸਰਾ ਮੇਰਾ ਕੁਐਸਚਨ ਹੈ ਕਿ ਉਹ ਵਿਡੋ ਸੀਗੀ ਜਿਹੜਾ F3, ਉਹਨੇ F3 ਵਿੱਚ ਕੈਟਾਗਰੀ ਚ ਪਾਇਆ, ਤੇ ਕੀ ਸਾਨੂੰ ਉਹਨੂੰ F1 ਕੈਟਾਗਰੀ ਚ ਰਿਮੂਵ ਕਰਾਉਣਾ ਚਾਹੀਦਾ ਕਿ ਸਾਨੂੰ ਕੀ ਕਰਨਾ ਚਾਹੀਦਾ? ਹਾਂਜੀ ਹਾਂਜੀ, ਜੇ ਵਿਡੋ ਹੋ ਗਈ ਹੈ ਤਾਂ ਉਹਨੂੰ ਆਪਣਾ ਬਿਲਕੁਲ ਉਹਦਾ ਤੁਹਾਨੂੰ ਡੈਥ ਸਰਟੀਫਿਕੇਟ ਵਗੈਰਾ ਦੇ ਕੇ ਤੇ F1 ਕੈਟਾਗਰੀ ਚ ਕਨਵਰਟ ਕਰਾਓ। ਗੁਰਦੀਪ ਹਾਂਜੀ, ਗੁਰਦੇਵ ਜੀ ਸਤਿ ਸ੍ਰੀ ਅਕਾਲ ਜੀ। ਗੁਰਦੇਵ ਜੀ, ਹਾਂਜੀ, ਅਸੀਂ ਇੱਥੋਂ ਆਪਣੇ ਲੜਕੀ ਦਾ ਅਪਲਾਈ ਕੀਤਾ ਸੀਗਾ ਇੰਗਲੈਂਡ ਚ ਜੀ 14 ਵਿੱਚ, ਉਹ ਉਹਨਾਂ ਨੂੰ ਲੈਟਰ ਵੀ ਆ ਗਿਆ ਤੇ ਉਸ ਤੋਂ ਬਾਅਦ ਫਿਰ ਕੋਵਿਡ ਸ਼ੁਰੂ ਹੋ ਗਿਆ, ਉਦੋਂ ਬਾਅਦ ਕੋਈ ਲੈਟਰ ਨੀ, ਕੋਈ ਇਨਫੋਰਮੇਸ਼ਨ ਨੀ ਮਿਲਦੀ। ਕਿੰਨਾ ਟਾਈਮ ਲੱਗ ਸਕਦਾ? ਨਹੀਂ, ਆਪਣਾ ਅਪਲਾਈ ਕੀ ਕੀਤਾ ਸੀ, ਆਪਣਾ F3 ਕੈਟਾਗਰੀ ਚ ਕੀਤਾ ਸੀਗਾ। ਹਾਂਜੀ, ਇੱਥੇ ਪੱਕੇ ਤੌਰ ਤੇ ਸੁਦਿਆ ਸੀਗਾ, ਮੇਰੇ ਲੜਕਾ ਇੱਥੇ ਹੈਗਾ, ਸੁਜੀ ਜਾਨੇ ਆ। ਹਾਂਜੀ, ਕਿਹੜੇ ਸਾਲ ਫਾਈਲ ਕੀਤਾ ਸੀਗਾ? 14 ਚ 14 ਚ ਹਾਂਜੀ, 9 ਚੱਲਦਾ ਸੀ ਨਾ। ਫਾਦਰ ਨੇ ਡਾਟਰ ਲਈ ਕੀਤਾ ਨਾ? ਨਹੀਂ, ਫਾਦਰ ਨੇ ਡਾਟਰ ਲਈ ਨਹੀਂ ਕੀਤਾ, ਬ੍ਰਦਰ ਨੇ ਸਿਸਟਰ ਲਈ ਕੀਤਾ ਜੀ। ਹਾਂਜੀ, ਉਹ ਤਾਂ ਇੰਡੀਆ ਦੇ ਵਿੱਚ ਬੋਰਨ ਸੀਗੀ ਨਾ ਡਾਟਰ ਤੁਹਾਡੀ, ਉਹ 2005 ਚੱਲਦਾ ਜੇ, ਉਹ ਤਾਂ ਕਾਫੀ ਟਾਈਮ ਲੱਗਣਾ, ਜ਼ਿਆਦਾ ਸਮਾਂ ਨਹੀਂ। ਉਹ ਤਾਂ ਹੈਗੇ ਆ ਬ੍ਰਿਟਿਸ਼ ਇਸ ਵੇਲੇ, ਹੁਣ ਉਹ ਆਪਣੀ ਭੈਣ ਦੀ ਪਟੀਸ਼ਨ ਕੀਤੀ ਹੋਈ ਜੀ, ਉਹ ਹੈਗੀ ਇੰਡੀਆ ਚ ਤਾਂ, ਤੇ ਉਹਦੇ ਜਿੱਦਾਂ ਉਹਦਾ ਲੜਕਾ ਸੀਗਾ ਤੇ 9 ਤਾਂ ਦੋਨੋਂ ਮਤਲਬ ਐਕਸੀਡੈਂਟ ਹੋ ਗਏ ਆ, ਤੇ ਉਹਨਾਂ ਨੂੰ ਹੁਣ ਪੋਤਾ ਇੱਕ ਬਚਿਆ, ਤੇ ਉਹ ਕਿੱਦਾਂ ਲਿਖਾ ਸਕਦੇ, ਨਾਲ ਲਿਖਾ ਸਕਦੇ ਆਪਣੇ ਕਿ ਨਹੀਂ? ਤੁਸੀਂ ਕੀਤੀ ਸੀ ਆਪਣੀ ਸਿਸਟਰ ਦੀ ਪਟੀਸ਼ਨ? ਹਾਂਜੀ, ਤੇ ਸਿਸਟਰ ਦੀ ਡੈਥ ਹੋ ਗਈ ਰਾਈਟ? ਨਹੀਂ ਨਹੀਂ, ਉਹਦੇ ਮਤਲਬ 9 ਪੁੱਤ ਦੀ ਹੋਈ ਆ, ਮੇਰੀ ਸਿਸਟਰ ਦੀ 9 ਤਾਂ ਮੁੰਡਾ ਜਿਹੜਾ ਉਹਦੀ ਡੈਥ ਹੋ ਗਈ। ਇਹਨਾਂ ਦੀ ਸਿਸਟਰ ਦਾ ਪੋਤਾ ਆ ਤੇ ਹੁਣ ਉਹ ਹਾਂਜੀ ਉਹ ਪੋਤੇ ਦੇ ਮਾਂ ਭੇ ਨਹੀਂ ਹੈਗੇ। ਉਹ ਮੁੰਡਾ ਕਿੰਨੇ ਸਾਲ ਦਾ ਜਿਹਦੀ ਜਿਹੜਾ ਸਰਵਾਈਵਿੰਗ ਆ? ਉਹ ਹੈਗਾ ਜੀ 7 ਤੋਂ 8 ਸਾਲ ਦਾ। ਹਾਂਜੀ, ਉਹਨੂੰ ਨਾ ਉੱਥੇ ਲੀਗਲੀ ਜਿਹੜਾ ਹੈਗਾ ਉੱਥੇ ਕੋਰਟ ਦੇ ਵਿੱਚ, ਆਹ ਜਿਹੜੀ ਅਡਾਪਸ਼ਨ ਡੀਡ ਆ ਰਾਣੀ, ਕੋਰਟ ਦੇ ਵਿੱਚ ਜੱਜ ਦੇ ਕੋਲੋਂ ਜਿਹੜੀ ਆ ਅਡਾਪਸ਼ਨ ਜਿਹੜੀ ਕਰਾਉਣੀ ਪੈਣੀ ਆ ਉਹਨਾਂ ਨੂੰ ਪਹਿਲਾਂ। ਸੋ ਅਡਾਪਸ਼ਨ ਜਦੋਂ ਕਰਾਊਗੇ ਲੀਗਲ ਉਹਨਾਂ ਦੀ, ਜਦੋਂ ਅਡਾਪਸ਼ਨ ਹੋਊਗੀ ਤੇ 2 ਸਾਲ ਉਹ ਉਹਦੇ ਨਾਲ ਰਹਿ ਲੂਗੇ, ਤਾਂ ਉਹਨਾਂ ਦਾ ਇਮੀਗ੍ਰੇਸ਼ਨ ਪਰਪਸ ਲਈ ਉਹ ਉਹਨਾਂ ਦਾ ਜਵਾਕ ਮੰਨਿਆ ਫਿਰ ਜਾਊਗਾ, ਤੇ ਉਹਨੂੰ ਫਿਰ ਉਹ ਜਦੋਂ ਤੁਸੀਂ ਆਪਣੇ ਵਾਲੇ ਪ੍ਰੋਸੈਸ 'ਚ ਵੀ ਟਰਾਈ ਕਰ ਸਕਦੇ ਆ, ਤੇ ਉਸ ਤੋਂ ਬਾਅਦ ਜੇ ਨਹੀਂ ਉਹਨਾਂ ਨੇ ਕੀਤਾ ਤਾਂ ਫਿਰ ਉਹ ਐਜ਼ ਅ ਪਰਮਾਨੈਂਟ ਰੈਜੀਡੈਂਟ ਉਹਦੇ ਲਈ ਫਾਈਲ ਕਰ ਸਕਦੇ ਆ। ਸੋ ਇਹਦਾ ਸਟੈਪ ਇਹ ਹੈਗਾ ਕਿ ਇੱਦਾਂ ਨਾਂ ਨਹੀਂ ਲਿਖ ਹੋਣਾ ਸਿੱਧੇ ਲੀਗਲ, ਜਿਹੜੀ ਜੱਜ ਦੇ ਕੋਲ ਜਾ ਕੇ ਅਡਾਪਸ਼ਨ ਜਿਹੜੀ ਹੋਣੀ ਆ, ਅਡਾਪਸ਼ਨ ਡੀਡਲ ਹੀ ਨਹੀਂ ਚੱਲਣੀ। ਦੋ ਸਾਲ ਨਾਲ ਰਹਿਣਗੇ, ਰਹਿੰਦਾ ਤੁਸੀਂ ਕਹਿੰਦੇ ਵੀ ਨਾਲ ਹੀ ਆ, ਸੋ ਸਮਾਂ ਤਾਂ ਲੱਗ ਹੀ ਜਾਂਦਾ ਇਹੋ ਜਿਹੀਆਂ ਚੀਜ਼ਾਂ 'ਚ, ਤੇ ਜਦੋਂ ਆਊਗੀ ਵਾਰੀ ਫਿਰ ਉਹ ਵਿੱਚ ਅਪਡੇਟ ਹੋ ਜਾਊਗਾ। ਗੁਰਪਿੰਦਰ ਸਤਿ ਸ੍ਰੀ ਅਕਾਲ। ਮੇਰਾ ਸੋਰੀ, ਮੈਂ ਗ੍ਰੀਨ ਕਾਰਡ ਤੇ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ ਤੇ ਮੇਰਾ ਟਰੈਵਲ ਡਾਕੂਮੈਂਟ ਆ ਗਿਆ, ਮੈਂ ਪੁੱਛਣਾ ਸੀ ਮੈਂ ਉੱਥੇ ਟਰੈਵਲ ਕਰ ਸਕਦਾ ਹਾਂ, ਕੋਈ ਮੇਰੇ ਗ੍ਰੀਨ ਕਾਰਡ ਤੇ ਇਸ਼ੂ ਤਾਂ ਨਹੀਂ ਆਊਗਾ? ਕਿੱਥੇ ਨੂੰ ਜਾਣਾ ਚਾਹੁੰਦੇ ਹੋ? ਉੱਥੇ ਡਿਪੈਂਡ ਕਰਦਾ, ਯੂਰਪ ਜਾਣਾ ਚਾਹੁੰਦਾ ਚਾਹੇ ਕੈਨੇਡਾ ਚਾਹੇ ਇੰਡੀਆ ਤੋਂ ਲਾਦਾ ਕਿਸੇ ਵੀ ਕੰਟਰੀ। ਹਾਂਜੀ ਹਾਂਜੀ, ਬਸ ਵੀਜ਼ਾ ਲੈ ਕੇ ਜਾਣਾ ਉੱਥੇ, ਦਾ 2 ਨੰਬਰ 'ਚ ਨਹੀਂ ਜਾਣਾ, ਤੇ ਕੋਈ ਪ੍ਰੋਬਲਮ ਨਹੀਂ। ਟਰੈਵਲ ਡਾਕੂਮੈਂਟ ਦਾ ਮਕਸਦ ਇਹ ਹੀ ਹੁੰਦਾ, ਤੇ ਗ੍ਰੀਨ ਕਾਰਡ ਤੁਹਾਡਾ ਹੈਗਾ, ਨੋ ਪ੍ਰੋਬਲਮ, ਤੁਸੀਂ ਅਮਰੀਕਾ ਜਾ ਸਕਦੇ ਹੋ ਕਦੋਂ। ਠੀਕ ਹੈ ਜੀ। ਨਹੀਂ, ਟਰੈਵਲ ਡਾਕੂਮੈਂਟ ਆਇਆ, ਗ੍ਰੀਨ ਕਾਰਡ ਨਹੀਂ ਹਲੇ ਆਇਆ। ਐਡਵਾਂਸ ਪੈਰੋਲ ਵਗੈਰਾ ਫਾਈਲ ਕੀਤਾ ਸੀ ਕਿ ਨਹੀਂ ਕੀਤਾ ਹੈਗਾ? ਉਹ ਨਹੀਂ ਕੀਤਾ ਭਾਜੀ। ਹਾਂ ਨਹੀਂ, ਐਡਵਾਂਸ ਪੈਰੋਲ ਦੀ ਨਾ ਇੱਕ ਐਡਵਾਂਸ ਪੈਰੋਲ ਵੀ ਉਦਾਂ ਫਾਈਲ ਕਰਨਾ ਹੁੰਦਾ,
ਤੇ ਇਹਦੇ ਵਿੱਚ ਨਾ ਤੁਸੀਂ ਲੋਕਲ ਫੀਲਡ ਆਫਿਸ ਜਾ ਕੇ ਐਡਵਾਂਸ ਪੈਰੋਲ ਦੀ ਸਟੈਂਪ ਲਵਾ ਕੇ ਫੇਰ ਜਾਇਓ। ਮਿੰਟੂ ਸਿੰਘ ਭੁੱਲਰ ਜੀ, ਮੈਂ ਪਹਿਲਾਂ ਹੀ ਦੋ ਚਾਰ ਵਾਰੀ ਨਾਲ ਵੀਰ ਜੀ ਨਾਲ ਗੱਲ ਕੀਤੀ, ਪਰ ਭਾਜੀ ਮੈਨੂੰ 3.5 ਸਾਲ ਹੋ ਗਏ ਨੇ ਸੱਟ ਵੱਜੀ, ਤੇ 15 ਚ ਮੈਂ ਆਇਆ ਸੀ ਤੇ ਮੇਰੀ ਕੇਸ ਨੀ ਹਾਲੇ ਤੱਕ ਕੋਈ ਤਰੀਕ ਵੀ ਨੀ ਆਈ, ਤੇ ਮੈਂ ਕੀ ਕਰਾਂ ਇਸ ਮੁਤਲਕ? ਮੈਂ ਹਾਲੀ ਬੈਡ ਤੇ ਹੀ ਹਾਂ, ਬੈਡ ਤੇ ਨੀ ਵੈਸੇ ਲਗਾ ਫਿਰਨਾ, ਪਰ ਕੰਮ ਤੇ ਨੀ ਜਾ ਸਕਦਾ, ਸੱਟ ਜੇ ਬਾਂਹ ਟੁੱਟੀ ਹੈ, ਲੱਤ ਟੁੱਟੀ ਹੈ, ਐਵੇਂ ਜੀ। ਤੇ ਆਪਣੇ ਤੁਸੀਂ ਵੀਜ਼ੇ ਤੇ ਆਏ? ਮੈਂ ਆਇਆ, ਹਾਂਜੀ ਵੀਜ਼ੇ ਤੇ ਆਇਆ ਸੀਗਾ ਜੀ, 15 ਚ ਮੈਂ ਤੁਹਾਡੇ। ਹਾਂਜੀ ਆਪਣਾ ਕੇਸ ਲਾਅ ਸੂਟ ਕਰਕੇ ਆਪਣਾ ਜਿਹੜਾ ਹੈਗਾ ਉਹਨੂੰ ਤਰੀਕ ਛੇਤੀ ਲਿਆ ਸਕਦੇ ਹਾਂ। ਅੱਛਾ ਜੀ, ਸੱਟ ਸੁੱਟ ਵਾਲੇ ਕਰਕੇ ਤਾਂ ਨੀ ਉਹਨਾਂ ਨੇ ਕਰਨਾ, ਮੁਕੱਦਮਾ ਤੁਹਾਨੂੰ ਕਰਨਾ ਪੈਣਾ ਉਹਦੇ ਕਰਕੇ, ਉਹ ਤੇ ਕਰ ਸਕਦੇ। ਠੀਕ ਹੈ, ਹਾਲੇ ਤਾਂ ਕੋਈ ਤਰੀਕ ਨੀ ਮੇਰੀ ਆਈ ਮੇਰੀ, ਵੈਸੇ ਮੈਂ ਤੁਹਾਡੇ ਨਾਲ 2-3 ਵਾਰੀ ਅਪੁਆਇੰਟਮੈਂਟ ਲੈ ਕੇ ਗੱਲ ਵੀ ਕੀਤੀ ਹੈ, ਤੇ ਪਰ ਹੁਣ ਮੈਨੂੰ 3.5 ਸਾਲ ਹੋ ਗਏ ਸੱਟ ਵੱਜਿਆ ਨੂੰ, ਕੁਛ ਮੈਂ ਤੇ ਰੂਲਿਆ ਕਰ ਦੱਸਿਆ ਨਾ ਹੁਣੇ ਤੁਹਾਨੂੰ ਉਹਨਾਂ ਨੇ ਸੱਟ ਦੇ ਆਧਾਰ ਤੇ ਸੱਟ ਦਾ ਨਹੀਂ ਬਾਜੀ, ਉਹਨੇ ਕੋਈ ਸਿਮਤੀ ਕਰਨੀ ਤੁਹਾਡੀ, ਸੱਟ ਜਾਂ ਤਾਂ ਸਹਿਲਾ ਵਾਲੀ ਸੱਟ ਹੋਵੇ, ਉਹਦੇ ਵਿੱਚ ਜੇ ਇੰਡੀਆ 'ਚ ਕਿਸੇ ਨੂੰ ਹਮਲਾ ਹੋਇਆ ਵਾ ਉਹਦੀ ਸੱਟ ਦਾ ਉਹਨੂੰ ਬੰਦੇ ਨੂੰ ਫਾਇਦਾ ਹੋ ਜਾਂਦਾ ਕੇਸ ਦੇ ਵਿੱਚ, ਪਰ ਤਰੀਕ ਛੇਤੀ ਲਿਆਉਣ ਲਈ ਤੁਹਾਨੂੰ ਮੁਕੱਦਮਾ ਕਰਨਾ ਪੈਣਾ ਫਾਇਲ ਅਮੈਂਡਮਸ। ਹਾਂਜੀ ਠੀਕ ਹੈ ਜੀ, ਜੀ ਜੇ ਉਹ ਤੁਹਾਡਾ ਮਨ ਬਣਦਾ ਹੈ ਤਾਂ ਫਿਰ ਫਿਰ ਅਪੁਆਇੰਟਮੈਂਟ ਅਗਲੀ ਫਿਰ ਉਸ ਉਸ ਦੇ ਲਈ ਬਣਾਇਓ, ਨਹੀਂ ਤਾਂ ਤੁਹਾਨੂੰ ਦੱਸਿਆ ਇਹੀ ਹੋਣਾ ਹੈ, ਕਈ ਵਾਰੀ ਆਪਾਂ ਚਾਹੁੰਦੇ ਹਾਂ ਵੀ ਉੱਦਾਂ ਹੋ ਜਾਵੇ, ਪਰ ਸਮਝਿਆ ਕਰੋ ਗੱਲ ਨੂੰ, ਇਹ ਕਾਨੂੰਨ ਦੀ ਦਾ ਪੇਚ ਹੁੰਦੇ ਇਸ ਹਿਸਾਬ ਦੇ ਨਾਲ। ਸੁਖਵਿੰਦਰ, ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਭਾਜੀ ਆਪਣੇ ਅੱਜ ਕੱਲ ਜੇ ਮਾਂ ਪੇ ਨੇ ਅਪਲਾਈ ਕੀਤਾ ਹੋਵੇ ਨਿਆਣਿਆਂ ਦਾ ਇੰਡੀਆ ਤੋਂ, ਕਿੰਨਾ ਚਿਰ ਕਿਹੜੀ ਤਰੀਕ ਚੱਲਦੀ ਹੈ? ਮਤਲਬ ਭਾਜੀ ਡਿਪੈਂਡ ਕਰਦਾ ਕਿ ਸਿਟੀਜ਼ਨ ਆ, ਜਵਾਕਾਂ ਦੀ ਉਮਰ ਕਿੰਨੀ ਆ, ਗ੍ਰੀਨ ਕਾਰਡ ਹੋਲਡਰ ਆ, ਵਿਆਹੇ ਆ, ਅਨਵਿਆਹੇ ਆ, ਕਿਹੜੀ ਵਾਲੇ ਦੀ ਗੱਲ ਇਨਫੋਰਮੇਸ਼ਨ ਪੁੱਛਦੇ? ਸਿਟੀਜ਼ਨ ਨੇ ਕਰਨਾ ਵਿਆਹੇ ਬੱਚਿਆਂ ਲਈ। ਹਾਂਜੀ, ਅਪ੍ਰੈਲ 2009 ਚੱਲਦਾ, 2009 ਅਪ੍ਰੈਲ। ਹਾਂਜੀ, ਮਾਂ ਪਿਓ ਨੇ ਕੀਤੀ ਹੋਵੇ, ਬਿਲਕੁਲ ਜੀ, ਸਿਟੀਜ਼ਨ ਮਾਂ ਪਿਓ ਨੇ ਵਿਆਹੇ ਨਿਆਣੇ ਦੀ ਕੀਤੀ ਹੋਵੇ। ਹਾਂਜੀ, ਜੇ ਭੈਣ ਭਰਾ ਦੀ 5। ਅੱਛਾ ਜੀ, ਜੀ ਮਿਹਰਬਾਨੀ ਜੀ, ਚਲੋ ਜੀ, ਤੇ ਸ਼ੁਕਰੀਆ ਟੰਨੀ ਟੇਰ ਕੇ ਨਾ ਜੀ, ਅੱਜ ਬੀਚ ਤੇ ਨਹੀਂ ਜਾਣਾ ਤੁਹਾਡੇ ਵਾਲੇ ਪਾਸੇ, ਛੱਲਾਂ ਬਹੁਤ ਅੱਜ। ਨਹੀਂ ਅੱਜ ਤਾਂ ਨਹੀਂ ਜਾਣਾ, ਅੱਜ ਤਾਂ ਬਿਲਡਿੰਗ ਤੇ ਦੇਖਾਂਗੇ ਦੁਬਾਰਾ ਤਾਂ ਨਹੀਂ ਕਿਤੇ ਲੀਕ ਕਰ ਗਈ ਛੱਤ ਜਿਹੜੇ ਗਏ ਸੀਗੇ। ਠੀਕ ਆ, ਛੱਲਾਂ ਵੱਧ ਹੀ ਆਣ ਤੇ ਵਧੀਆ, ਮੈਂ ਕਿਹਾ ਹੁਣੇ ਟੈਸਟ ਹੋ ਜਾਵੇ, ਹੋਰ ਮੈਂ ਕਿਹਾ ਕਲਾਇੰਟ ਬਿਠਾਇਆ ਹੋਵੇ ਉੱਥੇ ਤੋਂ, ਮੈਂ ਕਿਹਾ ਪਤਾ ਲੱਗੇ ਰੂਫਰ ਨੇ ਕੰਮ ਨੀ ਵਧੀਆ ਕੀਤਾ, ਥੱਲੇ ਥੱਲੇ ਸਾਈਨ ਕਰਨ ਲੱਗੇ ਹੁਣ ਤੇ ਉੱਥੇ ਨਾਲ ਤੁਪਕਾ ਡਿੱਗਾ ਹੋਇਆ, ਓਹੋ ਹੋ ਇਹ ਰਹਿ ਗਿਆ ਜੀ ਵਿੱਚੇ ਹੀ ਕਿਤੇ ਕਾਗਜ਼, ਏਦਾਂ ਨਾ ਹੋ ਜਾਵੇ। ਚਲੋ ਨਹੀਂ ਕੋਈ ਨੀ ਜੀ, ਸਭ ਕੁਛ ਵਧੀਆ ਹੋਊਗਾ, ਚਲੋ ਮਿਲਦੇ ਹਾਂ ਜੀ ਫਿਰ ਕਹਿਣ ਨੂੰ ਅਗਲੇ ਸਾਲ, ਪਰ ਕੁਛ ਦਿਨਾਂ ਦੇ ਵਿੱਚ ਤੇ ਮੁਲਾਕਾਤ ਹੁੰਦੀ ਹੈ, ਤੇ ਜਲਦੀ ਤੁਹਾਡੇ ਨਵੇਂ ਆਫਿਸ ਦੇ ਬਾਰੇ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਸ਼ੁਭ ਇਛਾਵਾਂ ਅਗਲੇ ਸਾਲ ਦੇ ਲਈ, ਬਹੁਤ ਬਹੁਤ ਤੇ ਹੈਪੀ ਨਿਊ ਈਅਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸੇਮ ਟੂ ਯੂ, ਸਤਿ ਸ਼੍ਰੀ ਅਕਾਲ।